ਉਹ ਸੁਪਰਵਾਈਜ਼ਰ। ਹਾਂਜੀ ਸਰ। ਕੀ ਗੱਲ ਅੱਜ ਫੇਰ ਪਾਵਰ ਕੱਟ ਹੈ? ਪਾਵਰ ਕੱਟ ਨਹੀਂ ਸਰ, ਮੀਟਰ ਕੱਟ ਹੈ। ਕੀ ਮਤਲਬ? ਕਨੈਕਸ਼ਨ ਕੱਟਤਾ ਬਿਜਲੀ ਵਾਲਿਆਂ ਨੇ। ਕਿਉਂ, ਕਨੈਕਸ਼ਨ ਕਿਉਂ ਕੱਟਤਾ? ਸਰ ਉਹ ਕਹਿ ਰਿਹਾ ਸੀ ਕਨੈਕਸ਼ਨ ਤਾਂ ਤੁਸੀਂ ਥਾਲੀਆਂ ਬਣਾਉਣ ਦਾ ਲਿਆ ਤੇ ਨਾਲ ਆ ਤੁਸੀਂ ਗਲਾਸ ਵੀ ਬਣਾਈ ਜਾਂਦੇ ਹੋ। ਕਮਾਲ ਹੈ ਯਾਰ, ਬਣਾ ਤਾਂ ਭਾਂਡੇ ਹੀ ਰਹੇ ਆ। ਸਰ ਮੈਨੂੰ ਤਾਂ ਇਸ ਗੱਲ ਦਾ ਪਤਾ ਹੈ, ਪਰ ਇਹ ਗੱਲ ਤੁਸੀਂ ਐਕਸੀਅਨ ਸਾਹਿਬ ਨੂੰ ਸਮਝਾਓ ਨਾ। ਐਕਸੀਅਨ ਕਿਉਂ, ਮੈਂ ਸਿੱਧੀ ਚੇਅਰਮੈਨ ਨਾਲ ਗੱਲ ਕਰਾਂਗਾ। ਉਹ ਤੁਹਾਡੀਆਂ ਬੱਤੀਆਂ ਜਗਦੀਆਂ ਰਹਿਣ, ਉਹ ਤੁਹਾਂ ਦੇ ਮੀਟਰ ਭੱਜਦੇ ਰਹਿਣ, ਉਹ ਤੁਹਾਡੇ ਬਿੱਲ ਵੱਧਦੇ ਰਹਿਣ। ਹਨੇਰਾ ਸਾਹਿਬ। ਓਏ ਮੇਰਾ ਨਾਮ ਹਨੇਰਾ ਸਾਹਿਬ ਨਹੀਂ, ਨੇਹਰਾ ਸਾਹਿਬ ਹੈ। ਜਿਹੜੇ ਹਿਸਾਬ ਨਾਲ ਪੰਜਾਬ ਚ ਬੱਤੀ ਗੁੱਲ ਰਹਿੰਦੀ ਆ, ਉਹ ਹਿਸਾਬ ਨਾਲ ਤੁਹਾਂ ਦਾ ਨਾਮ ਹਨੇਰਾ ਸਾਹਿਬ ਹੀ ਜੱਜਦਾ। ਓ ਬਸ ਓਏ, ਤੁਸੀਂ ਅੰਦਰ ਕਿਵੇਂ ਆ ਗਏ? ਓ ਪੈਦਲ ਹੀ ਆਇਆ, ਹੋਰ ਅੰਦਰ ਟਾਂਗੇ ਤੇ ਆਣਾ ਸੀ। ਅਯੋਗਤਾ ਨਾ ਕਰ ਓਏ। ਤੁਸੀਂ ਹੋ ਕੌਣ? ਮੈਂ ਤੁਹਾਨੂੰ ਪਛਾਣਿਆ ਨੇ। ਬਸ ਹਾਂ ਸਮਝ ਲਓ ਕਿ ਜ਼ਖਮ ਦੇਣ ਨੂੰ ਪਾਲਾ ਤੇ ਮੱਲ ਮਲਾਉਣ ਨੂੰ ਬਾਲਾ। ਰੱਬ ਝੂਠ ਹੀ ਬੁਲਾਵੇ, ਰੋਂਦੇ ਚਿਹਰਿਆਂ ਤੋਂ ਕਰਦੇ ਦੂਰ ਦਾਸੀਆਂ, ਬਸ ਅਖਾਣ ਨੂੰ ਅਸੀਂ ਮਰਾਸੀ। ਬਾਜੀ ਆਹਾਂ ਦਾ ਆਪਸ ਚ ਐਡਾ ਪਿਆਰ ਆ ਜਿਵੇਂ ਚਾਬੀ ਤੇ ਤਾਲਾ, ਜਿਵੇਂ ਪਜਾਮੇ ਦੇ ਵਿੱਚ ਨਾਲਾ। ਅਸੀਂ ਦੋਵੇਂ ਇੱਕੋ ਮਾਂ ਬਾਪ ਦੀ ਗਲਤੀ ਦੇ ਨਤੀਜੇ ਆ, ਤੇ ਇਹ ਕਾਕਾ ਮੇਰੀ ਦੂਜੀ ਵਹੁਟੀ ਦੇ ਪਹਿਲੇ ਵਿਆਹ ਚ ਤੀਜੇ ਨੰਬਰ ਦਾ ਕਾਕਾ, ਨਾ ਇਹਦਾ ਕਰੰਟ ਆ। ਉਹ ਨਾ ਹੀ ਕਰੰਟ ਆ ਜੀ, ਉਹ ਬੱਤੀ ਇਹਦੀ ਤੇਰੇ ਅੰਗ ਬੇਸ਼ਾ ਗੋਲੀ ਰਹਿੰਦੀ ਆ। ਓਏ ਕਿਉਂ ਦੁਖਦੀ ਰੱਖਦੇ ਹੱਥ ਰੱਖਦੇ? ਉਹ ਕਹਿੰਦਾ ਬਿਜਲੀ ਮਹਿਕਮੇ ਚ ਨੌਕਰੀ ਕਰਨੀ ਆ। ਮੈਂ ਕਿਹਾ ਗੱਲ ਹੀ ਕੋਈ ਨੀ, ਉਹ ਚੇਅਰਮੈਨ ਆਪਣੇ ਘਰ ਦਾ ਬੰਦਾ। ਮੈਂ ਤੇਰੇ ਘਰ ਦਾ ਬੰਦਾ ਕਿਵੇਂ ਹੋ ਗਿਆ? ਹੱਦ ਹੋ ਗਈ, ਅਸੀਂ ਵੀ ਮਰਾਸੀ, ਤੂੰ ਵੀ ਮਰਾਸੀ। ਵਾਟ ਡੂ ਯੂ ਮੀਨ? ਉਹੀ ਦਾ ਮੀਨ ਤਾਂ ਇਹੀ ਹੈ ਕਿ ਤੂੰ ਵੀ ਭੰਡ ਤੇ ਅਸੀਂ ਵੀ ਭੰਡ। ਮੈਂ ਇੱਥੇ ਇੰਜੀਨੀਅਰ ਹਾਂ। ਕਾਹਦਾ ਇੰਜੀਨੀਅਰ? ਬੁੜੀ ਤੇਰੀ ਕਰੰਟ ਖਾ ਕੇ ਮਰ ਗਈ ਸੀ। ਉਹ ਸ਼ਕਲ ਤੇਰੀ ਐ ਜਿਵੇਂ ਲਾਟੂ ਬੁਝੇ ਹੋਏ। ਕੀ ਬਕਵਾਸ ਕਰੀ ਜਾਂਦੇ ਹੋ? ਓਏ ਆਪਾਂ ਇੱਥੇ ਨੌਕਰੀ ਲੈਣ ਆਏ ਆ, ਕਿਤੇ ਹੋਰ ਹੀ ਨਾ ਕੇਸ ਖਰਾਬ ਕਰ ਲਈਏ ਯੋਗਤਾ ਕਰਕੇ। ਬਿਲਕੁਲ, ਉਹ ਚੇਅਰਮੈਨ ਤਾਂ ਆਪਣਾ ਬਹੁਤ ਹੀ ਵੱਡਾ ਇੰਜੀਨੀਅਰ ਹੈ। ਉਹ ਜਦ ਅਮਰੀਕਾ ਵਾਲੇ ਉੱਤੇ ਰਾਕਟ ਛੱਡਦੇ ਆ ਨਾ, ਆ ਤੇਲ ਪਾਣੀ ਚੈੱਕ ਕਰਨ ਵਾਸਤੇ ਆਪਣਾ ਨੇਰਾ ਹੀ ਦਜਾਂਦਾ। ਪੁੱਤਰ ਮੇਰੇ ਵੱਲ ਕਿਵੇਂ ਇੰਨਾ? ਜੇ ਨੌਕਰੀ ਲੈਣੀ ਹੈ ਗਾੜੀ ਹੋ ਕੇ ਚੇਅਰਮੈਨ ਸਾਹਿਬ ਦੇ ਪੈਰੀ ਹੱਥ ਲਾ। ਓਏ ਪੈਰੀ ਹੱਥ ਲਾਉਣ ਦੀ ਕੋਈ ਲੋੜ ਨਹੀਂ ਹੈ, ਅੱਜ ਕੱਲ ਭਰਤੀ ਬੰਦ ਹੈ। ਓਏ ਤੂੰ ਐਡਾ ਵੱਡਾ ਅਫਸਰ ਆ, ਜੇ ਬੰਦ ਆ ਤਾਂ ਖੋਲ ਦੇ। ਓ ਭਈ ਮੇਰੀਆਂ ਪਾਵਰਾਂ ਨਹੀਂ ਹੈ? ਕੀ ਗੱਲਾਂ ਕਹਿਣ ਡਿਆ, ਅਸੀਂ ਤਾਂ ਸੁਣਿਆ ਤੇਰੀਆਂ ਪਾਵਰਾਂ ਹੀ ਬਹੁਤ ਨੇ ਨੇਰੇ ਆ। ਓ ਤੂੰ ਤਾਂ ਮੂੰਹ ਚ 100 ਵਾਟ ਦਾ ਬਲਬ ਪਾ ਲੈ, ਉਹ ਵੀ ਜਗ ਜਾਏ। ਮੈਨੂੰ ਨੌਕਰੀ ਤੇ ਬੰਦੇ ਰੱਖਣ ਦਾ ਹੁਕਮ ਨਹੀਂ ਹੈ। ਤੈਨੂੰ ਹੁਕਮ ਦੀ ਕੀ ਲੋੜ ਹੈ ਜਜਮਾਨਾ? ਹੁਕਮ ਦੇ ਬਾਦਸ਼ਾਹ ਕੀ ਤਾਂ ਤੇਰੀ ਬੂਥੀ ਹੈ। ਕੀ ਮਤਲਬ? ਉਹ ਇਹਦਾ ਮਤਲਬ ਹੈ ਕਿ ਤੇਰੇ ਹੁਕਮ ਨਾਲ ਕਿਸੇ ਦੀ ਵੀ ਬੱਤੀ ਕੱਟੀ ਜਾ ਸਕਦੀ ਹੈ, ਕਿਸੇ ਨੂੰ ਵੀ ਕਨੈਕਸ਼ਨ ਮਿਲ ਸਕਦਾ। ਓ ਕਾਕਾ, ਓ ਗਾਂ ਹੋ ਕੇ ਪੈਰੀ ਹੱਥ ਲਾ ਖਾਂ। ਮੈਂ ਤਾਂ ਸੁਣਿਆ ਅਫਸਰਾਂ ਦੀ ਨਾ ਜ਼ੁਬਾਨ ਹੁੰਦੀ ਹੈ ਤੇ ਨਾ ਪੈਰ ਹੁੰਦੇ ਨੇ। ਤੁਹਾਨੂੰ ਦੱਸਣਾ ਮੈਂ ਸਿਕਿਉਰਿਟੀ ਪੀਏ ਚਪੜਾਸੀ ਛੇਤੀ ਅੰਦਰ ਆਓ। ਯੈਸ ਸਰ। ਧੱਕੇ ਮਾਰ ਕੇ ਬਾਹਰ ਕੱਢੋ। ਓਏ ਆਹਨ ਦੱਸੋ ਕਿਹਨੂੰ ਬਾਹਰ ਕੱਢਣਾ, ਅਸੀਂ ਕੱਢ ਦਿੰਦੇ ਹਾਂ। ਤੁਹਾਨੂੰ ਬਾਹਰ ਕੱਢਣਾ, ਹੋਰ ਕਿਹਨੂੰ ਕੱਢਣਾ? ਚਲੋ ਬਾਹਰ। ਓ ਕੀ ਕਰੀ ਜਾਂਦੇ ਹੋ? ਖੜੋ ਤਾਂ ਸਹੀ। ਓ ਅਸੀਂ ਨੌਕਰੀ ਲੈਣ ਆਏ ਹਾਂ ਬਈ। ਕੱਢਣ ਦੋ। ਇੱਕ ਮਿੰਟ ਕੱਢੋ। ਆਹ ਲੈ ਸਮਾਨ ਲੈ ਗਿਆ। ਸਮਾਨ ਲੈ ਗਿਆ ਸਾਡਾ ਬਈ? ਵਾਈ ਖਾ ਸਾਡੇ ਪਿੰਡ, ਅਸੀਂ ਵੀ ਵੇਖ ਲਾਂਗੇ। ਓ ਤੈਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਦੀ ਲੋੜ ਪੈ ਸਕਦੀ ਹੈ। ਜੇ ਕਦੇ ਤੇਰੇ ਜੰਮਿਆ ਨਾ ਪੁੱਤ, ਮੈਂ ਵੇਖ ਲੂ ਕਿਹਦਾ ਸਾਲਾ ਵਧਾਈ ਦੇਣਾ। ਆਪਣਾ ਤਾਂ ਤੇਰੇ ਜੰਮ ਦਾ। ਹਾਂ ਤਾਂ ਕੋਈ ਪੜ੍ਹਿਆ ਲਿਖਿਆ ਵਾਲੀ ਗੱਲ ਨਾ ਹੋਈ। ਇਹਨਾਂ ਦੀ ਬਿਜਲੀ ਕੱਟੋ, ਬਹੁਤ ਹੀ ਬੇਵਕੂਫ ਬੰਦੇ ਸੀ। ਇਹਨਾਂ ਭੰਡਾਂ ਦੀ ਬਿਜਲੀ ਕੱਟਣੀ ਹੈ ਜੀ? ਇਹਨਾਂ ਦੀ ਬਿਜਲੀ ਕੱਟੋ ਭੰਡਾਂ ਦੀ। ਠੀਕ ਹੈ ਸਰ। ਤਾਂ ਇਹਨਾਂ ਨੂੰ ਪਤਾ ਚੱਲੇਗਾ ਕਿ ਚੇਅਰਮੈਨ ਨਾਲ ਪੰਗਾ ਕਿਵੇਂ ਲਿੱਤਾ ਜਾਂਦਾ ਹੈ। ਅਸੀਂ ਤਾਂ ਚੇਅਰਮੈਨ ਸਾਹਿਬ ਤੁਹਾਡੇ ਨਾਲ ਕੋਈ ਪੰਗਾ ਵੀ ਨਹੀਂ ਲਿਆ, ਫਿਰ ਸਾਨੂੰ ਕਿਉਂ ਵਾੜਤਾ ਭਾਂਡੇ 'ਚ? ਸਾਡੀ ਕਿਉਂ ਬਿਜਲੀ ਕੱਟਤੀ? ਭਾਈ ਮੈਂ ਤੁਹਾਨੂੰ ਨਹੀਂ, ਉਹ ਬੇਵਕੂ ਮਰਸੀਆਂ ਨੂੰ ਕਹਿ ਰਹੇ ਸੀ ਜਿਹੜੇ ਆਣ ਵੜੇ ਸੀ। ਤੁਸੀਂ ਬੈਠੋ ਇੱਕ ਮਿੰਟ। ਤੁਸੀਂ ਵੀ ਕਿਉਂ ਬੈਠੋ? ਮੈਂ ਤੁਹਾਨੂੰ ਪਛਾਣਿਆ ਨਹੀਂ, ਤੁਸੀਂ ਹੋ ਕੌਣ?
ਸਰ ਤੁਹਾਡੀ ਮਾਤਾ ਜੀ ਦੇ ਭੋਗ ਤੇ ਲੰਗਰ ਲਈ ਥਾਲੀਆਂ ਅਸੀਂ ਸਪਲਾਈ ਕੀਤੀਆਂ ਸੀ। ਅੱਛਾ ਅੱਛਾ, ਤੁਸੀਂ ਕਿਸੇ ਗੁਰਦੁਆਰੇ ਦੇ ਪ੍ਰਧਾਨ ਹੋ? ਨਹੀਂ, ਸਾਡੀ ਫੈਕਟਰੀ ਹੈ ਥਾਲੀਆਂ ਬਣਾਉਣ ਦੀ। ਬੈਠੋ ਬੈਠੋ। ਥੈਂਕ ਯੂ ਥੈਂਕ ਯੂ। ਕੀ ਨਾਂ ਤੁਹਾਡਾ? ਸੁਰਜੀਤ ਸਿੰਘ, ਉਹ ਪਿਆਰ ਨਾਲ ਮੈਨੂੰ ਜੀਤਾ ਕਹਿੰਦੇ ਆ। ਮੇਰੀ ਫੈਕਟਰੀ ਦਾ ਨਾਂ ਵੀ ਜੀਤਾ ਥਾਲੀਜ਼ ਇੰਟਰਨੈਸ਼ਨਲ ਆ। ਤੁਹਾਨੂੰ ਪ੍ਰੋਬਲਮ ਕੀ ਹੈ? ਤੁਹਾਡੇ ਬੰਦੇ ਸਾਡੀ ਫੈਕਟਰੀ ਦੀ ਬਿਜਲੀ ਕੱਟ ਗਏ। ਕਹਿੰਦੇ ਤੁਹਾਡੀ ਫੈਕਟਰੀ ਥਾਲੀਆਂ ਬਣਾਉਣ ਦੀ ਹੈ, ਤੁਸੀਂ ਗਲਾਸ ਕਿਉਂ ਬਣਾਈ ਜਾਂਦੇ ਹੋ? ਤੁਹਾਨੂੰ ਨੋਟਿਸ ਆਇਆ ਸੀ? ਹਾਂ ਜੀ, ਨੋਟਿਸ ਤਾਂ ਆਇਆ ਸੀ। ਫਿਰ ਜਵਾਬ ਦਿੱਤਾ ਸੀ ਤੁਸੀਂ? ਸਾਰੇ ਅਸੀਂ ਇਹਦੇ ਵਿੱਚ ਕੀ ਜਵਾਬ ਦੇਣਾ? ਭਾਂਡੇ ਤਾਂ ਭਾਂਡੇ ਹੁੰਦੇ ਆ, ਭਾਵੇਂ ਥਾਲੀਆਂ ਬਣਾਈਏ ਜਾਂ ਗਲਾਸ, ਪਰ ਬਿਜਲੀ ਵਾਲਿਆਂ ਦਾ ਇਹਦੇ 'ਚ ਕੀ ਲੈਣਾ ਦੇਣਾ? ਪਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਤੁਸੀਂ ਕਨੈਕਸ਼ਨ ਕਦੇ ਲਈ ਲਿਆ। ਪਰ ਤੁਸੀਂ ਘਬਰਾਓ ਨਾ, ਮੈਂ ਰਿਪੋਰਟ ਮੰਗਾ ਲੈਣਾ। ਠੀਕ ਹੈ, ਥੈਂਕ ਯੂ ਸਰ। ਬਿਜਲੀ, ਚਲੋ ਭੱਜੋ ਇੱਥੋਂ। ਬਿਜਲੀ ਅਕਲ ਕਰ, ਸ਼ਰਮ ਨਹੀਂ ਆਉਂਦੀ ਤੈਨੂੰ? ਨੱਚ ਨੱਚ ਕੇ ਸਾਰਾ ਪਿੰਡ ਇਕੱਠਾ ਕਰ ਲਿਆ। ਚੱਲ ਅੰਦਰ। ਮੰਮਾ, ਮੈਂ ਕਹਿੰਦੀ ਅੰਦਰ ਚੱਲ। ਬਿਜਲੀ, ਤੇਰੇ ਪਿੰਡ ਨੂੰ ਜਿਹੜੀ ਬੇੜੀ ਜਾਂਦੀ ਹੈ ਨਾ, ਕਮਾਲ ਦੀ। ਤੇ ਮੈਂ? ਤੂੰ ਤੇ ਹੈ ਹੀ। ਤੂੰ ਵਾਕਈ ਮੈਨੂੰ ਪਿਆਰ ਕਰਦਾ? ਮਤਲਬ ਜਦ ਮੈਂ ਤੇਰੇ ਨਾਲ ਨਹੀਂ ਹੁੰਦੀ, ਤੂੰ ਮੇਰੇ ਬਾਰੇ ਸੋਚਦਾ? ਮੈਂ ਕੀ, ਸਾਰਾ ਪੰਜਾਬ ਤੈਨੂੰ ਰੋਂਦਾ? ਰੋਂਦਾ? ਹਾਂ, ਨਹੀਂ ਮੇਰਾ ਮਤਲਬ ਯਾਦ ਕਰਦਾ ਹੈ। ਜਦੋਂ ਵੀ ਇੱਥੇ ਪਾਵਰ ਕੱਟ ਲੱਗਦਾ, ਸਾਰੇ ਇਹੀ ਤਾਂ ਕਹਿੰਦੇ ਨੇ, ਹਾਏ ਓਏ ਬਿਜਲੀ, ਆ ਮਾਰ ਗਈ ਬਿਜਲੀ। ਤੂੰ ਮੈਨੂੰ ਦੱਸ, ਤੂੰ ਮੈਨੂੰ ਪਿਆਰ ਕਰਦਾ ਹੈ ਕਿ ਨਹੀਂ? ਨਾ ਹੋਰ, ਮੈਂ ਇੱਥੇ ਤੇ ਤੋ ਹਿਸਾਬ ਦੀ ਟਿਊਸ਼ਨ ਲੈਣਾ ਨਾ। ਪਿਆਰ ਕਰਦਾ ਤਾਂ ਹੀ ਤਾਂ ਤੈਨੂੰ ਇੰਨੀ ਦੂਰੋਂ ਮਿਲਣਾ ਨਾ। ਅੱਛਾ ਚੱਲ, ਹੁਣ ਇਹ ਦੱਸ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ। ਕਿਲੋਮੀਟਰਾਂ 'ਚ ਦੱਸਾਂ ਜਾਂ ਮੀਟਰਾਂ 'ਚ? ਪਿਆਰ ਦੀ ਭਾਸ਼ਾ 'ਚ ਦੱਸ ਨਾ ਕਰਨ, ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ। ਮੈਂ ਤੈਨੂੰ ਇੰਨਾ ਪਿਆਰ ਕਰਦਾ ਹੈ ਬਿਜਲੀ, ਇੰਨਾ ਪਿਆਰ ਕਰਦਾ ਹੈ ਜਿੰਨਾ ਜਿੰਨਾ ਚਮਗਾਦੜ ਬਿਜਲੀ ਦੀਆਂ ਤਾਰਾਂ ਨੂੰ ਕਰਦਾ ਹੈ। ਦਫਾ ਹੋ। ਸ਼ਾਇਰਾ ਵਰਗੇ ਲਫ਼ਜ਼ ਤਾਂ ਤੇਰੇ ਕੋਲ ਹੈ ਨਹੀਂ, ਪਰ ਇਸ਼ਕੇ ਦੀ ਖੁਸ਼ਬੂ ਪੂਰੀ ਹੈ। ਓਏ ਸ਼ਾਇਰ, ਲੋਕੀ ਤਾਂ ਹੰਝੂਆਂ 'ਚ ਡੁੱਬੇ ਟੁੱਟੇ ਆਸ਼ਿਕ ਹੁੰਦੇ ਨੇ, ਸਾਡੇ ਦਿਲ ਦੀ ਰਾਣੀ ਤਾਂ ਸਾਡੇ ਕੋਲ ਹੈ। ਕੀਮਤ ਘੱਟ ਤੇ ਕਰਜ਼ਾ ਜ਼ਿਆਦਾ ਚੜਿਆ ਹੋਇਆ। ਉਹ ਠੀਕ ਹੈ ਠੀਕ ਹੈ, ਮੈਂ ਹਾਂ ਲਾਈਨਮੈਨ ਖੰਭਾ ਰਾਮ, ਤੇ ਇਹ ਨੇ ਸਾਡੇ ਜਈ ਸਾਹਿਬ ਐਨ ਐਸ ਡਾਂਗ। ਉਹ ਤੇਰੀ ਡਾਂਗ ਕਿੱਥੇ ਹੋਏ? ਓਏ ਐਨ ਐਸ ਡਾਂਗ ਇਹਨਾਂ ਦਾ ਨਾਮ ਆ, ਨਾਲੇ ਅਸੀਂ ਡਾਂਗਾਂ ਨਾਲ ਨਹੀਂ ਆਉਂਦੇ, ਅਸੀਂ ਬਿਜਲੀ ਵਾਲੇ ਆ, ਸਾਡੇ ਲਈ ਪਲਾਸ ਹੀ ਕਾਫੀ ਆ। ਉਹ ਬਾਕੀ ਦੇ ਗੱਲਾਂ ਛੱਡੋ, ਪਹਿਲਾਂ ਇਹ ਦੱਸੋ ਤੁਹਾਡਾ ਮੀਟਰ ਕਿੱਥੇ ਆ? ਉਹ ਅਸੀਂ ਕੋਈ ਆਟੋ ਰਿਕਸ਼ਾ ਹੈ ਜਿਹੜਾ ਸਾਡਾ ਮੀਟਰ ਲੱਭਣ ਡਿਆ। ਉਹ ਅਸੀਂ ਤੁਹਾਡੇ ਘਰ ਦੇ ਮੀਟਰ ਦੀ ਗੱਲ ਕਰ ਰਹੇ ਹਾਂ, ਸਾਨੂੰ ਪਤਾ ਲੱਗਾ ਕਿ ਤੁਸੀਂ ਬਿਜਲੀ ਚੋਰੀ ਕਰਦੇ ਹੋ। ਹੈਂ, ਤੁਹਾਡੀ ਬਿਜਲੀ ਤਾਂ ਹੁਣ ਕੱਟਣੀ ਪੈਣੀ ਆ। ਉਹ ਸ਼ਕਲ ਵੇਖੀ ਹੋਈ ਆਪਣੀ, ਜਿਵੇਂ ਬਿਨਾਂ ਤਾਰਾਂ ਵਾਲਾ ਖੰਭਾ। ਮਜ਼ਾਕ, ਖੰਭਾ ਰਾਮ ਨਾਲ ਮਜ਼ਾਕ? ਉਹ ਤੁਹਾਨੂੰ ਖੰਭਾ ਰਾਮ ਨਾਲ ਮਜ਼ਾਕ ਬੜਾ ਮਹਿੰਗਾ ਪੈਣਾ ਜੇ। ਉਹ ਜਿੱਥੇ ਬਾਕੀ ਚੀਜ਼ਾਂ ਮਹਿੰਗੀਆਂ ਉੱਥੇ ਮਜ਼ਾਕ ਵੀ ਮਹਿੰਗਾ ਹੋ ਗਿਆ ਤੇ ਕੀ ਹੋ ਗਿਆ? ਓਏ ਖੰਭਾ ਰਾਮ। ਹਾਂਜੀ ਸਰ। ਉਹ ਹੁਣ ਇਹਨਾਂ ਦਾ ਮੀਟਰ ਕੱਟਣਾ ਨਹੀਂ, ਜੜੋਂ ਹੀ ਪੱਟਣਾ। ਹੁਣੇ ਲਓ ਸਰ। ਉਹ ਮੀਟਰ ਦੇ ਨਾਲ ਨਾਲ ਮੈਂ ਤੇ ਇਹਨਾਂ ਦੀਆਂ ਕੰਧ ਦੀਆਂ ਇੱਟਾਂ ਵੀ ਪੁੱਟ ਲੂੰ। ਹੁਣ ਤੁਸੀਂ ਦੱਸੋ, ਪਹਿਲਾਂ ਚਾਹ ਪੀਣੀ ਹੈ ਕਿ ਠੰਡਾ? ਓਏ
ਉਹ ਤੁਸੀਂ ਸਾਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਉਹ ਤੇਰੇ ਵਰਗੇ ਆਦਮੀ ਦੀ ਅਸੀਂ ਤਨਖਾਹ ਖੋਲੀਏ, ਤੂੰ ਰਿਸ਼ਵਤ ਦੀ ਗੱਲ ਕਰੀ ਜਾਣ ਦਿਆਂ? ਸ਼ਕਲ ਵੇਖੀਏ ਆਪਣੀ, ਜਿਵੇਂ ਬਿਨਾਂ ਤੇਲ ਵਾਲਾ ਟ੍ਰਾਂਸਫਾਰਮਰ ਹੁੰਦਾ। ਓਏ ਚੁੱਪ ਕਰ ਓਏ, ਅਸੀਂ ਤੁਹਾਡਾ ਮੀਟਰ ਕੱਟਣ ਆਏ ਆ, ਤੁਹਾਡੇ ਕੋਲੋਂ ਬੇਇੱਜ਼ਤੀ ਕਰਾਉਣ ਨਹੀਂ ਆਏ। ਸਰ ਸਾਰਾ ਘਰ ਸ਼ਾਨ ਮਾਰ ਰਿਹਾ ਪਰ ਇਹਨਾਂ ਦਾ ਮੀਟਰ ਨਹੀਂ ਜੇ ਲੱਭਾ। ਉਹੀ ਮੀਟਰ ਲਵਾਇਆ ਹੀ ਨਹੀਂ ਤੇ ਲੱਭਣਾ ਕੀ ਹੈ? ਓਏ ਬੜੇ ਬੇਵਕੂਫ ਬੰਦੇ ਹੋ ਤੁਸੀਂ, ਉਹ ਤੁਸੀਂ ਬਿਜਲੀ ਦਾ ਕਨੈਕਸ਼ਨ ਲਿਆ ਹੀ ਨਹੀਂ। ਬਿਜਲੀ ਦਾ ਮੀਟਰ ਤੇ ਉਹ ਲਵਾਉਂਦੇ ਨੇ ਜਿਹੜੇ ਲੋਕ ਬੇਵਕੂਫ ਨੇ। 24 ਘੰਟਿਆਂ ਚੋਂ 22-22 ਘੰਟੇ ਤੇ ਬੱਤੀ ਗੁੱਲ ਰਹਿੰਦੀ ਹੈ, 2 ਘੰਟਿਆਂ ਪਿੱਛੇ ਇਹ ਮੀਟਰ ਲਵਾ ਕੇ ਤੂੰ ਹੰਦਾ ਸਾਨ ਕਰਾਉਣਾ ਹੀ। ਬਿਜਲੀ ਦਾ ਕਨੈਕਸ਼ਨ ਨਾ ਲੈਣਾ ਮਤਲਬ ਬਿਜਲੀ ਮਹਿਕਮੇ ਦੀ ਬੇਇੱਜ਼ਤੀ। ਓਏ ਜ਼ਿੰਦਗੀ 'ਚ ਪਹਿਲੀ ਵਾਰੀ ਇੰਨੀ ਬੇਇੱਜ਼ਤੀ ਹੋਈ ਹੈ। ਓਏ ਖੰਬਾਰਾਮ, ਬਸ ਨਿਕਲ ਜਾ ਹੁਣ ਇੱਥੋਂ। ਨਿਕਲ ਲਓ ਜੀ। ਸਰ ਇਹ ਤੇ ਚੰਗਾ ਆ, ਆਂਢ ਗੁਆਂਢ ਕਿਸੇ ਨੇ ਦੇਖਿਆ ਨਹੀਂ। ਪੂਰੇ ਦਿਨ 'ਚ ਨੇ 4 ਕੰਮ ਕਹੀਦੇ ਤੁਹਾਨੂੰ, ਉਹਦੇ 'ਚੋਂ ਇੱਕ ਕੰਮ ਨਹੀਂ ਹੋ ਸਕਦਾ ਤੁਹਾਡੇ ਕੋਲੋਂ ਚੰਗੀ ਤਰ੍ਹਾਂ। ਇੱਕਦਮ ਇਨਐਫੀਸ਼ੀਐਂਟ ਔਰ ਨਲਾਇਕ ਸਟਾਫ ਹੈ ਮੇਰੇ ਕੋਲ, ਸਮੇਂ ਤੁਹਾਡੇ। ਸੌਰੀ ਸਰ, ਸਰ ਵੈਸੇ ਉਹਨਾਂ ਭੰਡਾਂ ਨੇ ਤੁਹਾਡੀ ਬੇਇੱਜ਼ਤੀ ਬਹੁਤ ਕੀਤੀ। ਗੱਲ ਹੌਲੀ ਹੌਲੀ ਸਾਰੇ ਦਫ਼ਤਰ 'ਚ ਫੈਲ ਗਈ ਸਰ। ਅੱਛਾ, ਹਾਂਜੀ। ਕੋਈ ਨਹੀਂ, ਇੱਕ ਵਾਰੀ ਬਿਜਲੀ ਕੱਟੀ ਗਈ ਨਾ, ਫਿਰ ਦੇਖੋ ਕਿਵੇਂ ਆਉਂਦੇ ਰੋਂਦੇ ਰੋਂਦੇ ਮੇਰੇ ਕੋਲ। ਤੁਸੀਂ ਜ਼ਰਾ ਐਕਸੀਅਨ ਨਾਲ ਮੇਰੀ ਗੱਲ ਕਰੋ। ਹਾਂਜੀ, ਲਓ ਜੀ ਸਰ। ਹੈਲੋ ਐਕਸੀਅਨ, ਧੋਖਾ ਰਾਏ ਸਪੀਕਿੰਗ। ਹਾਂਜੀ ਧੋਖਾ ਰਾਏ ਜੀ। ਹਾਂਜੀ ਸਰ ਜੀ, ਜ਼ਰਾ ਚੇਅਰਮੈਨ ਸਾਹਿਬ ਨਾਲ ਗੱਲ ਕਰੋ। ਹਾਂ ਬਈ। ਹਾਂਜੀ ਸਰ ਜੀ। ਕੀ ਹੋਇਆ ਪਾਲੇ ਵਾਲੇ ਦੇ ਕਨੈਕਸ਼ਨ ਦਾ? ਹਾਂਜੀ ਹਾਂਜੀ ਸਰ, ਮੈਂ ਆਪ ਗਿਆ ਹਾਂ ਜੀ ਕਨੈਕਸ਼ਨ ਕੱਟਣ। ਮਰਾਸੀਆਂ ਦੀ ਬਿਜਲੀ ਕੱਟਣ ਲਈ ਇੰਨਾ ਟਾਈਮ? ਵੱਡੇ ਜੱਟ ਜ਼ਮੀਂਦਾਰ ਦੀ ਬਿਜਲੀ ਕੱਟਣੀ ਹੋਵੇ, ਤੁਸੀਂ ਤਾਂ ਫਿਰ ਮਹੀਨਾ ਲਾ ਦੋਗੇ। ਸਰ ਜੀ ਕੱਟ ਦਿੱਤੀ ਸਮਝੋ। ਕੱਟ ਦਿੱਤੀ ਸਮਝੋ ਜਾਂ ਕੱਟ ਦਿੱਤੀ ਹੈ? ਸਰ ਮੇਰਾ ਮਤਲਬ ਦੇ ਹੱਥਾਂ ਨਾਲ ਕੱਟ ਰਿਹਾ। ਇਹ ਆ ਲਓ ਜੀ, ਇਹ ਆ ਕੱਟਤੀ। ਧੋਖਾ ਰਾਏ ਸਾਹਿਬ, ਮੇਰੇ ਨਾਲ ਤੇ ਧੋਖਾ ਨਾ ਕਰੋ। ਸਰ ਮਰਾਸੀ ਨੇ ਤਾਂ ਰੋਣਾ ਪੇਚਣਾ ਵੀ ਸ਼ੁਰੂ ਕਰਤਾ ਜੀ। ਵੈਰੀ ਗੁੱਡ, ਇਹ ਹੋਈ ਨਾ ਗੱਲ। ਹੋਰ ਲੈਣ ਮੇਰੇ ਨਾਲ ਪੰਗਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਆਓ ਵੀ ਆਓ, ਮੈਂ ਤੁਹਾਡੇ ਇੰਤਜ਼ਾਰ ਕਰ ਰਿਹਾ ਸੀ। ਕਰ ਰਹੇ ਮਰਾਸੀਆਂ ਦਾ ਕੰਮ? ਉਹ ਨਾ ਜੀ ਨਾ, ਉਹਨਾਂ ਦਾ ਕਨੈਕਸ਼ਨ ਨਹੀਂ ਕੱਟਿਆ ਜਾ ਸਕਦਾ। ਕਿਉਂ? ਉਹਨਾਂ ਦੇ ਮੀਟਰ ਨਾਲ ਕੁੱਤਾ ਬੰਨਿਆ ਹੋਇਆ? ਨਹੀਂ ਜਨਾਬ, ਕੁੱਤਾ ਨਹੀਂ ਬੰਨਿਆ ਹੋਇਆ, ਕੁੱਤਾ ਫਸਿਆ ਹੋਇਆ। ਉਹਨਾਂ ਦੇ ਘਰ ਕਨੈਕਸ਼ਨ ਹੈ ਹੀ ਨਹੀਂ ਤਾਂ ਉਹਨਾਂ ਦਾ ਕੱਟੀਏ ਕੀ? ਉਹ ਪਰ ਉਹਨਾਂ ਦੀ ਬਿਜਲੀ ਕੱਟਣੀ ਤਾਂ ਬਹੁਤ ਜ਼ਰੂਰੀ ਹੈ। ਪਰ ਸਰ ਬਿਜਲੀ ਤਾਂ ਕੱਟਾਂਗੇ ਜੇ ਬਿਜਲੀ ਹੋਏਗੀ, ਬਿਜਲੀ ਹੈ ਹੀ ਨਹੀਂ। ਉਹ ਇੱਕ ਕਮਾਲ ਦੀ ਗੱਲ ਹੈ ਯਾਰ, ਹੁਣੇ ਹੁਣੇ ਤਾਂ ਮੈਂ ਚੇਅਰਮੈਨ ਸਾਹਿਬ ਨੂੰ ਫੋਨ ਕਰਕੇ ਕਿਹਾ ਵੀ ਉਹਨਾਂ ਦਾ ਮੀਟਰ ਤਾਂ ਮੈਂ ਆਪ ਪੱਟ ਗਿਆ ਹਾਂ। ਉਹ ਸਰ, ਉਹਨਾਂ ਦੇ ਘਰ ਮੀਟਰ ਹੈ ਹੀ ਨਹੀਂ ਤਾਂ ਉਹਨਾਂ ਦਾ ਪੱਟੀਏ ਕੀ? ਤੁਸੀਂ ਇੱਦਾਂ ਕਰੋ, ਪਹਿਲਾਂ ਮੀਟਰ ਲਾ ਦਿਓ ਫਿਰ ਕੱਟ ਦਿਓ। ਗੁੱਡ ਆਈਡੀਆ ਸਰ। ਵੈਸੇ ਸਰ ਮੈਂ ਵੀ ਇਹੀ ਸੋਚ ਰਿਹਾ ਸੀ। ਓਏ ਚੁੱਪ ਕਰੋ, ਤੇਰੀ ਏਡੀ ਵੱਡੀ ਸੋਚ ਕਿਵੇਂ ਹੋ ਸਕਦੀ ਹੈ? ਓਏ ਅਫਸਰਾਂ ਦਾ ਦਿਮਾਗ ਤੇ ਅਫਸਰਾਂ ਦਾ ਹੀ ਹੁੰਦਾ ਹੈ। ਕਿਉਂ ਸਰ? ਥੈਂਕ ਯੂ ਸਰ। ਆਪਾਂ ਇੱਦਾਂ ਕਰਦੇ ਹਾਂ, ਪਹਿਲਾਂ ਉਹਨਾਂ ਦੇ ਘਰ ਮੀਟਰ ਲਾਉਂਦੇ ਹਾਂ ਤੇ ਨਾਲ ਦੀ ਨਾਲ ਹੀ ਕੱਟ ਦਿੰਦੇ ਹਾਂ। ਹਾਂਜੀ ਸੁਰਜੀਤ ਜੀ, ਹੋ ਗਿਆ ਤੁਹਾਡਾ ਕੰਮ? ਕੌਣ ਕਹਿੰਦਾ ਹੋ ਗਿਆ ਭਾਈ? ਮੈਂ ਪੁੱਛ ਰਿਹਾ, ਹੋਇਆ ਕਿ ਨਹੀਂ ਹੋਇਆ? ਕੁਛ ਨਹੀਂ ਹੋਇਆ, ਮੇਰੀ ਤਾਂ ਬਿਜਲੀ ਕੱਟੀ ਹੋਈ ਹੈ। ਤਦ ਤੱਕ ਤੁਸੀਂ ਥਾਲੀਆਂ ਤੇ ਬਣਾਓ ਜਦ ਤੱਕ ਗਲਾਸਾਂ ਦੀ ਪਰਮਿਸ਼ਨ ਨਹੀਂ ਮਿਲਦੀ। ਕਾਹਦੇ ਨਾਲ ਬਣਾਈਏ ਸਰ? ਪਹਿਲਾਂ ਮੇਰੀ ਬਿਜਲੀ ਦਾ ਕਨੈਕਸ਼ਨ ਤਾਂ ਬਹਾਲ ਕਰਾਓ। ਆ ਜਿਹੜਾ ਤੁਸੀਂ 2 ਲੱਖ ਦਾ ਜੁਰਮਾਨਾ ਮੇਰੇ ਤੇ ਠੋਕ ਦਿੱਤਾ, ਇਹ ਤਾਂ ਬਿਲਕੁਲ ਨਜਾਇਜ਼ ਹੈ। ਮੈਂ ਤਾਂ ਵੜ ਗਿਆ ਨਾ ਭਾਂਡੇ 'ਚ। ਚਲੋ ਕੋਈ ਨਹੀਂ, ਵਿਲ ਟੇਕ ਯੂ ਆਊਟ ਆਫ ਭਾਂਡਾ, ਮਤਲਬ ਤੁਹਾਡੀ ਯੂਟੈਂਸਿਲਸ। ਤੁਸੀਂ ਕੰਮ ਕਰੋ, ਇਹ ਜਾ ਕੇ ਧੋਖਾ ਰਾਏ ਸਾਹਿਬ ਨੂੰ ਦੇ ਦਿਓ। ਮੈਂ ਉਹਨਾਂ ਨੂੰ ਕਹਿ ਦਾਂਗਾ ਕਿ ਕੋਈ ਨਜਾਇਜ਼ ਨਹੀਂ ਹੋਣੀ ਚਾਹੀਦੀ। ਥੈਂਕ ਯੂ, ਥੈਂਕ ਯੂ ਸਰ। ਵਾਹ ਬਈ ਵਾਹ। ਵਿਪਾਲੇ,
ਮੈਂ ਚੱਲੀ ਆ ਸ਼ਾਪਿੰਗ। ਨਾ ਤੈਨੂੰ ਸ਼ਰਮ ਨਹੀਂ ਆਂਦੀ? ਰੋਜ਼ ਰੋਜ਼ ਖਾਲੀ ਪਰਸ ਲਟਕਾ ਕੇ ਦੁਕਾਨਾਂ ਤੇ ਘੁੰਮਣ ਡਈ ਹੁੰਨੀ ਆ। ਨਾ ਤੇਰੀਆਂ ਇੱਥੇ ਵੱਡੀਆਂ ਫੈਕਟਰੀਆਂ ਲੱਗੀਆਂ ਹੈ ਨਾ, ਜਿਹੜਾ ਮੈਂ ਪਰਸ 'ਚ ਨੋਟ ਭਰ ਭਰ ਕੇ ਘੁੰਮਦੀ ਫਿਰਾਂ। ਨਾ ਵੱਟੇ ਭਰ ਲਿਆ ਕਰ, ਰਸਤੇ 'ਚ ਕਈ ਵਾਰ ਕੋਈ ਛੇੜ ਹੀ ਦਿੰਦਾ, ਵੱਟੇ ਨਹੀਂ ਮਿਲਦੇ। ਹੁਣ ਕਿਹੜੀ ਉਮਰ ਰਹਿ ਗਈ, ਹੁਣ ਕੌਣ ਮੈਨੂੰ ਛੇੜੇਗਾ? ਉਹ ਜਿਹੜਾ ਨਾ ਛੇੜੇ ਉਹ ਤਾਂ ਮਾਰ ਦਿਆ ਕਰ। ਤੈਨੂੰ ਬੜੀ ਵਾਰੀ ਕਿਹਾ ਜਦੋਂ ਮੈਂ ਸ਼ਾਪਿੰਗ ਤੇ ਨਿਕਲਿਆ ਕਰ, ਮੇਰਾ ਰਸਤਾ ਨਾ ਕੱਟਿਆ ਕਰ। ਨਾ ਤੂੰ ਸ਼ਾਪਿੰਗ ਤੇ ਲੈਣ ਕੀ ਚੱਲੀ ਆ? ਮੈਂ ਲੈਣ ਚੱਲੀ ਆ ਇੱਕ ਸਟੀਲ ਦਾ ਗਲਾਸ ਤੇ ਇੱਕ ਥਾਲੀ। ਨਹੀਂ, ਘਰ ਦੇ ਵਿੱਚ ਬੰਦੇ ਹੈਗੇ ਆ ਚਾਰ, ਤੇ ਤੂੰ ਥਾਲੀ ਲੈਣ ਚੱਲੀ ਆ ਇੱਕ? ਉਹ ਤਾਂ ਮੈਂ ਆਏ ਗਈ ਲਈ ਲੈਣ ਚੱਲੀ ਆ, ਤੁਸੀਂ ਤਾਂ ਸਾਰੇ ਰੋਟੀ ਅਖਬਾਰ ਤੇ ਰੱਖ ਕੇ ਖਾਂਦੇ ਹੋ। ਬਈ ਅਖਬਾਰ ਤੇ ਰੋਟੀ ਰੱਖ ਕੇ ਖਾਣ ਦਾ ਸਵਾਦ ਹੀ ਅਲੱਗ ਹੈ, ਅੱਧੀਆਂ ਖਬਰਾਂ ਤੇ ਰੋਟੀਆਂ ਤੇ ਛਪ ਜਾਂਦੀਆਂ। ਤੇ ਦਈ ਰਾਤ ਨੂੰ ਨੀਂਦ ਚ ਖਬਰਾਂ ਬੜਬੜਾ ਰਿਹਾ ਹੁੰਦਾ ਹੈ ਨਾ, ਚਾਰ ਨੌਜਵਾਨਾਂ ਨੇ ਕੁੜੀ ਦੀ ਇੱਜ਼ਤ ਲੁੱਟੀ, ਪ੍ਰਧਾਨ ਮੰਤਰੀ ਕਹਿੰਦਾ ਦੇਸ਼ ਤਰੱਕੀ ਦੀ ਰਾਤ ਆ, ਹੁਸ਼ਿਆਰਪੁਰ ਚ ਬਿਜਲੀ ਡਿੱਗੀ ਤੇ ਸੀਐਮ ਕਹਿੰਦਾ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਜਾਏਗੀ। ਲਓ ਜੀ ਸਾਟੂਆਂ ਨੂੰ ਮਿਲੋ, ਆਪਣੇ ਘਰੇ ਅੱਜ ਬਿਜਲੀ ਵਾਲੇ ਫੇਰ ਡਿੱਗੇ ਆ। ਓਏ ਖੰਭਿਆਂ ਦੀ ਸ਼ਾਂ ਥੱਲੇ ਤਾਸ਼ ਖੇਡਣ ਵਾਲਿਓ, ਓਏ ਹੁਣ ਕੀ ਲੈਣ ਆਇਓ ਇੱਥੇ? ਰੱਬ ਝੂਠੀ ਬੁਲਾਵੇ, ਲੈਣ ਕੀ ਇੱਥੇ ਮਾਂ ਦਾ ਸਿਹਰਾ ਆ, ਬਸ ਘੜੀ ਮੁੜੀ ਬੇਇੱਜ਼ਤੀ ਕਰਾਉਣ ਦਾ ਚਾਸਕਾ ਪੈ ਗਿਆ ਜਾਪਦਾ। ਇੱਕ ਰਿਕੁਐਸਟ ਹੈ ਜੀ। ਓਏ ਇੱਧਰ ਕੀ ਰਿਕੁਐਸਟ ਕਰੀ ਜਾਣ ਡਿਆ, ਇੱਧਰ ਗੱਲ ਕਰ ਖਾਂ। ਇੱਧਰ ਨੂੰ ਵੇਖ ਕੇ ਗੱਲ ਕਰਨੀ ਪੈ ਰਹੀ ਹੈ ਜੀ, ਦਰਅਸਲ ਜਨਾ ਮੇਰੀ ਤੌਣ ਚ ਵਲ ਪਿਆ ਹੋਇਆ। ਸੱਜ ਕੇ ਜਾਵਾ ਜੇਈ ਸਾਹਿਬ, ਵਲ ਤੁਹਾਂ ਦੀ ਤੌਣ ਵਿੱਚ ਨਹੀਂ ਪਿਆ ਹੋਇਆ, ਵਲ ਤੁਹਾਂ ਦੀ ਨੀਅਤ ਦੇ ਵਿੱਚ ਪਿਆ ਹੋਇਆ। ਇੱਧਰ ਨੂੰ ਵੇਖ ਕੇ ਗੱਲ ਕਰ, ਫੁੱਫੜ ਇੱਧਰ ਖੜਾ ਹੈ, ਐਡੀਆਂ ਲਲਚਾਈਆਂ ਨਜ਼ਰਾਂ ਨਾਲ ਤਾਂ ਕਦੇ ਪਾਲੇ ਨੇ ਨਹੀਂ ਪ੍ਰੀਤੋ ਵੱਲ ਵੇਖਿਆ ਜਿੰਨਾ ਤੂੰ ਵੇਖਣ ਡਿਆ। ਸਰ ਅਸੀਂ ਇੱਥੇ ਕਨੈਕਸ਼ਨ ਲਾਉਣਾ ਜਾਂ ਫੈਂਟੀ ਲਵਾਉਣਾ ਹੈ? ਹੁਣ ਠੀਕ ਹੈ। ਦਰਅਸਲ ਸਰ ਅਸੀਂ ਤੁਹਾਡੇ ਫਾਇਦੇ ਦੀ ਗੱਲ ਕਰਨਾ ਆਏ ਸੀ ਜੀ। ਐਡਵਾਂਸ ਲਿਆਂਦਾ ਜੇ? ਐਡਵਾਂਸ? ਸਰ ਐਡਵਾਂਸ ਨਹੀਂ ਜੀ, ਅਸੀਂ ਫਾਰਮ ਲੈ ਕੇ ਆਏ ਜੀ। ਇਹ ਫਾਰਮ ਭਰੋ ਤੇ ਬਿਜਲੀ ਲਵਾਓ। ਨਾ ਬਿਜਲੀ ਇਹਦੇ ਲਾ ਦੇ, ਇਹਦਾ ਦਿਮਾਗ ਹਿੱਲਿਆ। ਬਸ ਕਹਿ ਰਹੇ ਨਾ, ਇਹਦਾ ਦਿਮਾਗ ਤਾਂ ਬਹੁਤ ਆਈ ਚੱਲਦਾ, ਤੁਸੀਂ ਇੱਕ ਦੂਜੇ ਨੂੰ ਬਿਜਲੀ ਲਾਓ। ਨਾ ਜੀ ਨਾ, ਅਸੀਂ ਉਸ ਬਿਜਲੀ ਦੀ ਨਹੀਂ ਗੱਲ ਕਰ ਰਹੇ ਜਿਹੜੀ ਪਾਗਲਾਂ ਨੂੰ ਲਾਈਦੀ ਆ। ਅਸੀਂ ਤਾਂ ਚਾਹੁੰਦੇ ਸੀ ਕਿ ਤੁਹਾਡੇ ਘਰ ਬਿਜਲੀ ਦਾ ਕਨੈਕਸ਼ਨ ਲਾ ਦਈਏ। ਰੱਬ ਦਾ ਵਾਸਤਾ ਹੋਏ, ਸਾਨੂੰ ਕੋਈ ਕਨੈਕਸ਼ਨ ਨਹੀਂ ਚਾਹੀਦਾ, ਜਾਓ ਸਾਡਾ ਖੇੜਾ ਛੱਡੋ। ਤੁਸੀਂ ਸਿਆਪਾ ਆਪਣੇ ਆਪ ਨੇ ਭੇੜੋ, ਮੈਂ ਤਾਂ ਚੱਲੀ ਆ ਸ਼ੋਪਿੰਗ। ਇਹ ਭੈਣ ਜੀ, ਜੇ ਚੱਲੇ ਹੋ ਤੇ 460 ਵਾਟ ਦੇ ਬਲਬ ਲਾਇਓ, ਘਰ ਜਗਮਗ ਕਰੂ। ਕੋਈ ਲੋੜ ਨਹੀਂ ਆ, ਦੋ ਲਾਟੂ ਬਥੇਰੇ ਨੇ। ਹਾਂ ਵੀ ਗੱਲ ਸਮਝ ਲੱਗੀ ਕਿ ਹੁਣ ਜਾ ਕੇ ਵਿਖਾਈਏ। ਹੋਈ ਰੋਸ਼ਨੀ। ਖੈਰ ਪਾਲਾ ਜੀ, ਸਾਨੂੰ ਤੁਸੀਂ 2000 ਰੁਪਏ ਦਿਓ, ਤੁਹਾਡੀ ਸਿਕਿਉਰਿਟੀ ਜਮ੍ਹਾਂ ਕਰੀਏ ਤੇ ਨਾਲ ਦੇ ਨਾਲ ਤੁਹਾਨੂੰ ਕਨੈਕਸ਼ਨ ਦਈਏ। ਪਾਲੇ ਚੋਟੀਆਂ ਦੇ ਕਰੋ ਲੱਸੀ ਪਾਲਣ ਡਿਆ। ਆ ਸਰਪੰਚ ਸਾਹਿਬ, ਆ ਬੱਤੀ ਵਾਲੇ ਤਾਂ ਆ ਖੜੇ ਆ, ਇਹਨਾਂ ਨੂੰ ਆਪਾਂ ਸਾਰੇ ਪਿੰਡ ਚ ਲੱਭੀ ਜਾਂਦੇ ਪਏ ਹਾਂ। ਰਹਿ ਗਿਆ ਮੁੰਡੇ ਨਾਲ। ਉਹ ਜੇਈ ਸਾਹਿਬ, ਤੁਸੀਂ ਤਾਂ ਸਾਡੇ ਟਿਊਬਲ ਦਾ ਕਨੈਕਸ਼ਨ ਲਾਉਣਾ ਸੀ ਅੱਜ। ਉਹ ਨਾ ਜੀ ਨਾ ਸਰਪੰਚ ਸਾਹਿਬ, ਅੱਜ ਸਾਡੇ ਕੋਲ ਟਾਈਮ ਹੈ ਨਹੀਂ, ਅੱਜ ਅਸੀਂ ਤੁਹਾਡਾ ਕਨੈਕਸ਼ਨ ਨਹੀਂ ਲਾ ਸਕਦੇ। ਜਾਂਦੇ ਯਾਰ, ਚੰਗੇ ਬੰਦੇ ਹੋ, 3 ਮਹੀਨੇ ਤੋਂ ਸਾਨੂੰ ਖੱਜਲ ਕਰੀ ਜਾ ਰਹੇ ਹੋ, ਅੱਜ ਫੇਰ ਦਾ ਫੇਰ ਫਾਇਲ ਆਇਆ। ਉਹ ਯਾਰ, ਇੱਕ ਸਰਪੰਚ ਨੂੰ ਇੱਦਾਂ ਖੱਜਲ ਕਰ ਸਕਦੇ ਹੋ ਤੇ ਆਮ ਜਨਤਾ ਦਾ ਕੀ ਹਾਲ ਕਰਦੇ ਹੋਵੋਗੇ? ਸਰਪੰਚ ਸਾਹਿਬ, ਇਹਨਾਂ ਨੂੰ ਅਸੀਂ 5000 ਰੁਪਇਆ ਰਿਸ਼ਵਤ ਦਿੱਤੀ ਆ, ਫੇਰ ਵੀ ਸਾਨੂੰ ਲਾਰਾ ਲਾਈ ਜਾਂਦੇ ਆ। ਅਜੇਈ ਸਾਹਿਬ, ਸਾਡੇ ਗਰੀਬਾਂ ਕੋਲ ਤੁਹਾਨੂੰ ਕੀ ਲੱਭਣਾ ਹੈ? ਉਹ ਵੇਖੋ ਸਰਪੰਚ ਸਾਹਿਬ ਮੋਢੇ ਵਾਲੇ ਸਾਈਕਲ ਤੇ ਆਏ ਨੇ, ਪਹਿਲਾਂ ਇਹਨਾਂ ਦਾ ਕਨੈਕਸ਼ਨ ਲਾਓ, ਤੁਹਾਡਾ ਮੂੰਹ ਮੱਥਾ ਵੀ ਝੁਲਸਣਗੇ। ਮੁਕਤੀ ਗੱਲ ਇਹ ਆ ਬਾਲਾ ਜੀ ਕਿ ਤੁਹਾਡਾ ਕਨੈਕਸ਼ਨ ਲਾਏ ਬਿਨਾਂ ਅਸੀਂ ਤੋਂ ਜਾ ਨਹੀਂ ਸਕਦੇ। ਨਾ ਪਹਿਲਾਂ ਸਰਪੰਚ ਦਾ ਕਨੈਕਸ਼ਨ ਲਾ ਖਾਂ, ਉਹ ਜਿਹੜਾ ਕਤੂਰੀ ਅੰਗ ਸੁੰਘਦਾ ਸੁੰਘਦਾ ਤੇਰੇ ਪਿੱਛੇ ਆ ਗਿਆ। ਉਹ ਰੱਬ ਦਾ ਵਾਸਤਾ ਹੀ, ਉਹ ਵੇਖੋ ਕਿਵੇਂ ਉਸਲ ਵੱਟੇ ਲੈਣ ਡਿਆ, ਕਿਵੇਂ ਘੰਟੇ ਦਾ ਖੜਾ ਗੇਰ ਤੇ ਗੇਰ ਬਦਲੀ ਜਾਣ ਡਿਆ। ਹੁਣ ਤਾਂ ਮਸਾਂ ਹੀ ਫੜਫੜਾ ਕੇ ਰਾਤ ਨੂੰ ਨਿਊਟਰਲ ਕਰਨਾ ਪੈਂਦਾ। ਸਰ, ਮੈਨੂੰ ਲੱਗਦਾ ਇਹਨਾਂ ਮਰਾਸੀਆਂ ਦੀ ਸਿਫਾਰਿਸ਼ ਮੰਨ ਹੀ ਲੈਣੀ ਚਾਹੀਦੀ ਹੈ, ਹੋ ਸਕਦਾ ਇੱਥੋਂ ਖੁਸ਼ ਹੋ ਕੇ ਕਨੈਕਸ਼ਨ ਲਵਾ ਹੀ ਲੈਣ। ਠੀਕ ਹੈ ਸਰਪੰਚ ਸਾਹਿਬ, ਆ ਹੁਣ ਪਾਲਾ ਸਾਹਿਬ ਤੇ ਬਾਲਾ ਸਾਹਿਬ ਦੀ ਸਿਫਾਰਿਸ਼ ਆ, ਟਾਲ ਅਸੀਂ ਇਹਨਾਂ ਨੂੰ ਸਕਦੇ ਨਹੀਂ। ਚਲੋ ਪਹਿਲਾਂ ਤੁਹਾਡੇ ਟੂਬਲ ਦੇ ਫਾਹ ਵੜਦੇ ਆ। ਕਮਾਲ ਕਰਤੀ ਯਾਰ, ਬਹੁਤ ਬਹੁਤ ਮਿਹਰਬਾਨੀ ਬਾਲਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਪਾਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆ ਜਾਓ ਆ ਜਾਓ।
ਇਹਨੂੰ ਆਂਦੇ ਰੱਬ ਦੀਆਂ ਰਹਿਮਤਾਂ। ਹੁਣ ਅਸੀਂ ਪਾਲਾ ਬਾਲਾ ਤੋਂ ਪਾਲਾ ਸਾਹਿਬ ਤੇ ਬਾਲਾ ਸਾਹਿਬ ਹੀ ਹੋ ਗਏ। ਉਹੀ ਦਾ ਮਤਲਬ ਹੁਣ ਐਨਕਾਂ ਲਾ ਲਈਏ, ਲਾ ਹੀ ਲੈਨੇ ਆ। ਅੱਛਾ ਹੁਣ ਸੁਣ, ਜਦ ਸਾਡਾ ਵਿਆਹ ਹੋਵੇਗਾ ਤੂੰ ਮੈਨੂੰ ਖਵਾਏਗਾ ਕਿਵੇਂ? ਹੱਥਾਂ ਨਾਲ? ਉਹ ਤਾਂ ਮੈਨੂੰ ਵੀ ਪਤਾ ਹੈ, ਸਾਰੇ ਹੱਥਾਂ ਨਾਲ ਹੀ ਖਵਾਉਂਦੇ ਆ। ਚਲ ਠੀਕ ਹੈ, ਫਿਰ ਮੈਂ ਤੈਨੂੰ ਪੈਰਾਂ ਨਾਲ ਖਵਾ ਦਾਂਗਾ। ਨਹੀਂ, ਮੇਰਾ ਮਤਲਬ ਰੋਟੀ ਆਏਗੀ ਕਿੱਥੋਂ? ਉਹ ਤਵੇ ਤੋਂ। ਹੁਣ ਤੂੰ ਪੁੱਛੇਂਗੀ ਤਵੇ ਤੋਂ ਰੋਟੀ ਕਿੱਥੋਂ ਆਏਗੀ? ਵੇਖ, ਤੂੰ ਆਟਾ ਗੁੰਨੇਗੀ, ਆਟਾ ਗੁੰਦੇ ਹੋਏ ਤੇਰੀਆਂ ਚੂੜੀਆਂ ਛਨ ਛਨ ਕਰਨਗੀਆਂ। ਫਿਰ ਤੂੰ ਆਪਣੇ ਗੋਰੇ ਗੋਰੇ ਹੱਥਾਂ ਨਾਲ ਇੱਕ ਪੇੜਾ ਬਣਾਏਗੀ, ਉਸਨੂੰ ਵੇਲੇਂਗੀ, ਉਸਨੂੰ ਤਵੇ 'ਤੇ ਪਾਏਂਗੀ, ਅਤੇ ਫਿਰ ਹੌਲੀ ਹੌਲੀ ਫੁਲਕਾ ਫੁੱਲੂਗਾ, ਤੂੰ ਉਹਨੂੰ ਥਾਲੀ 'ਚ ਸਜਾਏਂਗੀ, ਅਤੇ ਫਿਰ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਵਾਵਾਂਗਾ। ਅੱਛਾ ਗੱਲ ਸੁਣ, ਤੂੰ ਰੋਟੀ ਕਮਾਏਗਾ ਕਿਵੇਂ? ਮਤਲਬ ਕਰਨ ਕੋਈ ਕੰਮ ਕਾਜ ਤਾਂ ਕਰਨਾ ਹੀ ਪਏਗਾ ਨਾ। ਕੋਈ ਨੌਕਰੀ ਕਰ ਲਵਾਂਗੇ ਜਾਂ ਫਿਰ ਖੇਤੀ। ਨੌਕਰੀ ਲਈ ਪੜ੍ਹਾਈ ਜ਼ਰੂਰੀ ਹੈ ਅਤੇ ਖੇਤੀ ਲਈ ਜ਼ਮੀਨ। ਉਹ ਪੜ੍ਹਾਈ ਦਾ ਸਰਟੀਫਿਕੇਟ ਤਾਂ ਮੈਂ ਐਵੇਂ ਬਣਵਾ ਲੈਣਾ, ਅਤੇ ਰਹੀ ਗੱਲ ਖੇਤੀ ਦੀ, ਖੇਤੀ ਆਪਾਂ ਗਮਲਿਆਂ 'ਚ ਕਰ ਲਵਾਂਗੇ। ਗਮਲਿਆਂ 'ਚ ਕਣਕ ਬੀਜਾਂਗੇ, ਮੱਕੀ ਬੀਜਾਂਗੇ, ਭੋਰਾ ਮੂਲੀਆਂ ਵੀ ਉਗਾ ਲਾਂਗੇ, ਨਾਲੇ ਗਮਲਿਆਂ ਨੂੰ ਆਪਾਂ ਛੱਤੇ ਰੱਖ ਲਾਂਗੇ। ਵਾਹ ਵਾਹ ਵਾਹ, ਤੇ ਤੂੰ ਗਮਲਿਆਂ 'ਚ ਖੇਤੀ ਕਰੇਂਗਾ ਤੇ ਮੈਂ ਪੱਤਾ ਲੈ ਕੇ ਤੇਰੇ ਕੋਲ ਆਵਾਂਗੀ, ਹੈ ਨਾ? ਓਏ ਹਾਏ, ਜੱਟੀ 15 ਗਮਲਿਆਂ ਵਾਲੀ, ਪੱਤਾ ਲੈ ਕੇ ਛੱਤ ਤੇ ਚੱਲੀ। ਦਫਾਓ, ਜੇ ਮੇਰੇ ਨਾਲ ਵਿਆਹ ਕਰਨਾ ਨਾ ਤਾਂ ਕੋਈ ਚੱਜ ਦੀ ਨੌਕਰੀ ਕਰਨੀ ਪਏਗੀ, ਵਰਨਾ ਮੇਰੇ ਪਾਪਾ ਨੇ ਮੇਰਾ ਵਿਆਹ ਕਿਤੇ ਹੋਰ ਕਰ ਦੇਣਾ। ਚੱਲ ਠੀਕ ਹੈ, ਮੈਂ ਆਪਣੇ ਬਾਪੂ ਨਾਲ ਗੱਲ ਕਰਦਾ, ਉਹ ਮੈਨੂੰ ਕੋਈ ਚੱਜ ਦੀ ਨੌਕਰੀ ਲੱਭ ਕੇ ਦੇ ਦੇਣਗੇ। ਦੇਖੋ ਬਈ, ਸਾਡੇ ਰਿਕਾਰਡ 'ਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੁਸੀਂ ਗਲਾਸ ਵੀ ਬਣਾਉਂਦੇ। ਵੈਸੇ ਕੰਮ ਤਾਂ ਤੁਹਾਡਾ ਇਲੀਗਲ ਹੈ, ਹੁਣ ਦੱਸੋ ਸਾਨੂੰ ਕੀ ਸੁਪਨੇ ਆਉਂਦੇ ਨੇ ਕਿ ਤੁਸੀਂ ਗਲਾਸ ਵੀ ਬਣਾਉਂਦੇ ਹੋ? ਉਹ ਐਕਸੀਅਨ ਸਾਹਿਬ, ਜਿਹੜੇ ਗਲਾਸ 'ਚ ਤੁਸੀਂ ਪਾਣੀ ਪੀ ਰਹੇ ਹੋ ਨਾ, ਇਹ ਵੀ ਸਾਡੀ ਫੈਕਟਰੀ ਦਾ ਹੀ ਬਣਿਆ ਹੋਇਆ। ਉਹ ਮੁੰਡਿਆ, ਆ ਇਲੀਗਲ ਗਲਾਸ ਕਿੱਥੋਂ ਆਏ ਹੋਏ? ਸੈੱਟ ਇਹਨਾਂ ਨੂੰ ਬਾਹਰ। ਜਿਹੜੇ ਦੋ ਦਰਜਨ ਤੁਹਾਡੇ ਘਰ ਭਜਵਾਏ ਨੇ ਜੀ, ਉਹ ਵੀ ਸੈੱਟ ਦਾ ਬਾਹਰ। ਸ਼ਟ ਅਪ। ਸਰ ਜੀ, ਸਾਡਾ ਫੈਸਲਾ ਤਾਂ ਹੋ ਲੈਣ ਦਿਓ, ਕਿਉਂ ਗਲਾਸ ਚੁੱਕ ਚੁੱਕ ਕੇ ਬਾਹਰ ਸੁਟਾ ਰਹੇ ਹੋ? ਊਂ ਤੁਹਾਨੂੰ ਚੇਅਰਮੈਨ ਸਾਹਿਬ ਨੇ ਵੀ ਫੋਨ ਕੀਤਾ ਹੋਣਾ। ਹਾਂ, ਆਇਆ ਸੀ ਫੋਨ। ਚੇਅਰਮੈਨ ਸਾਹਿਬ ਨੇ ਕਿਹਾ ਸੀ ਕਿ ਨਜਾਇਜ਼ ਨਹੀਂ ਹੋਣੀ ਚਾਹੀਦੀ, ਪਰ ਉਹਨਾਂ ਨੇ ਇਹ ਕਲੀਅਰ ਨਹੀਂ ਕਰਿਆ ਕਿ ਨਜਾਇਜ਼ ਤੁਹਾਡੇ ਨਾਲ ਨਹੀਂ ਹੋਣੀ ਚਾਹੀਦੀ ਜਾਂ ਸਾਡੇ ਨਾਲ। ਸਰ, ਇਹ ਤਾਂ ਕੋਈ ਗੱਲ ਨਾ ਬਣੀ। ਤੁਸੀਂ 2 ਲੱਖ ਫਾਈਨ ਜਮ੍ਹਾਂ ਕਰਾਓ, ਗੱਲ ਤਾਂ ਆਪ ਹੀ ਬਣ ਜੂਗੀ, ਬਿਜਲੀ ਵੀ ਚਾਲੂ ਕਰ ਦਾਂਗੇ, ਬਾਕੀ ਇਨਕੁਆਇਰੀ 'ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ, ਗਲਾਸ ਦਾ ਗਲਾਸ ਅਤੇ ਥਾਲੀ ਦੀ ਥਾਲੀ ਹੋ ਜੂ। ਮਤਲਬ ਸਾਨੂੰ ਭਾਂਡੇ 'ਚ ਵਾੜ ਕੇ ਹੀ ਛੱਡੋਗੇ, ਕੰਮ ਨਹੀਂ ਕਰੋਗੇ? ਆਪਦੇ ਕੰਮ ਕਰਕੇ ਮੈਂ ਇੱਥੇ ਟਿਕਿਆ ਹੋਇਆ, 3 ਸਰਕਾਰਾਂ ਬਦਲ ਗਈਆਂ, ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ ਜੋ ਮੈਨੂੰ ਹਿਲਾ ਸਕੇ। ਬਾਕੀ ਜਾਓ, ਤੁਸੀਂ ਆਪਦਾ ਕੰਮ ਕਰੋ। ਅੱਛਾ, ਚੱਲ ਫਿਰ ਚੱਲੀਏ, ਕੋਈ ਤਰੀਕਾ ਲੱਭੀਏ। ਆ ਐਕਸੀਅਨ ਸਾਹਿਬ ਨੂੰ ਹਿਲਾਉਣ ਦਾ? ਨਹੀਂ, ਆਪਣਾ ਕੰਮ ਕਰਾਉਣ ਦਾ, ਇਹਨਾਂ ਨੂੰ ਕੌਣ ਹਿਲਾ ਸਕਦਾ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਠੀਕ ਹੈ। ਪਾਵਰ ਮੰਤਰੀ ਜੀ ਕੋਲ ਟਾਈਮ ਹੈ ਨੀ, 1 ਮਿੰਟ ਹੈ ਤੁਹਾਡੇ ਕੋਲ ਗੱਲ ਕਰਨ ਵਾਸਤੇ। ਹੋਰ ਕਿੰਨੇ ਬੰਦੇ ਨੇ? ਫੜ ਆਇਆ ਪਿਆ ਜੀ, ਬਾਹਰ ਤਾਂ ਬੰਦਿਆਂ ਦਾ। ਇਲੈਕਸ਼ਨਾਂ ਦੇ ਦਿਨ ਨੇ, ਨਾ ਚਾਹ ਕੇ ਵੀ ਤੁਹਾਨੂੰ ਸਾਰਿਆਂ ਨੂੰ ਮਿਲਣਾ ਪੈਣਾ। ਹਾਂ, ਇਹ ਠੀਕ ਹੈ। ਬਿਜਲੀ ਮਾਫੀ ਵਾਲਾ ਕੋਲ ਹੈ ਜੀ। ਹਾਂ ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਜੀ, ਸਤਿ ਸ਼੍ਰੀ ਅਕਾਲ। ਕੁਰਸੀਆਂ ਟਿਕੀਆਂ ਰਹਿਣ, ਰੋਟੀ ਠੱਪੇ ਰਹਿਣ, ਗੱਪੇ ਲੱਗੇ ਰਹਿਣ, ਕਪੜੇ ਟੱਕੇ ਰਹਿਣ। ਬਸ ਆ ਵੀ ਮਰਸਿਓ, ਜਲਦੀ ਜਲਦੀ ਦੱਸੋ ਕਿਵੇਂ ਆਉਣਾ ਹੋਇਆ। ਉਹ ਪਹਿਲਾਂ ਕੋਈ ਚਾਹ ਪਾਣੀ ਤਾਂ ਪੁੱਛ ਲਾ, ਉਹ ਤੂੰ ਤਾਂ ਐਂ ਗੱਲ ਕਰਨ ਡਿਆ ਜਿਵੇਂ ਕਿਤੇ ਚਰੀ 'ਚ ਡੰਗਰ ਵੜ ਆਇਆ ਹੁਣ। ਜ਼ਖਮ ਦੇਣ ਨੂੰ ਪਾਲਾ ਤੇ ਮੱਲਮ ਲਾਉਣ ਨੂੰ ਬਾਲਾ, ਰੱਬ ਝੂਠ ਹੀ ਬੁਲਾਵੇ, ਅਸੀਂ ਕੋਈ ਮਰਾਸੀ ਮਰੂਸੀ ਨਹੀਂ, ਤੇਰੀਆਂ ਚੱਲਦੀਆਂ ਫਿਰਦੀਆਂ ਵੋਟਾਂ ਵਜ਼ੀਰਾ। ਉਹ ਜਾ ਬਈ ਵਰਿਆਮ, ਚਾਹ ਮੰਗਵਾ ਲਈ। ਚਾਹ ਮਿੱਠੀ ਪੀਓਗੇ ਫਿੱਕੀ?
ਉਹ ਬਈ ਮਿੱਠੀ ਪੀਆਂਗੇ ਔਰ ਸਾਨੂੰ ਕੋਈ ਸ਼ੂਗਰ ਹੋਈ ਹੈ ਜਾਂ ਸਾਡੇ ਤੇ ਕੋਈ ਕੀੜੀਆਂ ਚੜਦੀਆਂ ਵੇਖ ਲਈਆਂ। ਉਹ ਪੱਤੀ ਠੋਕ ਕੇ ਕਿ ਪੱਤੀ ਰੋਕ ਕੇ? ਉਹ ਪੱਤੀ ਬਰਾਬਰ ਦੀ ਪੀਆਂਗੇ ਔਰ ਠੋਕ ਕੇ ਪੀਣ ਨੂੰ ਹਾਂ ਕੋਈ ਟਰੱਕ ਚਲਾਉਣਾ। ਓ ਯਾਰ ਤੁਸੀਂ ਕਿੱਦਾਂ ਦੀ ਚਾਹ ਪੀਓਗੇ? ਰੱਬ ਦਾ ਵਾਸਤਾ ਜਿਹੜੀ ਮਰਜ਼ੀ ਲੈ ਆਵੀ ਪਰ ਤਵੀਤਾਂ ਵਾਲੀ ਚਾਹ ਨਾ ਲੈ ਕੇ। ਤਵੀਤਾਂ ਵਾਲੀ ਚਾਹ? ਆ ਜਿਹੜੀ ਤਵੀਤ ਵਰਗੀ ਪੂੜੀ ਦੇ ਲੱਕ ਨਾਲ ਨਾਲਾ ਜਿਹਾ ਬੰਨ ਕੇ ਤੱਤੇ ਪਾਣੀ ਦੇ ਵਿੱਚ ਡੱਪ ਡੱਪ ਕਰਕੇ ਗੋਤੇ ਲਵਾਉਂਦੇ ਹੋ ਨਾ, ਸੌ ਗੁਰੂ ਦੀ ਬੱਕ ਬੱਕੀ ਜੀ ਉੱਕੇ ਹੀ ਚੰਗੀ ਨਹੀਂ ਲੱਗਦੀ। ਉਹ ਗੱਲ ਮੁਕਾ, ਉਹ ਦੁੱਧ ਵਿੱਚ ਪੱਤੀ ਪਾ, ਵਿੱਚ ਕੜਜੀ ਕੜਜੀ ਖੰਡ ਪਾ, ਨਾਲ ਅੱਧਾ ਕਿਲੋ ਜਲੇਬੀਆਂ ਮੰਗਾ, ਬਾਅਦ ਚ ਬੰਦੇ ਦੇ ਮੂੰਹ ਵੀ ਮਿੱਠਾ ਕਰਨਾ ਹੁੰਦਾ। ਉਹ ਜਾ ਵੀ ਹੁਣ ਕੇ ਪੂਰੀ ਬੇਇੱਜ਼ਤੀ ਕਰਵਾ ਕੇ ਜਾਏਗਾ। ਬਸ ਰਹਿ ਗਈ ਆ ਕੋਈ? ਹਾਂ ਚਲੋ ਵੀ ਚਾਹ ਤੇ ਆ ਜਾਏਗੀ, ਜਲਦੀ ਜਲਦੀ ਕੰਮ ਦੱਸੋ। ਕੰਮ ਤਾਂ ਜਜਮਾਨਾ ਬਾਹਲਾ ਹੀ ਛੋਟਾ। ਉਹ ਤੈਨੂੰ ਕਰਦੇ ਹੋ ਸ਼ਰਮ ਆਏਗੀ, ਤੇਰੀ ਆਤਮਾ ਤੈਨੂੰ ਕੋਸੇਗੀ ਕਿ ਕੋਈ ਕੰਮ ਸੀ ਕਰਨ ਵਾਲਾ। ਉਹ ਇਦਾਂ ਦੇ ਕੰਮ ਤਾਂ ਜਨਤਾ ਦੇ ਆਪੇ ਹੀ ਹੋ ਜਾਣੇ ਚਾਹੀਦੇ ਨੇ। ਓਏ ਕੰਮ ਤਾਂ ਦੱਸੋ। ਉਹ ਜੀ ਰਕੀ ਦੱਸੀਏ, ਏਡਾ ਛੋਟਾ ਕੰਮ ਸਾਨੂੰ ਤਾਂ ਦੱਸਦੇ ਹੋ ਸ਼ਰਮ ਆਉਂਦੀ ਹੈ। ਅੱਛਾ ਠੀਕ ਹੈ ਭਾਈ, ਜਦੋਂ ਸ਼ਰਮ ਲੈ ਜਾਏਗੀ ਤਦ ਆ ਜਾਣਾ। ਲੈ ਜੀ, ਇਹ ਸਾਡਾ ਕਾਕਾ ਕ੍ਰਾਂਤੀ ਆ ਜੀ, ਬਸ ਇਹਨੂੰ ਨੌਕਰੀ ਲਵਾ ਦਿਓ। ਤੁਹਾਡੀ ਅੰਗ ਥੋੜਾ ਜਿੱਦੀ ਹੈ, ਕਹਿੰਦਾ ਲੱਗਣਾ ਤਾਂ ਬਸ ਬਿਜਲੀ ਮਹਿਕਮੇ 'ਚ ਲੱਗਣਾ। ਕਿੰਨਾ ਕੁ ਪੜਿਆ? ਬਸ ਦੋ ਚਾਰ ਜਮਾਤਾਂ ਕੀਤੀਆਂ ਹੋਣੀਆਂ, ਅਸੀਂ ਗਿਣੀਆਂ ਨੇ। ਨਾਲੇ ਗਿਣਦੇ ਤਾਂ ਜੀ ਅਸੀਂ ਘਰੇ ਬਹਿੰਦੇ ਹੋਈਏ, ਕੰਮਾਂ ਕਾਰਾਂ 'ਚ ਇੰਨਾ ਮਸਰੂਫ ਰਹੀਦਾ, ਸੌਂ ਗਰਾਂ ਦੀ ਆ ਗਿਣ ਦਾ ਟਾਈਮ ਹੀ ਨਹੀਂ ਲੱਗਿਆ। ਬੁੜਾ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ, ਚੌਥੀ ਫਿਰ ਬੱਚੇ ਨੂੰ ਨੌਕਰੀ ਦਵਾ ਰਹੇ ਹੋ? ਜਜਮਾਨਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੰਮ ਹੀ ਇੰਨਾ ਛੋਟਾ ਕਿ ਤੈਨੂੰ ਕਰਦਿਆਂ ਨੂੰ ਵੀ ਸ਼ਰਮ ਆਊਗੀ। ਬੈਠੋ ਕਾਕਾ। ਨਾ ਨਾ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਆ ਰਹੀ, ਜਦੋਂ ਲੈਕਚਰਰ ਸੀਗੇ ਉਦੋਂ ਤਾਂ ਬੜਾ ਸੰਗ ਪੜ ਰਿਹਾ ਸੀਗਾ ਕਿ ਜੇ ਜਿੱਤ ਗਏ ਤਾਂ ਨੌਕਰੀਆਂ ਹੀ ਨੌਕਰੀਆਂ। ਉੱਪਰ ਚੌਥੀ ਫਿਰ ਬੱਚੇ ਨੂੰ ਮੈਂ ਨੌਕਰੀ ਕਿੱਥੇ ਦਵਾਵਾਂ? ਲੈ ਜਜਮਾਨਾ, ਜੇ ਤੂੰ ਤੀਜੀ ਫਿਰ ਮੰਤਰੀ ਲੱਗ ਸਕਦਾ ਤੇ ਇਹ ਚੌਥੀ ਫਿਰ ਲਾਈਨਮੈਨ ਨਹੀਂ ਲੱਗ ਸਕਦਾ? ਅੱਛਾ ਅੱਛਾ, ਅਜੇ ਮੈਂ ਕੁਛ ਨਹੀਂ ਕਰ ਸਕਦਾ, 6 ਮਹੀਨੇ ਬਾਅਦ ਮਿਲੋ ਫਿਰ ਦੇਖਾਂਗੇ ਕੀ ਕਰ ਸਕਦਾ ਮੈਂ। ਆ ਗਈਆਂ ਤੁਹਾਡੇ ਆਸੇ ਦੁੱਧ ਜਲੇਬੀਆਂ। ਉਹ ਅਹੀਂ ਕੋਈ ਜਲੇਬੀਆਂ ਦੇ ਭੁੱਖੇ ਨਹੀਂ, ਚੱਲੋ ਕਾਕਾ ਚੱਲੀਏ ਮੇਰੀ ਅਲਕ ਚੱਕ ਲਈ। ਚਲੋ ਜਲੇਬੀਆਂ ਨੇ ਥੋੜੇ ਸਾਨੂੰ ਨਾ ਕੀਤੀ ਹੈ, ਖਾਣ ਪੀਣ ਤੇ ਕਾਹਦਾ ਗੁੱਸਾ, ਜਲੇਬੀਆਂ ਤੇ ਖਾ ਚੱਲੀਏ। ਇਹ ਵੀ ਗੱਲ ਠੀਕ, ਗੱਲ ਕਾਕੇ ਦੀ ਠੀਕ ਹੈ। ਚੱਕ ਭਾਈ ਆਪਣੀ ਲਓ ਜੀ, ਲਓ ਨੌਕਰੀ ਤੇ ਮਿਲੀ ਦੀ ਅਲਕ ਵੀ ਲਗਵਾ ਲਈ। ਬੋਲੋ ਸਰਪੰਚ ਸਾਹਿਬ, ਪਲੀਜ਼ ਤੁਸੀਂ ਲੱਭੋ ਕੋਈ ਸਿਫਾਰਿਸ਼, ਬਿਜਲੀ ਵਾਲਿਆਂ ਨੇ ਤਾਂ ਮੈਨੂੰ ਭਾਂਡੇ 'ਚ ਵਾੜਿਆ ਹੋਇਆ, ਕੋਈ ਹੱਥ ਪੱਲਾ ਹੀ ਨਹੀਂ ਫੜਾ ਰਹੇ। ਸੁਰਜੀਤ ਸਿੰਘ ਜੀ, ਕਿਤੇ ਜਾਣ ਦੀ ਲੋੜ ਨਹੀਂ, ਕੋਈ ਚੱਕਰ ਨਹੀਂ। ਸਾਡੇ ਪਿੰਡ ਦੇ ਪਾਲਾ ਤੇ ਬਾਲਾ ਮਰਾਸੀ ਨੇ ਨਾ, ਬੜੀ ਚੱਲਦੀ ਹੈ ਉਹਨਾਂ ਦੀ, ਉਹਨਾਂ ਨੂੰ ਨਾਲ ਲੈ ਜਾਓ, ਮਿੰਟੋ ਮਿੰਟੀ ਤੁਹਾਡਾ ਕੰਮ ਹੋਊ, ਮਿੰਟੋ ਮਿੰਟੀ। ਮਰਾਸੀ ਉਹ ਮਜ਼ਾਕ ਤੁਸੀਂ ਕਰ ਰਹੇ ਹੋ? ਉਹ ਮਜ਼ਾਕ ਨਹੀਂ ਕਰ ਰਿਹਾ ਮਹਾਰਾਜ, ਤੁਹਾਨੂੰ ਉਹਨਾਂ ਦਾ ਪਤਾ ਨਹੀਂ, ਮੇਰਾ ਆਪਣਾ ਟਿਊਬਵੈਲ ਦਾ ਕਨੈਕਸ਼ਨ 3 ਮਹੀਨੇ ਤੋਂ ਲਟਕ ਰਿਹਾ ਸੀ, ਮਾੜਾ ਜਿਹਾ ਪਾਲੇ ਬਾਲੇ ਹੋਰਾਂ ਕਿਹਾ, ਜੇਈ ਨੇ ਕੋਲ ਖਲੋ ਕੇ ਕਨੈਕਸ਼ਨ ਚਾਲੂ ਕਰਾਇਆ ਸੀ। ਕੀ ਗੱਲ ਕਰਦੇ ਹੋ ਤੁਸੀਂ? ਹਾਂਜੀ, ਮੈਨੂੰ ਮੇਰੇ ਕੱਟੇ ਦੀ ਸੌਂ, ਇਹ ਮੇਰੇ ਅੱਖੀ ਵੇਖਣ ਦੀ ਗੱਲ ਜੇ, ਜੇ ਨਹੀਂ ਦੀਵਾਰ ਦੇ ਪਿੱਛੇ ਖੜਾ ਜੇ ਮੰਤਰੀ ਦਾ ਚਪੜਾਸੀ, ਇਹਨੂੰ ਪੁੱਛ ਲਓ। ਆਹੋ ਜੀ, ਸਾਡੇ ਮੰਤਰੀ ਸਾਹਿਬ ਤਾਂ ਕਿਸੇ ਨੂੰ ਚਾਹ ਦਾ ਕੱਪ ਨਹੀਂ ਪੁੱਛਦੇ, ਪਰ ਮਰਾਸੀ ਉੱਥੇ ਦੁੱਧ ਨਾਲ ਜਲੇਬੀਆਂ ਖਾ ਰਹੇ ਸੀ। ਚੱਲ ਫਿਰ ਚੱਲੀਏ, ਆਪਾਂ ਇਹ ਸਿਫਾਰਿਸ਼ ਵੀ ਲਵਾ ਕੇ ਦੇਖ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 10,000 ਥਾਲੀ ਯੋਗਾਂਡਾ ਭਿਜਵਾ ਦਿਓ। ਸਰ ਲਾਈਟ ਤਾਂ ਹੈ ਨਹੀਂ, ਆ ਥਾਲੀਆਂ ਕਿੱਦਾਂ ਭੇਜਣੀਆਂ? ਆ ਸਰ ਮੈਨੂੰ ਲੱਗਦਾ ਕਨੈਕਸ਼ਨ ਕੱਟੇ ਜਾਣ ਦਾ ਸਾਰਾ ਬੋਝ ਤੁਹਾਡੇ ਦਿਲ ਤੇ ਪੈ ਰਿਹਾ, ਆ ਤੁਸੀਂ ਇੰਜ ਕਰੋ ਆ ਦਵਾਈ ਖਾ ਲਓ। ਕੁਛ ਨਹੀਂ ਹੋਇਆ ਮੇਰੇ ਦਿਲ ਨੂੰ ਯਾਰ, ਕੁਛ ਨਹੀਂ ਹੋਇਆ। ਸੁਣਿਆ ਤੁਸੀਂ ਥਾਲੀਆਂ ਬਣਾਉਂਦੇ ਹੋ? ਤੁਸੀਂ ਕਿਹੜੇ ਮਹਿਕਮੇ ਤੋਂ? ਐਕਸਾਈਜ਼, ਇਨਕਮ ਟੈਕਸ ਜਾਂ ਪੋਲੂਸ਼ਨ ਡਿਪਾਰਟਮੈਂਟ ਤੋਂ? ਮੈਂ ਅਸੀਂ ਤਾਂ ਗਾਹਕ, ਮੈਂ ਤਾਂ ਮੈਡਮ ਹੀ ਬੜੇ ਵੱਖਰੇ ਟੈਪ ਟੂਪ ਦੀਆਂ, ਮੈਨੂੰ ਤਾਂ ਸ਼ੋਪਿੰਗ ਦਾ ਸ਼ੌਕ ਹੀ ਬੜਾ ਹੈ। ਸ਼ੁਕਰ ਹੈ, ਸ਼ੁਕਰ ਹੈ ਕੋਈ ਗਾਹਕ ਆਇਆ ਹੈ, ਨਹੀਂ ਤਾਂ ਇਸ ਫੈਕਟਰੀ 'ਚ ਗਾਹਕ ਘੱਟ ਛਾਪੇ ਮਾਰਨ ਵਾਲੇ ਜ਼ਿਆਦੇ ਆਉਂਦੇ ਹੈ। ਮੈਂ ਤਾਂ ਬੜੇ ਹੀ ਦਿਨਾਂ ਤੋਂ ਥਾਲੀਆਂ ਲੱਭਣ ਡਈ ਸੀ, ਇਹ ਤਾਂ ਮੈਂ ਇਹਨੂੰ ਇੱਥੇ ਲੈ ਕੇ ਆਈ। ਵੇਖਾਂ ਜੇ ਤੂੰ ਚੰਗੀਆਂ ਤੇ ਸਸਤੀਆਂ ਥਾਲੀਆਂ ਲੈਣੀਆਂ ਤੇ ਜੀਤਾ ਇੰਟਰਨੈਸ਼ਨਲ ਤੋਂ ਲੈ। ਕਿੰਨੀਆਂ ਕੁ ਥਾਲੀਆਂ ਚਾਹੀਦੀਆਂ ਤੁਹਾਨੂੰ, 1,000 ਕਿ 2,000 ਪੀਸ?
ਜੇ 1000 ਪੀਸ ਚਾਹੀਦਾ ਹੈ ਨਾ ਤਾਂ 80 ਰੁਪਏ ਥਾਲੀ ਲੱਗੇਗੀ, ਜੇ 2000 ਪੀਸ ਲਓਗੇ ਤਾਂ 75 ਲਾ ਲਾਂਗੇ, ਜੇ 10000 ਲੈਣੀਆਂ ਹੋਣ ਤੇ ਫਿਰ ਤੁਹਾਨੂੰ ਠਹਿਰਨਾ ਪਏਗਾ। ਲੈ ਇਹ ਕੋਈ ਹਿੱਲ ਸਟੇਸ਼ਨ ਹੈ ਜਿਹੜਾ ਅਸੀਂ ਇੱਥੇ ਠਹਿਰ ਜਾਈਏ? ਓ ਜੀ ਇਹਨਾਂ ਦਾ ਮਤਲਬ ਹੈ ਵੇਟ ਕਰਨੀ ਪਵੇਗੀ, ਆ ਬਿਜਲੀ ਮਹਿਕਮੇ ਨੇ ਸਾਡੀ ਬਿਜਲੀ ਕੱਟੀ ਹੋਈ ਹੈ, ਆ ਪ੍ਰੋਡਕਸ਼ਨ ਹੋ ਨਹੀਂ ਰਹੀ। ਅੱਜ ਕੱਲ ਚ ਸਾਨੂੰ ਦੁਬਾਰਾ ਬਿਜਲੀ ਮਿਲ ਜਾਣੀ ਹੈ, 10000 ਥਾਲੀ ਤੁਹਾਨੂੰ 65 ਰੁਪਏ ਦੇ ਹਿਸਾਬ ਨਾਲ ਲਾ ਦਾਂਗੇ। ਤੂੰ ਸਿੱਧੀ ਗੱਲ ਕਰ ਸਰਦਾਰਾ, ਕਿੰਨੀਆਂ ਥਾਲੀਆਂ ਲਵਾਂ ਕਿ ਮੈਨੂੰ ਸਾਰੀਆਂ ਥਾਲੀਆਂ ਮੁਫਤ ਪੈ ਜਾਣ? ਤੁਸੀਂ ਤਾਂ ਮਜ਼ਾਕ ਕਰ ਰਹੇ ਹੋ। ਇਹਨਾਂ ਦਾ ਤਾਂ ਕੰਮ ਹੀ ਹੈ ਮਜ਼ਾਕ ਕਰਨਾ, ਇਹ ਤਾਂ ਮਸ਼ਹੂਰ ਮਰਾਸੀ ਪਾਲੇ ਦੀ ਵੈਫ ਹੈ ਤੇ ਬਾਲੇ ਦੀ ਭਾਬੀ ਹੈ। ਭਾਬੀ ਜੀ, ਭਾਬੀ ਜੀ ਹੁਕਮ ਕਰੋ, ਕਿੰਨੀਆਂ ਥਾਲੀਆਂ ਚਾਹੀਦੀਆਂ ਤੁਹਾਨੂੰ? ਕਰੋ ਤੇ ਮੈਂ ਇੱਕ ਥਾਲੀ ਲੈਣ ਆਈ ਸੀ, ਪਰ ਸਰਦਾਰਾ ਤੂੰ ਜ਼ੋਰ ਪਾਉਂਦਾ ਤੇ ਦੋ ਲੈ ਲੈਂਦੀ ਆ। ਚਾਰ ਵਧੀਆ ਕੁਆਲਿਟੀ ਦੀਆਂ ਥਾਲੀਆਂ ਪੈਕ ਕਰਵਾ ਦੇ। ਲੋ ਜੀ ਗੱਲ ਸੁਣ, ਅੱਠ ਕਰਵਾ ਦੇ, ਅੱਠ ਠੀਕ ਹੈ, ਆਏ ਗਏ ਵਾਸਤੇ ਵੀ ਚਾਹੀਦੀਆਂ ਹੁੰਦੀਆਂ ਹੈ। ਰੇਟ ਆਪਣੇ ਘਰ ਜਾਣੀ ਹੈ, ਰੇਟ ਦਾ ਕੀ ਮਤਲਬ ਹੈ? ਪਰਜਾਈ ਜੀ ਤੁਸੀਂ ਪਾਲਾ ਸਾਹਿਬ ਨੂੰ ਕਹਿ ਕੇ ਸਾਡਾ ਬਿਜਲੀ ਦਾ ਮਾੜਾ ਜਿਹਾ ਕੰਮ ਕਰਵਾ ਦਿਓ। ਤੂੰ ਆਉਂਦਾ ਤੇ ਮੈਂ ਕਹਿ ਦਿੰਦੀ ਹਾਂ, ਪਰ ਮੈਨੂੰ ਨਹੀਂ ਲੱਗਦਾ ਪਾਲੇ ਦੀ ਕੋਈ ਸੁਣਦਾ। ਪਰਜਾਈ ਜੀ ਤੁਹਾਨੂੰ ਆਪਣੇ ਘਰ ਵਾਲੇ ਦੀ ਕੀਮਤ ਹੀ ਨਹੀਂ ਪਤਾ। ਹੈਲੋ ਜੀ, 8 ਥਾਲੀਆਂ, ਹੋਰ ਕੋਈ ਸੇਵਾ ਦੱਸੋ। ਵੀ ਸਰਦਾਰਾ ਇਹਨਾਂ ਤੇ ਨਾਂ ਨਹੀਂ ਲਿਖਾਇਆ ਜਾ ਸਕਦਾ, ਨਾਂ ਲਿਖਾਉਣ ਨਾਲ ਥਾਲੀਆਂ ਗੁਆਚਦੀਆਂ ਨਹੀਂ ਹੈ। ਕਿਉਂ ਨਹੀਂ ਜੀ, ਦੱਸੋ ਤਾਂ ਸਹੀ ਕੀ ਲਿਖਵਾਉਣਾ ਹੈ? ਇਹਨਾਂ ਤੇ ਲਿਖਵਾ ਦੇਣਾ ਮਰਾਸੀ ਪਾਲੇ ਤੇ ਬਾਲੇ ਦੀਆਂ ਆਪਣੀਆਂ ਥਾਲੀਆਂ। ਆਪਣੀਆਂ ਮਤਲਬ? ਆਪਣੀਆਂ ਮਤਲਬ ਕਿਸੇ ਹੋਰ ਤੋਂ ਨਹੀਂ ਮੰਗੀਆਂ, ਆਪਣੀਆਂ ਹੈ। ਤੁਸੀਂ ਘਰ ਦੀ ਹਰੇਕ ਚੀਜ਼ ਤੇ ਆਪਣਾ ਨਾਂ ਲਿਖਾਇਆ ਹੋਇਆ? ਆਹੋ ਕੇ ਪਾਲੇ ਨੇ ਤਾਂ ਮੇਰੀ ਬਾਂਹ ਤੇ ਵੀ ਲਿਖਵਾਇਆ, ਪਾਲੇ ਦੀ ਆਪਣੀ ਜਨਾਨੀ। ਲਿਖਵਾਉਂਦੇ ਇਸ ਗੱਡੀ ਦੀ ਸਭ ਤੋਂ ਵਧੀਆ ਖਾਸੀਅਤ ਇਹ ਹੈ ਕਿ ਇਹਦੀ ਡਰਾਈਵ ਇੰਨੀ ਸਮੂਥ ਹੈ ਕਿ ਤੁਸੀਂ 10 ਮਿੰਟ ਪਹਿਲਾਂ ਘਰ ਪਹੁੰਚੋਗੇ ਤੇ ਆਪਣੀ ਵਾਈਫ ਦੀ ਝਿੜਕਾਂ ਤੋਂ ਬਚ ਜਾਓਗੇ। ਐਕਸਕਿਊਜ਼ ਮੀ, ਇਹਨਾਂ ਨੂੰ ਪਲੀਜ਼ ਟੈਸਟ ਡਰਾਈਵ ਤੇ ਲੈ ਕੇ ਜਾਓ। ਆਓ ਸਰ। ਬਿਜਲੀ ਬਿਜਲੀ ਕਾਟੋ, ਹਾਂ ਲੈ ਮੂੰਹ ਮਿੱਠਾ ਕਰ। ਹੋਇਆ ਕੀ ਹੈ? ਤੇਰੇ ਮੁੰਡੇ ਤੋਂ ਪਿੱਛਾ ਛੁੱਟ ਗਿਆ ਜੋ ਤੇਰੇ ਪਿੱਛੇ ਪਿਆ ਸੀ? ਪਿੱਛਾ ਨਹੀਂ ਛੁੱਟਿਆ, ਉਹਦੇ ਨਾਲ ਮੇਰੀ ਗੱਲ ਪੱਕੀ ਹੋ ਗਈ। ਗੱਲ ਪੱਕੀ ਹੋ ਗਈ? ਮਦਾਨੀਆ ਵੈਸੇ ਬਿਜਲੀ, ਹਾਂ ਤੇਰੇ ਮਜਨੂੰ ਦਾ ਕੀ ਬਣਿਆ? ਓ ਯਾਰ ਮੈਂ ਬਹੁਤ ਟੈਨਸ਼ਨ 'ਚ ਹਾਂ ਯਾਰ, ਉਹ ਕੋਈ ਕੰਮ ਕਾਜ ਹੀ ਨਹੀਂ ਕਰਦਾ ਤੇ ਇਹ ਜੇ ਵੇਲੜ ਦੇ ਨਾਲ ਮੇਰੇ ਪਾਪਾ ਨੇ ਮੇਰਾ ਵਿਆਹ ਹੀ ਨਹੀਂ ਕਰਨਾ। ਯਾਰ ਬਿਜਲੀ, ਹਾਂ ਮੈਂ ਤੈਨੂੰ ਇੱਕ ਸਕੀਮ ਦੱਸਾਂ? ਦੱਸ। ਤੂੰ ਨਾ ਉਹਦਾ ਦਿਲ ਤੋੜ ਦੇ। ਦਿਲ ਤੋੜਦਾ? ਦੇਖ ਤੂੰ ਨਾ ਐਵੇਂ ਕਰ, ਕਿਸੇ ਹੋਰ ਮੁੰਡੇ ਨਾਲ ਪਿਆਰ ਦਾ ਝੂਠਾ ਨਾਟਕ ਕਰ ਜਿਹੜਾ ਨੌਕਰੀ ਲੱਗਿਆ ਹੋਵੇ, ਕਿਉਂਕਿ ਇਹ ਸਭ ਦੇਖ ਕੇ ਯਾ ਤਾਂ ਤੇਰਾ ਮਜਨੂੰ ਪੂਰੇ ਮਜਨੂੰ ਹੋ ਜੂ ਯਾ ਫਿਰ ਕੋਈ ਨੌਕਰੀ ਹੈ ਬਿਜ਼ਨਸ ਕਰਨ ਲੱਗ ਜੂ। ਕਾਟੋ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਮੈਨੂੰ ਕਿਸੇ ਹੋਰ ਨਾਲ ਵੇਖ ਕੇ ਯਾ ਤਾਂ ਉਹ ਆਪ ਖੁਦਕੁਸ਼ੀ ਕਰ ਲੇਗਾ ਯਾ ਫਿਰ ਉਹਨੂੰ ਮਾਰ ਦੇਗਾ। ਓਹੋ ਯਾਰ ਤੈਨੂੰ ਟੈਨਸ਼ਨ ਕਿਉਂ ਲੈ ਰਹੀ ਹੈ? ਇੱਥੇ ਤੱਕ ਤਾਂ ਅਸੀਂ ਨੌਬਤ ਹੀ ਨਹੀਂ ਆਉਂਦੇ ਨੀ। ਦੇਖ ਪੁੱਤਰ ਕਰੰਟ, ਜ਼ਖਮ ਦੇਣ ਨੂੰ ਪਾਲਾ ਤੇ ਮੱਲਮ ਲਾਉਣ ਨੂੰ ਬਾਲਾ, ਰੱਬ ਝੂਠ ਹੀ ਬੁਲਾਵੇ ਸੁੱਖ ਨਾਲ ਪੁੱਤਰਾ, ਹੁਣ ਤੂੰ ਹੋ ਗਿਆ ਜਵਾਨ ਤੇ ਹੁਣ ਤੂੰ ਆਪਣੇ ਧੰਦੇ ਦੇ ਦਾ ਪੇ ਸਿੱਖ ਲੈ। ਇੱਕ ਹੱਥ ਨਾਲ ਚਮੋਟਾ ਪਕੜ ਕੇ ਦੂਸਰੇ ਹੱਥ ਤੇ ਇੰਜ ਮਾਰੀ ਦਾ। ਓਏ ਇਹਨੂੰ ਕਰਕੇ ਵਿਖਾ ਦਿੰਨੇ ਆ। ਲੈ ਹੁਣੇ ਵਿਖਾ ਦਿੰਨੇ ਆ। ਨਾਲ ਸਿੱਖੇਗਾ ਤਾਂ ਆਪਣੇ ਖਾਨਦਾਨੀ ਕੰਮ ਲੱਗੇਗਾ। ਬਿਲਕੁਲ ਬਿਲਕੁਲ ਬਿਲਕੁਲ। ਹਾਂ ਬਈ ਪਾਲੇ। ਹਾਂ ਵੀ ਪਾਲੇ। ਜਦੋਂ ਮੇਰੇ ਤੇ ਜਵਾਨੀ ਆਈ। ਜਵਾਨੀ ਆਈ? ਮੇਰੇ ਸਹੁਰਾ ਸਾਹਿਬ ਮੈਨੂੰ ਵੇਖਣ ਆਏ। ਸਹੁਰਾ ਸਾਹਿਬ ਵੇਖਣ ਆਏ? ਮੈਨੂੰ ਆ ਕੇ ਪੁੱਛਦੇ ਨੇ ਕਾਕਾ ਜੀ ਤੁਹਾਨੂੰ ਦੇਜ ਵਿੱਚ ਕੀ ਚਾਹੀਦਾ ਹੈ? ਕੀ ਚਾਹੀਦਾ? ਮੈਂ ਕਿਹਾ ਜੀ ਮੈਨੂੰ ਨੱਕੋ ਨੱਕ ਭਰਿਆ ਇੱਕ ਡੋਟਿਆਂ ਦਾ ਕੋਠਾ ਦੇ ਛੱਡੋ। ਡੋਟਿਆਂ ਦਾ ਕੋਠਾ ਦੇ ਛੱਡੋ? ਸਹੁਰਾ ਸਾਹਿਬ ਆਂਦੇ ਜੇ ਨੱਕੋ ਨੱਕ ਭਰਿਆ ਡੋਟਿਆਂ ਦਾ ਕੋਠਾ ਦੇ ਤਾਂ ਤੂੰ ਬੈਠੇਗਾ ਕਿੱਥੇ? ਬੈਠੇਗਾ ਕਿੱਥੇ? ਮੈਂ ਕਿਹਾ ਜੀ ਉਹਦੀ ਤੁਸੀਂ ਚਿੰਤਾ ਨਾ ਕਰੋ, ਬੈਠਣ ਜੋਗੀ ਥਾਂ ਤੇ ਮੈਂ ਆਥਣ ਨੂੰ ਕਰ ਲੈਣੀ। ਬਸ ਜਦ ਮੇਰੇ ਸਹੁਰਾ ਸਾਹਿਬ ਮੈਨੂੰ ਵੇਖਣ ਆਏ। ਸਹੁਰਾ ਸਾਹਿਬ ਤੈਨੂੰ ਵੇਖਣ ਆਏ?
ਉਹ ਕਹਿੰਦੇ ਮੁੰਡਾ ਸਾਨੂੰ ਲੰਬਾ ਚਾਹੀਦਾ ਨਾ ਮਧਰਾ ਚਾਹੀਦਾ, ਲੰਬਾ ਚਾਹੀਦਾ ਹੈ ਨਾ ਮਧਰਾ ਚਾਹੀਦਾ, ਹਨ ਬੈਠਕਾਂ ਲਾਣੀ ਸ਼ੁਰੂ ਕਰਤੀ, ਬੈਠਕਾਂ ਲਾਉਣੀਆਂ ਸ਼ੁਰੂ ਕਰਤੀ, ਬੈਠਕਾਂ ਲਾਣੀ ਸ਼ੁਰੂ ਕਰਤੀ, ਪਰ ਉਹ ਕਿਉਂ? ਉਹ ਮੈਂ ਕਿਹਾ ਜਿਹੜਾ ਸਾਈਜ਼ ਚਾਹੀਦਾ ਉਹ ਲੈ ਲਓ, ਉਹ ਬਸ ਕਰ ਓਏ, ਬਸ ਕਰ ਓਏ ਬਈ, ਅਸਾਂ ਹੁਣ ਆਪਣੇ ਕਰੰਟ ਦਾ ਵਿਆਹ ਕਰਨਾ, ਦੇਖ ਵੀ ਕਰੰਟ ਪੁੱਤਰ ਤੇਰੇ ਵਿਆਹ ਵਿੱਚ ਕੁੜੀ ਵਾਲਿਆਂ ਕੋਲੋਂ ਦਾਜ ਵਿੱਚ ਅਸੀਂ ਮੰਗਣਾ ਹੈ ਏਸੀ, ਨਾ ਘਰ 'ਚ ਬਿਜਲੀ ਹੈ ਨਹੀਂ, ਏਸੀ ਪਾਥੀਆਂ ਨਾ ਚੱਲਣਾ, ਦੁਰ ਫਿਟੇ ਮੂੰਹ ਓਏ, ਦੁਰ ਫਿਟੇ ਮੂੰਹ, ਇਹਨੂੰ ਆਉਂਦੇ ਆ ਜੁਗਤ ਕਰਨਾ, ਹੁਣ ਤੇਰੀ ਵਾਰੀ ਹੈ ਫੜ 'ਚ ਮੋਟਾ ਤੇ ਘਰ ਪ੍ਰੈਕਟਿਸ। ਪਾਪੂ ਤੂੰ ਨਾ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਤੇ ਤਾਇਆ ਤੂੰ ਵੀ ਆਪਣੇ ਕੰਨਾਂ 'ਚੋਂ ਮੈਲ ਕੱਢ ਲੈ ਜ਼ਰਾ, ਮੈਂ ਇਹ ਭੰਡਪੋਣਾ ਕਰਕੇ ਪੈਸੇ ਨਹੀਂ ਕਮਾਉਣੇ। ਕੀ ਗੱਲ, ਅੰਬਾਨੀਆਂ ਦੇ ਘਰੇ ਜੰਮਿਆ ਜਿਹੜਾ ਜਾਇਦਾਦ ਦੇ ਬਟਵਾਰੇ ਦੇ ਵਿੱਚ ਤੈਨੂੰ ਤੇਲ ਦੇ ਖੂਹ ਆਉਣੇ। ਮੈਂ ਕਿਹਾ ਨਾ ਮੈਂ ਭੰਡਪੋਣਾ ਨਹੀਂ ਕਰਨਾ ਤੇ ਨਹੀਂ ਕਰਨਾ ਬਸ। ਨਰੋਟੀ ਬਾਬਾ ਟਲ ਦਵਾਈ, ਧੰਨ ਬਾਬਾ ਟਲ, ਦੰਦਾ ਪੱਕੀਆਂ ਪਕਾਈਆਂ ਕੱਲ, ਐ ਲੋ ਰੋਟੀਆਂ ਛਕੋ ਤੱਗਣੀ ਜਾਓ। ਪਰ ਜਾਈ ਅੱਜ ਰੋਟੀ ਥਾਲੀਆਂ ਚ, ਉਹ ਥਾਲੀਆਂ ਕਿਸੇ ਕੋਲੋਂ ਮੰਗ ਕੇ ਲਿਆਂਦੀਆਂ? ਉਹ ਮੰਗੀਆਂ ਨਹੀਂ, ਆਪਣੀਆਂ, ਦੇਖ ਪਿੱਛੇ ਲਿਖਵਾਇਆ ਹੋਇਆ, ਭਾਲੇ ਭਾਲੇ ਦੀ ਆਪਣੀਆਂ ਥਾਲੀਆਂ। ਲੈ ਮੇਰੇ ਪੁੱਤ ਤੂੰ ਵੀ ਰੋਟੀ ਖਾ। ਨਹੀਂ ਤਾਈ ਮੈਨੂੰ ਭੁੱਖ ਨਹੀਂ, ਮੈਂ ਜਾ ਰਿਹਾ। ਇਹਨੂੰ ਕੀ ਹੋ ਗਿਆ? ਜਦੋਂ ਢਿੱਡ ਦੇ ਵਿੱਚ ਕਤੂਰੇ ਨੱਚੇ ਨਾ, ਆਪੇ ਚੌਂ ਚੌਂ ਕਰਦਾ, ਜੇਕਰ ਤੂੰ ਇਹਦੀ ਰੋਟੀ ਵੀ ਮੈਨੂੰ ਪਾ ਛੱਡ। ਚੁੰਸ ਲੈ, ਕਿੰਨੇ ਸ਼ਰਮ ਦੀ ਗੱਲ ਹੈ, ਤੁਸੀਂ ਹਾਲੇ ਤੱਕ ਮਰਾਸੀਆਂ ਦੇ ਘਰੇ ਬਿਜਲੀ ਨਹੀਂ ਲਾ ਸਕਦੇ। ਜਨਾਬ ਬੜੇ ਅੜੀਲ ਬੰਦੇ ਆ, ਕਿਸੇ ਦੀ ਗੱਲ ਨਹੀਂ ਸੁਣਦੇ, ਉਹ ਤੋਂ ਬੇਇੱਜ਼ਤੀ ਬੜੀ ਕਰਦੇ ਆ। ਉਹ ਕਈ ਵਾਰੀ ਕਿਸੇ ਕੰਮ 'ਚ ਬੇਇੱਜ਼ਤੀ ਕਰਾਉਣੀ ਪੈਂਦੀ ਹੈ। ਉਹ ਜਨਾਬ ਤੁਸੀਂ ਸਾਡੀ ਬੇਇੱਜ਼ਤੀ ਕਰੋ ਤਾਂ ਤੁਹਾਨੂੰ ਨਾ ਛਾਤੀ ਚੌੜੀ ਹੋ ਜਾਂਦੀ ਹੈ, ਪਰ ਐਰੇ ਗੈਰੇ ਕੰਜ਼ਿਊਮਰ ਤੋਂ ਥੋੜ੍ਹੀ ਬੇਇੱਜ਼ਤੀ ਕਰਾਉਣੀ ਹੈ। ਕਦੋਂ ਬਿਜਲੀ ਲੱਗੀ ਅਤੇ ਕਦੋਂ ਕੱਟੀ? ਸਰ ਸਾਨੂੰ ਤਾਂ ਰੱਬ ਨੇ ਹੱਥੀਂ ਬਿਜਲੀ ਕੱਟਣ ਵਾਸਤੇ ਦਿੱਤੇ ਆ, ਉਹ ਲਵਾਉਣ ਤਾਂ ਸਹੀ ਕਿ ਨਹੀਂ ਸਰ? ਉਹਨੇ ਵੀ ਨਹੀਂ, 49.2 ਦੀ ਫ੍ਰੀਕੁਐਂਸੀ ਚੱਲ ਰਹੀ ਹੈ, ਉਹ ਪਹਿਲਾਂ ਹੀ ਅਸੀਂ 7-8 ਰੁਪਏ ਯੂਨਿਟ ਬਿਜਲੀ ਖਰੀਦ ਰਹੇ ਹਾਂ, ਹੋਰ ਕੀ ਕਰੀਏ? ਨਾ, ਇੰਨੀ ਮਹਿੰਗੀ ਬਿਜਲੀ ਖਰੀਦਣ ਦੀ ਹੋਰ ਕੋਈ ਲੋੜ ਨਹੀਂ ਹੈ। ਇੱਕ ਕੰਮ ਕਰੋ, ਤੁਸੀਂ 2 ਘੰਟੇ ਪਾਵਰ ਕੱਟ ਹੋਰ ਵਧਾ ਦਿਓ। ਚੰਗੀ ਕ੍ਰਾਈਸਿਸ ਆ ਗਈ ਬਈ। ਹਾਂ ਸਰ, ਉੱਪਰੋਂ 2% ਦੇ ਮਰਾਸੀ ਮਜ਼ਾਕ ਉਡਾਈ ਜਾਂਦੇ ਆ, ਹੈ ਗੱਲ ਫੈਲੀ ਜਾ ਰਹੀ ਹੈ ਬਈ। ਉਹ ਬਿਜਲੀ ਕੱਟਣ ਤੋਂ ਬਾਅਦ ਮਰਾਸੀ ਰੋਂਦੇ ਪਿੱਟਦੇ ਇੱਥੇ ਆਏ ਕਿ ਨਹੀਂ ਆਏ? ਸਰ ਹਾਲੇ ਤੱਕ ਇੱਥੇ ਤਾਂ ਨਹੀਂ ਆਏ, ਹੋ ਸਕਦਾ ਐਕਸ਼ੀਅਨ ਸਾਹਿਬ ਦੇ ਆਫਿਸ ਦੇ ਬਾਹਰ ਖੜੇ ਹੋਣ। ਐਕਸ਼ੀਅਨ ਨੂੰ ਫੋਨ ਲਾਓ। ਅੱਛਾ ਜੀ, ਉਹਨਾਂ ਨੂੰ ਕਹੋ ਕਿ ਜਦ ਤੱਕ ਚੇਅਰਮੈਨ ਸਾਹਿਬ ਨਾ ਕਹਿਣ, ਹਾਂਜੀ, ਤਦ ਤੱਕ ਉਹਨਾਂ ਦੀ ਬਿਜਲੀ ਬਹਾਲ ਨਾ ਕੀਤੀ ਜਾਵੇ। ਓਕੇ ਸਰ। ਓ ਚੇਅਰਮੈਨ ਸਾਹਿਬ ਦਾ ਫੋਨ। ਓ ਜਨਾਬ, ਚੇਅਰਮੈਨ ਸਾਹਿਬ ਦਾ ਫੋਨ ਹੀ ਹੈ, ਉਹ ਆਪ ਥੋੜੀ ਆਇਆ। ਬੈਠੋ ਬੈਠੋ ਬੈਠੋ। ਹੈਲੋ ਸਰ। ਹਾਂਜੀ, ਮੈਂ PA2 ਚੇਅਰਮੈਨ ਬੋਲ ਰਿਹਾ। ਹਾਂ, ਸਾਹਿਬ ਪੁੱਛ ਰਹੇ ਨੇ ਕਿ ਉਹ ਮਰਾਸੀ ਬਿਜਲੀ ਕੱਟਣ ਤੋਂ ਬਾਅਦ ਖੱਜਲ ਖਵਾਰ ਹੋ ਕੇ ਆਫਿਸ ਦੇ ਚੱਕਰ ਲਗਾ ਰਹੇ ਹੈ ਨਾ? ਉਹ ਹਾਲੇ ਤਾਂ ਅਸੀਂ ਉਹਨਾਂ ਦੇ ਚੱਕਰ ਲਾ ਰਹੇ ਹਾਂ ਜੀ। ਕੀ ਮੇਰਾ ਮਾਤਾ ਲਾ ਜੀ, ਮਰਾਸੀ ਬੜੇ ਪਰੇਸ਼ਾਨ ਨੇ ਜੀ, ਹਾਲੇ ਵੀ ਹੱਥ ਜੋੜ ਕੇ ਬਾਹਰ ਬੈਠੇ ਨੇ ਜੀ, ਮੈਂ ਉਹਨਾਂ ਨੂੰ ਮਿਲਣ ਦਾ ਟਾਈਮ ਹੀ ਨਹੀਂ ਦੇ ਰਿਹਾ। ਸਰ ਬੜੇ ਪਰੇਸ਼ਾਨ ਨੇ ਮਰਾਸੀ, ਚੱਕਰ ਲਾ ਰਹੇ ਨੇ ਚੱਕਰ। ਵੈਰੀ ਗੁੱਡ, ਵੈਰੀ ਗੁੱਡ। ਹਾਂ, ਵੈਰੀ ਗੁੱਡ, ਵੈਰੀ ਗੁੱਡ। ਹਾਂ, ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੇ ਚੰਗੀ ਤਰ੍ਹਾਂ ਚੱਕਰ ਲਗਵਾਓ ਤੇ ਅੱਡੀਆਂ ਰਗੜਵਾਓ। ਜਦ ਤੱਕ ਸਾਹਿਬ ਦੇ ਆਰਡਰ ਨਾ ਆ ਜਾਣ, ਉਹਨਾਂ ਦੀ ਬਿਜਲੀ ਬਹਾਲ ਨਹੀਂ ਕਰਨੀ। ਓਕੇ ਸਰ, ਓਕੇ। ਓਏ ਰੱਬ ਦੇ ਵਾਸਤੇ, ਮਰਾਸੀਆਂ ਦੇ ਘਰੇ ਬਿਜਲੀ ਲਾ ਕੇ ਉਸੇ ਵੇਲੇ ਕੱਟ ਦਿਓ, ਨਹੀਂ ਤਾਂ ਚੇਅਰਮੈਨ ਸਾਹਿਬ ਨੇ ਮੇਰੀ ਮੱਝੀ ਠੋਕ ਦੇਣੀ ਹੈ। ਸਰ, ਚੇਅਰਮੈਨ ਸਾਹਿਬ ਕਾਰਪੈਂਟਰ ਵੀ ਨੇ। ਸ਼ਟ ਅਪ।
ਤੁਸੀਂ ਮੈਨੂੰ ਨਿਰਮਲ ਦਾ ਘਰ ਦੱਸ ਸਕਦੇ ਹੋ ਜੀ? ਜੀ, ਇਸ ਪਿੰਡ 'ਚ ਚਾਰ ਨਿਰਮਲ ਰਹਿੰਦੇ ਨੇ, ਦੋ ਨਿਰਮਲ ਸਿੰਘ, ਇੱਕ ਨਿਰਮਲ ਕੁਮਾਰ ਤੇ ਇੱਕ ਨਿਰਮਲ ਕੌਰ। ਤੁਸੀਂ ਕਿਹੜੇ ਨਿਰਮਲ ਦੀ ਗੱਲ ਕਰ ਰਹੇ ਹੋ? ਜੇ ਇਸ ਪਿੰਡ 'ਚ ਇੰਨੇ ਨਿਰਮਲ ਰਹਿੰਦੇ ਨੇ ਤੇ ਤੁਸੀਂ ਇਸ ਪਿੰਡ ਦਾ ਨਾਮ ਬੱਸੀ ਨਿਰਮਲਾ ਕਿਉਂ ਨਹੀਂ ਰੱਖ ਲੈਂਦੇ? ਬੱਸੀ ਪਠਾਣਾ ਰੱਖਿਆ ਹੋਇਆ। ਮੈਂ ਜੀ ਐਕਚੁਅਲੀ ਨਿਰਮਲ ਸਿੰਘ ਦਾ ਘਰ ਲੱਭ ਰਿਹਾ, ਜਿਨ੍ਹਾਂ ਦੀ 50 ਕਿੱਲੇ ਜ਼ਮੀਨ ਹੈ ਫਤਿਹਗੜ੍ਹ ਰੋਡ ਤੇ। ਇੱਕ ਤਾਂ ਫਤਿਹਗੜ੍ਹ ਨਹੀਂ, ਫਤਿਹਗੜ੍ਹ ਸਾਹਿਬ ਕਹੋ, ਤੇ ਦੂਜਾ ਨਿਰਮਲ ਸਿੰਘ ਨਹੀਂ, ਸਰਦਾਰ ਨਿਰਮਲ ਸਿੰਘ ਜੀ ਕਹੋ। ਦੇਖੋ ਜੀ, ਫਤਿਹਗੜ੍ਹ ਸਾਹਿਬ ਤਾਂ ਠੀਕ ਹੈ, ਬਟ ਮੈਂ ਨਿਰਮਲ ਦੇ ਕੇ ਸਰਦਾਰ ਤੇ ਬਾਅਦ 'ਚ ਜੀ ਕਿਉਂ ਲਾਵਾਂ? ਕਿਉਂਕਿ ਸਰਦਾਰ ਨਿਰਮਲ ਸਿੰਘ ਜੀ ਮੇਰੇ ਪਿਤਾ ਜੀ ਨੇ। ਓਹ, ਮੈਂ ਤਾਂ ਤੁਹਾਡਾ ਘਰ ਹੀ ਲੱਭ ਰਿਹਾ ਸੀ ਜੀ। ਆਓ ਫਿਰ ਪਿੱਛੇ ਪਿੱਛੇ। ਓਕੇ, ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੱਕ ਕੁੜੀ ਪੈਦਲ ਚੱਲ ਰਹੀ ਹੈ ਤੇ ਤੁਸੀਂ ਬੜੀ ਆਕੜ ਨਾਲ ਆਪਣੀ ਗੱਡੀ 'ਚ ਬੈਠੇ ਹੋ। ਤੁਸੀਂ ਤੇ ਕਿਹਾ ਸੀ ਜੀ ਪਿੱਛੇ ਪਿੱਛੇ ਆ ਜਾਓ। ਆਈ ਐਮ ਸੌਰੀ ਜੀ, ਆਓ ਪਲੀਜ਼ ਬੈਠੋ ਜੀ। ਉਦਾਂ ਦੱਸਣਾ ਤਾਂ ਨਹੀਂ ਚਾਹੀਦਾ, ਪਰ ਮੇਰਾ ਨਾਮ ਬਿਜਲੀ ਹੈ। ਬਿਜਲੀ ਕਿਵੇਂ ਵੱਟ ਦੀ? ਵਾਟਾ ਦਾਦਾ ਪਤਾ ਨਹੀਂ, ਪਰ ਕੋਈ ਹੱਥ ਲਾਵੇ ਤੇ ਵੱਟ ਕੱਢਾਂਗੇ ਉਹਦੇ। ਵੈਸੇ ਮੇਰਾ ਨਾਮ ਅਸ਼ਵਿੰਦਰਪਾਲ ਰਿਤੂਰਾਜ ਸਿੰਘ ਹੈ। ਕਲਿਆਂ ਦਾ ਨਾਂ ਹੈ ਕਿ ਸਾਰੀ ਫੈਮਿਲੀ ਦਾ? ਵੈਸੇ ਮੈਨੂੰ ਲੋਕੀ ਪਿਆਰ ਨਾਲ ਆਸ਼ੂ ਵੀ ਕਹਿੰਦੇ ਨੇ, ਤੁਸੀਂ ਮੈਨੂੰ ਪਿਆਰ ਨਾਲ ਆਸ਼ੂ ਵੀ ਕਹਿ ਸਕਦੇ ਹੋ। ਮੈਨੂੰ ਕਿਹੜਾ ਪਿਆਰ ਹੈ ਤੁਹਾਡੇ ਨਾਲ? ਚਲੋ ਬਿਨਾਂ ਪਿਆਰ ਨਾਲ ਕਹਿ ਲੈਣਾ ਜੀ। ਗੱਡੀ ਰੋਕੋ। ਸੌਰੀ ਜੀ, ਕੀ ਗੱਲ, ਤੁਹਾਨੂੰ ਗੁੱਸਾ ਆ ਗਿਆ? ਗੁੱਸਾ ਨਹੀਂ ਆ ਗਿਆ ਜੀ, ਮੇਰਾ ਘਰ ਆ ਗਿਆ। ਉਹ ਇਹ ਨਿਰਮਲ ਸਿੰਘ ਜੀ ਦਾ ਘਰ ਜਿਨ੍ਹਾਂ ਦੀ 50 ਕਿੱਲੇ ਜ਼ਮੀਨ ਹੈ ਜੀ? ਹੁਣ ਤੁਸੀਂ ਵੇਖ ਲਿਆ? ਹਾਂਜੀ, ਹੁਣ ਤੁਸੀਂ ਚੱਲੋ। ਬਿਜਲੀ ਮੈਂ, ਬਟ ਮੈਂ ਤਾਂ ਇਹਨਾਂ ਨੂੰ ਮਿਲਣਾ ਸੀ ਜੀ। ਉਹ ਤਾਂ ਚੰਡੀਗੜ੍ਹ ਗਏ ਨੇ, ਦੋ ਦਿਨ ਬਾਅਦ ਮਿਲਣਗੇ। ਇਹ ਗੱਲ ਤੁਸੀਂ ਮੈਨੂੰ ਪਹਿਲੇ ਦੱਸ ਦਿੰਦੇ ਉੱਥੇ। ਤੁਸੀਂ ਤਾਂ ਕਿਹਾ ਤੁਹਾਨੂੰ ਸਰਦਾਰ ਨਿਰਮਲ ਜੀ ਦਾ ਘਰ ਵੇਖਣਾ ਤੇ ਮੈਂ ਵਿਖਾਤਾ। ਹੋਰ ਫਿਰ ਆਪਣੇ ਕਰੰਟ ਨੂੰ ਝਟਕਾ ਦੇਣ ਦੀ ਕੋਈ ਸਕੀਮ ਸਕੂਮ ਸੋਚੀ ਕਿ ਨਹੀਂ? ਯਾਰ, ਇੱਕ ਮੁੰਡਾ ਹੈ ਤਾਂ ਹੈ ਮੇਰੀ ਨਜ਼ਰ ਵਿੱਚ, ਜਿਹੜੀ ਕਿ ਅੱਜ। ਕੌਣ? ਤੂੰ ਨਹੀਂ ਜਾਣਦੀ। ਤੂੰ ਕੀ, ਮੈਂ ਵੀ ਨਹੀਂ ਜਾਣਦੀ। ਪਾਪਾ ਨੂੰ ਮਿਲਣ ਆਏ ਸੀ, ਸ਼ਾਇਦ ਅੱਜ ਫੇਰ ਆਏ। ਪਰ ਬਿਜਲੀ, ਤੇਰੇ ਪਾਪਾ ਨਾਲ ਕੀ ਕੰਮ ਹੈ ਉਹਨੂੰ? ਯਾਰ, ਪਾਪਾ ਦੇ ਕੰਮ ਦਾ ਤਾਂ ਪਤਾ ਨਹੀਂ, ਪਰ ਮੇਰੇ ਕੰਮ ਆ ਸਕਦਾ ਹੈ। ਪੜ੍ਹਿਆ ਲਿਖਿਆ, ਨੌਕਰੀ ਲੱਗਿਆ ਤੇ ਘਰ ਦੀ ਥੱਲੇ ਹੈ। ਝੂਠ ਮੂਠ ਦੀ ਯਾਰੀ ਲਾ ਕੇ ਦੇ ਦੇ ਕਰਨ ਨੂੰ ਝਟਕਾ। ਦੇਖੀ, ਮੁਕਾਬਲੇ ਜਾਂਦੇ ਬੰਦਾ ਬਣਜੂ। ਪਾਲਾ ਜੀ, ਪਾਲਾ ਜੀ, ਆ ਫਾਰਮ ਤੁਹਾਡਾ ਅਸੀਂ ਭਰ ਦਿੱਤਾ, ਤੁਸੀਂ ਬਸ ਸਾਈਨ ਕਰਨੇ ਆ, ਸਿਕਿਉਰਿਟੀ ਤੁਹਾਡੀ ਅਸੀਂ ਆਪਣੇ ਆਪ ਜਮ੍ਹਾਂ ਕਰਾ ਦੇਵਾਂਗੇ। ਉਹ ਤੁਸੀਂ ਫੇਰ ਆਵੜੇ, ਅਸਾਂ ਤਾਂ ਸੁਣਿਆ ਸੀ ਕਿ ਬੀਮੇ ਵਾਲੇ ਸਭ ਤੋਂ ਟੀਠ ਹੁੰਦੇ ਆ, ਪਰ ਸੌਂ ਗੁਰਾਂ ਦੀ ਤੁਸੀਂ ਤਾਂ ਉਹਨਾਂ ਦੇ ਵੀ ਪੇ ਨਿਕਲੇ। ਉਹ ਤੁਸੀਂ ਬੰਦੇ ਹੋ ਜਾਂ ਛਣਿਛਰ, ਹਰ ਹਫ਼ਤੇ ਬੂਥਾ ਚੱਕ ਕੇ ਆ ਜਾਂਦੇ ਜੇ। ਤੇ ਸਰ, ਹੋਰ ਬੂਥਾ ਘਰ ਥੋੜੀ ਰੱਖ ਕੇ ਆਉਣਾ ਜੀ। ਉਹ ਇਹ ਜੇ ਬੂਥੇ ਨੂੰ ਤੇ ਜੋੜਾ ਘਰ ਵਾਲੇ ਵੀ ਜਵਾਬ ਦੇ ਛੱਡਦੇ ਆ ਕਿ ਅਸੀਂ ਨਹੀਂ ਰੱਖ ਸਕਦੇ, ਜੋੜੇ ਗੁੱਸਾ ਕਰਦੇ ਆ। ਤੁਹਾਡੇ ਮੋਹਰੇ ਹੱਥ ਜੋੜਦੇ ਆ, ਪਲੀਜ਼ ਪਲੀਜ਼ ਬਿਜਲੀ ਲਵਾ ਲਓ। ਔਰ ਬੱਤੀ ਲਵਾ ਕੇ ਅਸੀਂ ਸ਼ਦਾਈਆਂ ਜਿਹੜਾ ਹੱਥ ਪਾ ਲਈਏ ਬੱਤੀ ਦੀ। ਓਏ, ਹੁਣ ਤਾਂ ਅਸੀਂ ਲੋਕਾਂ ਦਾ ਮਜ਼ਾਕ ਉਡਾਉਂਦੇ ਆ, ਉਹ ਮੁੜ ਕੇ ਰੋਜ਼ ਕੱਟ ਲੱਗਿਆ ਕਰਨਾ, ਲੋਕਾਂ ਨੇ ਸਾਡਾ ਮਜ਼ਾਕ ਉਡਾਉਣਾ। ਸਰ, ਸਾਡੀ ਇੱਜ਼ਤ ਹੁਣ ਤੁਹਾਡੇ ਪੈਰਾਂ 'ਚ, ਜਾਂ ਇਹਨੂੰ ਚੁੱਕ ਕੇ ਇੱਥੇ ਲਾ ਦਿਓ ਤੇ ਜਾਂ ਇਹਨੂੰ ਠੁੱਡਾ ਮਾਰ ਦਿਓ। ਹਥਿਆਰ ਚੁੱਕਣ ਦੇ।
ਔਰ ਸਾਨੂੰ ਪ੍ਰੋਗਰਾਮ ਤੋਂ ਲੇਟ ਲੈ ਕੇ ਜਾਣ ਦਿਆ। ਬਾਹਰ ਬੈਠੇ ਰਵਾਂਗੇ ਔਰ ਦਫ਼ਤਰ ਦੇ ਮੂੰਹ ਦਿਖਾਣ ਜੋਗੇ ਨਹੀਂ ਰਹੇ। ਚੱਲ ਚੱਲੀਏ ਆਪਣਾ ਤੇ ਗੱਡੀ ਦਾ ਸੱਚ ਹੈ, ਇੱਕ ਸਾਡਾ ਵੀ ਲਾਗੂ ਸਿਲੈਕਸ਼ਨ ਹੈ। ਮੈਂ ਤੈਨੂੰ ਕਿਹਾ ਸੀ ਨਾ ਇਹਨਾਂ ਦੀ ਬਹੁਤ ਵੱਡੀ ਸਿਫਾਰਿਸ਼ ਹੈ। ਸਰ ਮੈਨੂੰ ਤਾਂ ਲੱਗਦਾ ਮੰਤਰੀ ਸਾਹਿਬ ਨੇ ਆਪ ਕਿਹਾ ਇਹਨਾਂ ਨੂੰ ਕਨੈਕਸ਼ਨ ਲਾਉਣ ਵਾਸਤੇ। ਮੈਂ ਤਾਂ ਕਹਿੰਦਾ ਇਹਨਾਂ ਦੇ ਜਾ ਕੇ ਪੈਰ ਫੜ ਲਈਏ, ਨਹੀਂ ਤਾਂ ਬੜ ਜਾਂਗੇ ਭਾਂਡੇ। ਚਲੋ ਚਲੀਏ ਸਰ, ਚਲੋ ਚੱਲ ਚੱਲ। ਕਿਨੂੰ ਮਿਲਣਾ ਤੁਸੀਂ? ਨਿਰਮਲ ਸਿੰਘ ਨੂੰ। ਓ ਆਈ ਮੀਨ ਸਰਦਾਰ ਨਿਰਮਲ ਸਿੰਘ ਜੀ ਨੂੰ। ਮੈਂ ਜੀ ਕਾਫੀ ਦੇਰ ਤੋਂ ਘੰਟੀ ਵਜਾ ਰਿਹਾ, ਕੋਈ ਵੀ ਨਹੀਂ ਆ ਰਿਹਾ। ਤੁਸੀਂ ਅਖਬਾਰ ਨਹੀਂ ਪੜ੍ਹਦੇ? ਅਖਬਾਰ 'ਚ ਲਿਖਿਆ ਅੰਦਰ ਕੋਈ ਨਹੀਂ ਹੈ। ਨਹੀਂ ਜੀ, ਅਖਬਾਰ 'ਚ ਆ ਲਿਖਿਆ ਹੈ ਕਿ ਅੱਜ ਬਿਜਲੀ ਦਾ ਕੱਟ ਹੈ ਤੇ ਘੰਟੀ ਕਿਧਰੋਂ ਵੱਜੇਗੀ। ਤੁਹਾਡਾ ਇਲਾਕਾ ਤੇ ਬਹੁਤ ਹੀ ਵਧੀਆ ਜੀ, ਅਖਬਾਰ ਦੇ ਹਿਸਾਬ ਨਾਲ ਲਾਈਟ ਆਉਂਦੀ ਜਾਂਦੀ ਹੈ। ਹਾਂਜੀ, 4 ਘੰਟੇ ਅਖਬਾਰ ਦੇ ਹਿਸਾਬ ਨਾਲ ਆਉਂਦੀ ਜਾਂਦੀ ਹੈ, ਬਾਕੀ 15-16 ਘੰਟੇ ਬਿਨਾਂ ਅਖਬਾਰ ਮੁਤਾਬਕ। ਵੈਸੇ ਕੰਮ ਕੀ ਹੈ ਤੁਹਾਨੂੰ ਪਾਪਾ ਨਾਲ? ਮੈਂ ਜੀ ਏਰੀਆ ਮੈਨੇਜਰ ਹਾਂ ਇੱਕ ਮਲਟੀਨੈਸ਼ਨਲ ਕੰਪਨੀ ਦਾ, ਜਿਸ ਦਾ ਨਾਂ ਹੈ ਗ੍ਰੀਨ ਐਂਡ ਗ੍ਰੀਨਸ ਲਿਮਿਟਡ। ਅਸੀਂ ਕਿਸਾਨਾਂ ਕੋਲੋਂ ਜ਼ਮੀਨ ਲੰਬੇ ਸਮੇਂ ਲਈ ਕਿਰਾਏ 'ਤੇ ਲੈਂਦੇ ਹਾਂ, ਮਤਲਬ ਲੀਜ਼ 'ਤੇ ਲੈਂਦੇ ਹਾਂ, ਅਤੇ ਅਸੀਂ ਵਧੀਆ ਕਿਰਾਇਆ ਵੀ ਦਿੰਦੇ ਹਾਂ। ਜਿਹੜੀਆਂ ਸਬਜ਼ੀਆਂ ਤੁਸੀਂ ਬੀਜੋਗੇ ਉਹ ਅਸੀਂ ਖਰੀਦਾਂਗੇ ਵੀ। ਅਤੇ ਇੰਨੀ ਸਾਰੀ ਸਬਜ਼ੀਆਂ ਦਾ ਤੁਸੀਂ ਲੰਗਰ ਲਾਉਣਾ? ਲੰਗਰ ਨਹੀਂ ਲਾਉਣਾ ਜੀ, ਸਾਡੇ ਆਪਣੇ ਵੈਜੀਟੇਬਲ ਸਟੋਰਸ ਨੇ, ਅਸੀਂ ਲੋਕਾਂ ਨੂੰ ਵਧੀਆ ਸਬਜ਼ੀ ਦਿੰਦੇ ਹਾਂ। ਤੁਸੀਂ ਸਾਰੀ ਗੱਲਾਂ ਹੁਣ ਬਾਹਰ ਹੀ ਪੁੱਛੋਗੇ, ਅੰਦਰ ਵੀ ਬੁਲਾਓਗੇ? ਮੈਂ ਭੁੱਲ ਹੀ ਗਈ, ਆਓ। ਕਮਾਲ ਹੈ ਬਿਜਲੀ ਜੀ, ਤੁਹਾਡੇ ਨਾਲ ਬਿਜਲੀ ਵੀ ਆ ਗਈ। ਕਿਉਂ ਵੀ ਪਾਲੇ? ਹਾਂ ਵੀਰ ਪਾਲੇ, ਉਹ ਲੋਕਾਂ ਦੇ ਘਰ ਦਾ ਹੀ ਨਹੀਂ ਜਾਂਦਾ, ਇਹਨਾਂ ਦੇ ਘਰ ਕਾਕਾ ਜੰਮ ਪਿਆ ਹੋਇਆ। ਤੁਰ ਫਿੱਟੇ ਮੂੰਹ ਹੈ, ਜ਼ਖਮ ਦੇਣ ਨੂੰ ਪਾਲਾ ਤੇ ਮਲ ਮਲਾਉਣ ਨੂੰ ਬਾਲਾ। ਰੱਬ ਝੂਠੀ ਬੁਲਾਵੇ, ਕਾਕੇ ਤੇ ਜੰਮਣ ਦੀਆਂ ਆਂਢੀਆਂ ਗੁਆਂਢੀਆਂ ਨੂੰ ਲੱਖ ਲੱਖ ਵਧਾਈਆਂ ਹੋਣ। ਉਹ ਦੁਰ ਸ਼ਾਬਾਸ਼, ਉਹ ਵਧਾਈਆਂ ਮੁੰਡੇ ਦੇ ਪਿਓ ਨੂੰ ਦੇਂਦੀਆਂ, ਤੂੰ ਆਂਢੀਆਂ ਗੁਆਂਢੀਆਂ ਨੂੰ ਦੇਈ ਜਾਣ ਦਿਆ। ਉਹ ਸੁੱਖ ਨਾਲ ਵੱਡਾ ਹੋ ਕੇ ਕਾਕੇ ਨੇ ਕੰਮ ਵੀ ਤਾਂ ਗੁਆਂਢੀਆਂ ਦੇ ਆਉਣਾ ਹੈ ਨਾ। ਗੁਆਂਢੀਆਂ ਦਾ ਉਹ ਕਿਵੇਂ? ਉਹ ਜਦੋਂ ਬਿਜਲੀ ਜਾਇਆ ਕਰਨੀ ਹੈ, ਉਹਨਾਂ ਆਵਾਜ਼ ਮਾਰਿਆ ਕਰਨੀ ਹੈ ਬਿਜਲੀ ਚੱਲੀ ਕਿ ਜਿਹੜਾ ਕਾਕੇ ਨੂੰ ਭੇਜਣਾ। ਜਿਹੜਾ ਕਾਕੇ ਨੂੰ ਭੇਜਣਾ? ਉਹ ਜਿਹੜਾ ਕਾਕੇ ਨੂੰ ਭੇਜਣਾ ਨਾ, ਕਾਕਾ ਜਨਰੇਟਰ ਹੈ। ਓਏ ਕਾਨੂੰ, ਕਾਕਾ ਹੈ ਹੀ ਐਡਾ ਸੋਹਣਾ, ਵੱਡਾ ਹੋ ਕੇ ਚੰਗਿਆੜੇ ਕੱਢੇਗਾ। ਬਸ ਓਏ, ਉਹ ਵੀ ਬੋਲੇ, ਉਹ ਕਾਕੇ ਦਾ ਨਾਂ ਕੀ ਰੱਖਣਾ? ਉਹ ਜਿਹੜਾ ਮਰਜ਼ੀ ਨਾਂ ਰੱਖ ਲੈ, ਲੋਕਾਂ ਨੇ ਤੁਹਾਨੂੰ ਓਏ ਓਏ ਕਰਕੇ ਸੱਦਣਾ, ਉਹ ਪੂਤਲੀ ਦੇ ਇੱਧਰ ਆਵੇ। ਛੱਡ ਓਏ, ਚਲ ਬਈ, ਬਸ 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 ਬਸ, ਆ ਲਓ ਫੜੋ ਆਪਣਾ ਸ਼ਗਨ। ਉਹ 100 ਰੁਪਿਆ? ਉਹ ਸਰਦਾਰਾ, ਲੋਕੀ ਤਾਂ ਬਿੱਲੀ ਦਾ ਬਲੂੰਗੜਾ ਜੰਮਣ ਤੇ 500 ਦੇ ਦਿੰਦੇ, ਤੂੰ ਤਾਂ 100 ਦੇ ਕੇ ਟਰਕਾਈ ਜਾਣ ਦਿਆ। ਓਏ ਸਰਦਾਰਾ, ਇੰਨੇ ਤੇ ਅਸੀਂ ਬੱਕਰੀ ਸੂਈ ਤੇ ਲੈ ਲੈਣੀ, ਇੱਥੇ ਤੇ ਸੁੱਖ ਨਾਲ ਫੇਰ ਕਾਕਾ ਹੋਇਆ। ਅੱਛਾ ਇਹ ਗੱਲ, ਆ ਲਓ 500 ਰੁਪਿਆ। ਲੈ 500 ਰੁਪਇਆ ਦੇ ਕੇ ਗਲੋਂ ਲਾਉਣ ਦਿਆ, ਐਡਾ ਵੱਡਾ ਸਰਦਾਰ, ਰੁਪਇਆ 500 ਘੱਟੋ ਘੱਟ ਡਬਲ ਤੇ ਕਰਕੇ 1000 ਪੂਰਾ ਤੇ ਕਰ। ਉਹ ਹੁਣ ਤੇਰੀਆਂ 1000 ਦਿੰਦੇ, ਲੱਤਾਂ ਕੰਬਣ ਡਈਆਂ, ਅਜੇ ਕਾਕੇ ਨੇ ਵੱਡੇ ਹੋ ਕੇ ਲੱਖੋ ਜਾਣਨੇ ਤੇਰੇ। ਚਲੋ ਚਲੋ 500 ਬਹੁਤ ਆ। ਓਏ ਹਾ ਕੌਣ, 21 ਰੁਪਏ ਦਾ ਸ਼ਗਨ ਪਾ ਕੇ 3 ਵਾਰ ਰੋਟੀਆਂ ਪਾੜ ਗਿਆ। ਛੱਡ ਯਾਰ। ਓਏ ਸਰਦਾਰ, 300 ਦੀਆਂ ਤੇ ਅਸੀਂ ਯੋਗਤਾ ਸੁਣਾ ਛੱਡੀਆਂ, 1000 ਦਿੰਦੇ ਤੂੰ ਹੋਜਤਾ ਕਰਨ ਦੇ। ਮੈਂ ਕਿਹਾ ਜੀ ਕੀ ਕਰੀ ਜਾਂਦੇ ਹੋ, ਦਿਓ ਇਹਨਾਂ ਨੂੰ 1000 ਰੁਪਇਆ, ਐਵੇਂ ਹੀ ਮੇਰੇ ਭਰਾ ਦੀ ਬੇਇੱਜ਼ਤੀ ਕਰਵਾਈ ਜਾਂਦੇ ਹੋ। ਚਲੋ ਕਿਹੜਾ ਪਹਿਲੀ ਵਾਰੀ ਹੋਈ ਆ। ਲਓ ਫੜੋ ਜੀ 1000 ਰੁਪਇਆ, ਛੱਡੋ ਖੇੜਾ। ਵਾਹ ਜੀ ਵਾਹ, ਵੇਲ ਜੀ ਵੇਲ, 1000 ਰੁਪਏ ਦੇ ਮੁੰਡੇ ਦੇ ਸੱਕੇ ਪਿਓ ਦੀ ਵੇਲ, ਵੇਲ ਵਧਾਵੀਂ ਲੇਖੇ ਲਾਵੀਂ, ਬਾਕੀਆਂ ਨੂੰ ਦੇਣ ਦੀ ਆਦਤ ਪਾਵੀਂ। ਓਏ ਲੋਕਾਂ ਦੇ ਕਾਕੇ ਜੰਮਦੇ ਰਹਿਣ, ਭਾਵੇਂ ਦਹੀਂ ਨਾ ਆਈ ਜੰਮੇ।
ਮੈਂ ਕਿਹਾ ਜੀ ਪੰਡੋ ਰੋਟੀ ਖਾ ਕੇ ਜਾਇਆ ਜੇ ਓ ਤੇ ਵੀ ਬਸ ਖਾ ਕੇ ਜਾਵਾਂਗੇ ਪਰ ਆ ਗੇਟ ਕੋਲ ਪੁੰਜੇ ਦਰੀ ਤੇ ਬਿਜਲੀ ਮਹਿਕਮੇ ਵਾਲੇ ਬੈਠੇ ਆ ਰੱਬ ਦਾ ਵਾਸਤਾ ਦੋ ਦੋ ਬੁਰਕੀਆਂ ਉਹਨਾਂ ਨੂੰ ਵੀ ਪਾ ਛੱਡੀ ਓਏ ਜੇ ਤੇ ਲੈਣ ਮੈਂ ਦਰੀ ਤੇ ਬੈਠੇ ਆ ਓਏ ਮੁੰਡਿਓ ਤੁਹਾਡਾ ਦਿਮਾਗ ਖਰਾਬ ਹੋ ਗਿਆ ਉਹ ਸਾਡੇ ਮੁੰਡਿਆਂ ਨੂੰ ਅਕਲ ਦੀ ਹੈਗੀ ਜੇਈ ਸਾਹਿਬ ਨੂੰ ਪੁੰਜੇ ਬਿਠਾਤਾ ਉਹ ਜੇਈ ਸਾਹਿਬ ਤੁਸੀਂ ਦਰੀ ਤੇ ਬੈਠੇ ਹੋ ਉੱਠੋ 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 ਮੁੰਡਿਓ ਖਾਣਾ ਲਿਆਓ ਜੇਈ ਸਾਹਿਬ ਵਾਸਤੇ ਮਾਫ ਕਰਨਾ ਜੀ ਮੈਂ ਬਿਨਾਂ ਬੁਲਾਏ ਤੁਹਾਡੀ ਪਾਰਟੀ ਚ ਆ ਗਿਆ ਕੋਈ ਐਸੀ ਗੱਲ ਨਹੀਂ ਜੀ ਧੰਨ ਭਾਗ ਸਾਡੇ ਤੁਸੀਂ ਸਾਡੇ ਘਰ ਆਏ ਗਏ ਹੋ ਦਰਸਲ ਮੈਨੂੰ ਪਾਲੇ ਵਾਲੇ ਨਾਲ ਬਹੁਤ ਜ਼ਰੂਰੀ ਕੰਮ ਹੈ ਇੱਕ ਮਿੰਟ ਹਟਿਓ ਜਨਾਬ ਜ਼ਰਾ ਬਿਜਲੀ ਵਾਲੇ ਨੂੰ ਕਹਿ ਕੇ ਮੇਰੀ ਬਿਜਲੀ ਬਹਾਲ ਕਰਾ ਦਿਓ ਮੈਂ ਤਾਂ ਭਾਂਡੇ 'ਚ ਬੜਿਆ ਹੋਇਆ ਚੇਅਰਮੈਨ ਤੱਕਲ ਧੱਕੇ ਖਾਇਆ ਪਰ ਸਾਰੇ ਮੈਨੂੰ ਕਹਿੰਦੇ ਬਈ ਤੇਰਾ ਕੰਮ ਸਿਰਫ ਪਾਲੇ ਵਾਲੇ ਹੁਣੀ ਕਰਵਾ ਸਕਦੇ ਜਨਾਬ ਕਰਵਾ ਦਿਓ ਮੇਰਾ ਕੰਮ ਬਈਏ ਪਾਲੇ ਵਾਲੇ ਦੇ ਬਿਜਲੀ ਦੇ ਮਹਿਕਮੇ ਨਾਲ ਕੀ ਸੰਬੰਧ ਨੇ ਉਹ ਜਨਾਬ ਪਾਲੇ ਵਾਲੇ ਦੀ ਤਾਂ ਬਿਜਲੀ ਮਹਿਕਮੇ 'ਚ ਚੱਲਦੀ ਬੜੀ ਆ ਹੁਣੇ ਜਲਵਾ ਦਿਖਾ ਦਿੰਦੇ ਹਾਂ ਜਨਾਬ ਆ ਬਿਜਲੀ ਵਾਲੇ ਖੜੇ ਆ ਨਾ ਇਹ ਕਰੋ ਜੀ ਇਹਨਾਂ ਦੀ ਮਾੜੀ ਦੀ ਸਿਫਾਰਿਸ਼ ਇਹਨਾਂ ਦਾ ਵੀ ਬੇੜਾ ਪਾਰ ਕਰੋ ਸਰ ਇਹ ਹੁਕਮ ਹੋਵੇ ਤੇ ਚੱਲੀਏ ਤੁਹਾਡਾ ਕਨੈਕਸ਼ਨ ਲਾਉਣਾ ਬੜਾ ਜ਼ਰੂਰੀ ਹੈ ਉਹ ਡਾਂਗ ਸਾਹਿਬ ਤੂੰ ਕਹਿੰਦਾ ਸਾਰੇ ਕਿਤੇ ਜਗਮਗ ਕਰ ਦੇਣੀ ਹੈ ਤੁਸੀਂ ਇਹ ਸਰਦਾਰ ਦਾ ਕਨੈਕਸ਼ਨ ਕੱਟਿਆ ਦਰਅਸਲ 'ਚ ਗੱਲ ਹੈ ਜੀ ਕਿ ਇਹਨਾਂ ਦਾ ਕੇਸ ਹੋਰ ਹੈ ਹੁਣ ਤੁਹਾਡੇ ਕਨੈਕਸ਼ਨ ਬਾਰੇ ਤਾਂ ਸਾਨੂੰ ਉੱਪਰੋਂ ਬਹੁਤ ਪ੍ਰੈਸ਼ਰ ਹੈ ਜੀ ਸ਼ਾਬਾਸ਼ ਸ਼ਾਬਾਸ਼ ਅੱਜ ਤੂੰ ਤੇ ਉੱਪਰੋਂ ਪ੍ਰੈਸ਼ਰ ਹੈ ਤੇ ਸਾਡਾ ਮੀਟਰ ਲਾ ਛੱਡੋਗੇ ਭੜ ਕੇ ਪ੍ਰੈਸ਼ਰ ਫੁੱਸ ਹੋ ਗਿਆ ਅਸੀਂ ਕਿਤੇ ਮਾਂ ਨੂੰ ਮਾਸੀ ਆਖਣਾ ਓਹੋ ਸਰ ਤੁਹਾਡਾ ਕਨੈਕਸ਼ਨ ਕੱਟ ਕੇ ਅਸੀਂ ਮਰਨਾ ਹੈ ਜੀ ਉਹ ਤੁਸੀਂ ਪਹਿਲਾਂ ਸੁਰਜੀਤ ਦਾ ਕਨੈਕਸ਼ਨ ਬਹਾਲ ਕਰੋ ਠੀਕ ਹੈ ਸਰ ਓਏ ਖਮਰਮ ਓਏ ਬਿਨਾਂ ਉੱਪਰ ਦੱਸਿਆ ਨਾ ਪਹਿਲਾਂ ਇਹਦੀ ਬਿਜਲੀ ਦਾ ਕਨੈਕਸ਼ਨ ਚਾਲੂ ਕਰ ਦੇ ਵਾਕਈ ਸਰ ਮੈਨੂੰ ਲੱਗਦਾ ਨੌਕਰੀ ਬਚਾਉਣ ਦਾ ਇਹੀ ਇੱਕ ਤਰੀਕਾ ਜੀ ਠੀਕ ਹੈ ਜੀ ਇਹਨਾਂ ਵਾਲਾ ਕੰਮ ਤਾਂ ਹੋ ਜੂ ਫਿਰ ਤੁਹਾਡਾ ਬਿਜਲੀ ਦਾ ਕਨੈਕਸ਼ਨ ਪਹਿਲਾਂ ਜਿਹੜਾ ਤੁਹਾਨੂੰ ਕੰਮ ਆਖਿਆ ਉਹ ਤੇ ਕਰੋ ਆਪਣੇ ਬਾਰੇ ਅਸੀਂ ਸ਼ਾਮਾਂ ਨੂੰ ਸੋਚ ਲਾਂਗੇ ਪਿੱਛੇ ਹਟੋ ਸਾਡੇ ਦੇ ਹੱਥ ਅੱਗੇ ਤਾਂ ਯਾਰ ਤਾਰੀ ਮੈਨੂੰ ਇੱਕ ਨਹੀਂ ਗੱਲ ਸਮਝ ਲੱਗਦੀ ਇਹਨਾਂ ਕੋਲ ਗਿੱਦੜ ਸਿੰਘ ਹੀ ਕਿਹੜੀ ਹੈ ਬਿਜਲੀ ਬਿਜਲੀ ਹਾਂ ਕੀ ਹੋਇਆ ਤੂੰ ਅੱਜ ਕੱਲ੍ਹ ਮੈਨੂੰ ਮਿਲਦੀ ਨਹੀਂ ਤੂੰ ਮੈਥੋਂ ਨਾਰਾਜ਼ ਹੈ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਚਲਾ ਫਿਰ ਕਿਤੇ ਬਹਿ ਕੇ ਗੱਲਾਂ ਨਹੀਂ ਅੱਜ ਨਹੀਂ ਕਿਸੇ ਹੋਰ ਦਿਨ ਅੱਜ ਮੈਨੂੰ ਬਹੁਤ ਕੰਮ ਹੈ ਕਰ ਰਹੀ ਹੈ ਓ ਮੈਂ ਤਾਂ ਜੁੱਤੀ ਵੇਖਣ ਆਈ ਸੀ ਪਾਣ ਲਈ ਮਾਰਨ ਲਈ ਜਿਹੜੀ ਦੋਵਾਂ ਦੇ ਕੰਮ ਆ ਜਾਵੇ ਅੱਛਾ ਯੂ ਵਿਲ ਹੈਵ ਕੋਲਡ ਡਰਿੰਕ ਨਹੀਂ ਮੈਂ ਹੁਣੇ ਲੱਸੀ ਪੀ ਕੇ ਆਈ ਹਾਂ ਤੇਰੇ ਪਾਪਾ ਨਾਲ ਜ਼ਮੀਨ ਦੀ ਗੱਲ ਬਣ ਗਈ ਹਾਂ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਉਹਨਾਂ ਨੂੰ ਦੋ ਦਿਨ ਸੋਚਣ ਦਾ ਟਾਈਮ ਚਾਹੀਦਾ ਇਹ ਕਾਰ ਚਲਾਣੀ ਔਖੀ ਹੁੰਦੀ ਹੈ ਉਹ ਬਿਲਕੁਲ ਵੀ ਨਹੀਂ ਜੇ ਮੇਰੇ ਵਰਗਾ ਨਾਲ ਕੋਈ ਉਸਤਾਦ ਹੋਵੇ ਅੱਛਾ ਕਿੰਨੀਆਂ ਕੁੜੀਆਂ ਨੇ ਸਿਖਾ ਚੁੱਕਿਆ ਹੈ ਉਹ ਮੈਂ ਕੋਈ ਡਰਾਈਵਿੰਗ ਸਕੂਲ ਖੋਲਿਆ ਹੋਇਆ ਜੇ ਨਹੀਂ ਖੋਲਿਆ ਤਾਂ ਫਿਰ ਖੋਲ ਲੈ ਕਿਉਂਕਿ ਤੈਨੂੰ ਮੈਨੂੰ ਸਿਖਾਉਣ ਤੋਂ ਬਾਅਦ ਤਜਰਬਾ ਤਾਂ ਹੋ ਹੀ ਜਾਣਾ
ਕੀ ਵੇਖ ਰਿਹਾ ਹੈ? ਮੈਂ ਹੀ ਵੇਖ ਰਿਹਾ ਕਿ ਰੱਬ ਨੇ ਤੈਨੂੰ ਕਿੰਨਾ ਸੋਹਣਾ ਬਣਾਇਆ। ਅੱਛਾ, ਤੂੰ ਝੂਠ ਵੀ ਬੋਲਿੰਦਾ? ਤੂੰ ਸ਼ੀਸ਼ਾ ਤਾਂ ਵੇਖਦੀ ਹੋ ਨਹੀਂ, ਉਹ ਤਾਂ ਨਹੀਂ ਝੂਠ ਬੋਲਦਾ। ਤੇ ਤੈਨੂੰ ਮਸਕਾ ਲਾਉਣਾ ਵੀ ਆਉਂਦਾ ਹੈ? ਮੈਨੂੰ ਤਾਂ ਲੱਗਿਆ ਸੀ ਤੈਨੂੰ ਸਿਰਫ ਕਾਰ ਚਲਾਉਣੀ ਆਉਂਦੀ ਹੈ। ਚੱਲ ਛੱਡ, ਹੋਰ ਦੱਸ ਆਪਣੇ ਬਾਰੇ ਕੁਛ। ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਤੈਨੂੰ ਇੱਕਦਮ ਤੋਂ ਕਾਰ ਚਲਾਉਣ ਦਾ ਸ਼ੌਕ ਕਿੱਥੋਂ ਪੈਦਾ ਹੋ ਗਿਆ? ਮੈਂ ਸੋਚਿਆ ਜਿਹਦੇ ਨਾਲ ਮੇਰਾ ਵਿਆਹ ਹੋਏਗਾ ਉਹਦੀ ਆਪਣੀ ਕਾਰ ਹੋਏਗੀ ਤੇ ਮੇਰੀ ਆਪਣੀ ਵਧੀਆ ਜੀ ਕਾਰ ਹੋਏਗੀ, ਤੇ ਕਾਰ ਜਦ ਆਊਗੀ ਆਊਗੀ, ਚਲਾਉਣੀ ਤਾਂ ਆਉਣੀ ਚਾਹੀਦੀ ਹੈ। ਆਸ਼ੂ, ਜੇ ਤੇਰੀ ਗਰਲਫ੍ਰੈਂਡ ਹੁੰਦੀ ਤੇ ਤੈਨੂੰ ਮੈਂ ਨਾਲ ਇਸ ਤਰ੍ਹਾਂ ਵੇਖ ਲੈਂਦੀ ਤੇ ਫਿਰ ਉਹ ਕੀ ਕਰਦੀ? ਵੈਰੀ ਸਿੰਪਲ, ਤੇਰਾ ਸਿਰ ਫਾੜ ਦਿੰਦੀ। Who was that? Forget it. ਕੌਣ ਸੀ ਉਹ? ਹੁਣੇ ਕੋਈ ਪਾਗਲ ਜਾਂ ਕੋਈ ਆਸ਼ਿਕ। ਅੱਛਾ ਹੁਣ ਸੁਣ, ਜਦ ਸਾਡਾ ਵਿਆਹ ਹੋਵੇਗਾ ਤੂੰ ਮੈਨੂੰ ਖਵਾਏਗਾ ਕਿਵੇਂ? ਜਦ ਮੈਂ ਤੇਰੇ ਨਾਲ ਨਹੀਂ ਹੁੰਦੀ ਤੂੰ ਮੇਰੇ ਬਾਰੇ ਸੋਚਦਾ? ਮੈਂ ਕੀ ਸਾਰਾ ਪੰਜਾਬ ਤੈਨੂੰ ਰੋਂਦਾ, ਯਾਦ ਕਰਦਾ ਹੈ ਜਦੋਂ ਵੀ ਇੱਥੇ ਪਾਵਰ ਕੱਟ ਲੱਗਦਾ, ਸਾਰੇ ਇਹੀ ਤਾਂ ਕਹਿੰਦੇ ਨੇ। ਹਾਏ ਬਿਜਲੀ, ਆ ਮਾਰ ਗਈ ਬਿਜਲੀ ਆ। ਸ਼ਾਇਰ ਲੋਕੀ ਤਾਂ ਹੰਝੂਆਂ 'ਚ ਡੁੱਬੇ ਟੁੱਟੇ ਆਸ਼ਿਕ ਹੁੰਦੇ ਨੇ, ਸਾਡੇ ਦਿਲ ਦੀ ਰਾਣੀ ਤਾਂ ਸਾਡੇ ਕੋਲ ਹੈ। ਆਸ਼ੂ, ਪਿਸਤੌਲ ਚੱਲੀ ਨੀ? ਲੈ ਤੂੰ ਪੁਰਾਣੀ ਤੇ ਖਰਾਬ ਪਿਸਤੌਲ ਹੈ, ਇਹ ਤਾਂ ਬਾਲੇ ਬਾਲੇ ਨੂੰ ਕਿਸੇ ਜ਼ਮੀਦਾਰ ਨੇ ਇਨਾਮ ਚ ਦਿੱਤੀ ਸੀ, ਚੱਲਦੀ ਥੋੜੀ ਨਾ। ਪਰ ਵਾਸਤੇ ਆਈ ਸੀ? ਲੈ ਉਹ ਤਾਂ ਬਾਹਰ ਟ੍ਰਾਂਸਫਾਰਮਰ ਚ ਪਟਾਕਾ ਪਿਆ ਸੀ। ਜਿੱਥੇ ਪਟਾਕਾ ਪੈਣਾ ਚਾਹੀਦਾ ਸੀ ਉੱਥੇ ਤੇ ਪਿਆ ਨਹੀਂ। ਪੁੱਤ ਤੂੰ ਠੀਕ ਤਾਂ? ਲੱਸੀ ਸ਼ੱਸੀ ਕੁਛ ਲਿਆਵਾਂ ਤੇਰੇ ਲਈ? ਨਹੀਂ ਤਾਈ, ਮੈਨੂੰ ਨਾ ਭੁੱਖ ਹੈ ਤੇ ਨਾ ਤੇ। ਸਰ ਮਠਾਈ, ਥੈਂਕ ਯੂ ਵੈਰੀ ਮਚ ਸਰ। ਸਰ ਮੇਰੀ ਫੈਕਟਰੀ ਦੀ ਬਿਜਲੀ ਬਹਾਲ ਹੋ ਗਈ। ਮੈਂ ਐਕਸ਼ੀਅਨ ਨੂੰ ਕਹਿਤਾ ਸੀ, ਚੱਲ ਚੰਗਾ ਹੋਇਆ ਤੇਰਾ ਕੰਮ ਹੋ ਗਿਆ। ਸਰ ਐਕਸ਼ੀਅਨ ਤਾਂ ਬੜਾ ਕੁੱਤਾ ਬੰਦਾ ਹੈ, ਪਤਾ ਨਹੀਂ ਸੀਐਮ ਦੇ ਪਿੰਡ ਦਾ ਹੈ ਜਿਹੜਾ ਉਹਨੂੰ ਕੋਈ ਹਿਲਾ ਨਹੀਂ ਸਕਦਾ। ਇਹ ਤਾਂ ਸਰ ਮੈਂ ਪਾਲੇ ਵਾਲੇ ਨੂੰ ਕਿਹਾ ਤਾਂ ਮੇਰਾ ਕੰਮ ਹੋਇਆ। ਪਾਲੇ ਵਾਲੇ? ਉਹਨਾਂ ਮਰਾਸੀਆਂ ਦੇ ਕਹਿ ਤੇ ਤੇਰਾ ਕੰਮ ਹੋਇਆ? ਉਹਨਾਂ ਦਾ ਕੀ ਤਾਲੁਕ ਹੈ ਸਾਡੇ ਮਹਿਕਮੇ ਨਾਲ ਬਈ ਹੈ? ਲੋ ਸਰ, ਕੀ ਗੱਲਾਂ ਕਰਦੇ ਹੋ ਤੁਸੀਂ? ਉਹਨਾਂ ਦੇ ਕਹਿਣ ਤੇ ਤਾਂ ਜੇਈ ਤੇ ਲਾਈਨ ਮੈਨ ਸਾਰੇ ਕੰਮ ਛੱਡ ਕੇ ਭੱਜ ਖੜੇ ਹੁੰਦੇ ਆ। ਅੱਛਾ ਠੀਕ ਹੈ, ਤੁਸੀਂ ਜਾਓ, ਮਿਠਾਈ ਵੀ ਨਾਲ ਲੈ ਜਾਓ।
ਸਰ ਮਿਠਾਈ ਤਾਂ ਸ਼ਗਨ ਨੇ ਲੈ ਲੈਣ। ਸ਼ਗਨ ਨਾ ਹੁਣ ਜਾ ਕੇ ਤੁਸੀਂ ਪਾਲੇ ਬਾਲੇ ਨਾਲ ਹੀ ਖਾਓ, ਠੀਕ ਹੈ? ਆਓ। ਪਤਾ ਨਹੀਂ ਪੰਡੇ ਚ ਵੜ ਗਿਆ ਜਾਂ ਨਿਕਲ ਗਿਆ, ਕੁਝ ਸਮਝ ਨਹੀਂ ਲੱਗ ਰਿਹਾ। ਹੈਲੋ। ਹਾਂਜੀ ਸਾਹਿਬ ਬਹਾਦਰ ਜੀ। ਸੁਰਜੀਤ ਥਾਲੀ ਵਾਲੇ ਦਾ ਕਨੈਕਸ਼ਨ ਕਿਤੇ ਕਹਿੰਦੇ ਰਿਜ਼ਿਊਮ ਕੀਤਾ ਗਿਆ ਬਈ? ਸਰ ਮੇਰੇ ਹਿਸਾਬ ਨਾਲ ਉਹਦਾ ਕਨੈਕਸ਼ਨ ਕੱਟਿਆ ਹੋਇਆ ਜੀ। ਅੱਛਾ, ਹੁਣ ਇਹ ਮਿਠਾਈ ਖਵਾ ਕੇ ਗਿਆ ਮੈਨੂੰ ਆਪਣੇ ਕਨੈਕਸ਼ਨ ਦੇ ਬਹਾਲ ਹੋਣ ਦੀ ਖੁਸ਼ੀ 'ਚ। ਉਹ ਸਰ, ਕਈ ਇੰਡਸਟਰੀ ਵਾਲੇ ਐਸੇ ਹੁੰਦੇ ਨੇ ਜੀ, ਉਹਨਾਂ ਦੀ ਬਿਜਲੀ ਕੱਟ ਦਿਓ ਪਾਗਲ ਹੋ ਜਾਂਦੇ ਨੇ। ਅੱਛਾ, ਉਹ ਪਾਲੇ ਪਾਲੇ ਦਾ ਕੀ ਹਾਲ ਹੈ ਬਈ? ਸਰ ਉਹਨਾਂ ਦਾ ਕੀ ਹਾਲ ਹੋਣਾ ਜੀ, ਬਿਨਾਂ ਬਿਜਲੀ ਤੋਂ ਉਹਨਾਂ ਦੇ ਘਰ ਦੇ ਖੁਦਕਸ਼ੀ ਕਰਨ ਨੂੰ ਫਿਰਦੇ ਹੋਣੇ ਜੀ। Papa, black ship, have one boom. Yes, sir, three back pool. Hey, man, what are you doing here? ਇੰਤਜ਼ਾਰ ਮੌਤ ਦਾ। ਓ ਮਹਾਰਾਜ, ਗੱਡੀ ਥੱਲੇ ਮੰਨਣਾ ਚਾਹੁੰਦੇ ਹੋ ਤੇ ਭੁੱਲ ਜਾਓ, ਗੱਡੀ ਤਾਂ ਪਿਛਲੇ ਪਿੰਡੀ ਉਲਟ ਗਈ ਸੀ। ਅੱਛਾ, ਹਾਂ, ਹੇ ਬਾਬਾ ਬਲੈਕ ਸ਼ਿਪ ਹਵ ਅਨਵੂਰ। ਵੇ ਪਾਲੇ, ਆ ਕੀ ਠੱਕ ਠੱਕ ਹੋਣ ਦੇ, ਕਿਤੇ ਸਾਡੇ ਘਰ ਕੁਝ ਹੋਰ ਤਾਂ ਨਹੀਂ? ਓ ਸੁੱਤੀ ਰਹਿ, ਆਪੇ ਖੱਜਲ ਖੁਜਲ ਹੋ ਕੇ ਚਲੇ ਜਾਣਗੇ। ਮੈਨੂੰ ਲੱਗਦਾ ਚੋਰ ਹੀ ਨਹੀਂ, ਲੱਗਦਾ ਬਾਹਰਲੇ ਪਿੰਡ ਦੇ ਆ। ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਘਰ ਭੰਗ ਪੂਜਦੀ ਆ, ਇੱਥੇ ਉਹਨਾਂ ਨੂੰ ਕੀ ਲੱਭਣਾ? ਜੇ ਉਹਨਾਂ ਨੂੰ ਸਾਡੇ ਕੋਲੋਂ ਕੁਝ ਨਹੀਂ ਲੱਭਣਾ ਤੇ ਸਾਨੂੰ ਤੇ ਉਹਨਾਂ ਕੋਲੋਂ ਕੁਝ ਲੱਭ ਸਕਦਾ ਹੈ ਨਾ? ਕੋ ਨਾਲ ਪੰਜੀਰੀ ਲੈ ਕੇ ਘੁੰਮਣਡੇ ਆ। ਉਹ ਤਾਂ ਗੱਲਾਂ ਹੀ ਕਰੀ ਜਾਏਗਾ ਕਿ ਉਹਨਾਂ ਨੂੰ ਜਾ ਕੇ ਫੜੇਗਾ ਵੀ। ਅੱਛਾ, ਫੜਾ ਫਿਰ ਮੇਰਾ ਉਹ ਛੇਤਰ ਜਿਹਾ। ਮੈਂ ਤੂੰ ਉੱਥੇ ਚੋਰ ਫੜਨ ਜਾ ਰਿਹਾ ਕਿ ਵਿਆਹ ਦਾ ਪ੍ਰੋਗਰਾਮ ਕਰਨ ਜਾ ਰਿਹਾ? ਐਵੇਂ ਹੀ ਭਗ ਭਗ ਲਾ ਕੇ ਉਠਾਤਾ ਸਾਰਾ। ਚੱਲ ਯਾਰ, ਕਿਹੜੇ ਚੋਰ ਆ? ਦੇਖ ਲੈਂਦੇ ਕਿਤੇ ਮੇਰੇ ਪੇਕਿਆਂ ਤੋਂ ਤਾਂ ਨਹੀਂ? ਉਹ ਪਰਜਾਈ ਇਹ ਬਾਂਦਰ ਜਿਹਾ ਤੇਰੇ ਪੇਕਿਆਂ ਤੋਂ ਵੀ ਲੱਗਦਾ, ਪੇਕਿਆਂ ਤੋਂ ਵੀ ਲੱਗਦਾ। ਨਹੀਂ, ਅਸੀਂ ਚੋਰ ਨਹੀਂ ਜੀ, ਅਸੀਂ ਤੇ ਬਿਜਲੀ ਵਾਲੇ ਆ ਜੀ। ਓਏ ਬਿਜਲੀ ਵਾਲੇ, ਉਹ ਫੇਰ ਅੱਧੀ ਰਾਤੀ ਸਾਡੇ ਘਰ ਸੰਨ ਕਰ ਲਾਂਡੇ ਹੋ? ਓਏ, ਅਸੀਂ ਤਾਂ ਜੀ ਬਾਹਰੋਂ ਤਾਰ ਪਾ ਕੇ ਅੰਦਰ ਮੀਟਰ ਲਾਣ ਆਏ ਸੀ। ਓ, ਸਾਨੂੰ ਉਪਰੋਂ ਹੁਕਮ ਹੋਇਆ ਕਿ ਸਵੇਰ ਹੋਣ ਤੋਂ ਪਹਿਲਾਂ ਮੀਟਰ ਲਗਣਾ ਚਾਹੀਦਾ ਸੀ। ਸਾਰੇ ਉਪਰੋਂ ਕਿਤੇ ਧਰਮਰਾਜ ਤੋਂ ਹੁਕਮ ਹੋਇਆ, ਧਰਮਰਾਜ ਤੋਂ ਹੁਕਮ ਹੋਇਆ, ਸੌਰੀ ਦੇ ਐਕਸੀਡੈਂਟ ਤੋਂ ਖਰਾ ਦਾ ਜੀ। ਚਲੋ ਦਫਾ ਹੋਵੇ ਇਥੋਂ, ਦਫਾ ਹੋ, ਨਿਕਲੋ ਬਾਹਰ। ਯਾਰ, ਪਾਲੇ ਪਾਲੇ ਦੀ ਬੜੀ ਚੜਾਈ ਹੈ। ਓਏ, ਆ ਤਾਂ ਮੈਂ ਪਹਿਲੀ ਵਾਰ ਵੇਖਿਆ ਬਈ ਬਿਜਲੀ ਵਾਲੇ ਅੱਧੀ ਰਾਤ ਕਿਸੇ ਦੇ ਘਰੇ ਕਨੈਕਸ਼ਨ ਲਾਣ ਆਏ ਹੋਣ, ਹੋਰ ਕੀ? ਤੁਹਾਡੀ ਬੜੀ ਮਿਹਰਬਾਨੀ ਹੈ ਜੀ, ਤੁਸੀਂ ਇੰਨਾ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਆਏ ਹੋ ਹੈ ਜੀ। ਮੈਨੂੰ ਤਾਂ ਹਰ ਰੋਜ਼ ਇਹੋ ਸੁਪਨਾ ਆਉਂਦਾ ਕਿ ਅਸੀਂ ਇਲੈਕਸ਼ਨ ਪਾਵਰ ਸ਼ੋਰਟੇਜ ਕਰਕੇ ਹਾਰ ਗਏ। ਸਰ, ਇੱਕ ਹੋਮਿਓਪੈਥੀ ਦੀ ਮੈਡੀਸਿਨ ਹੁੰਦੀ ਹੈ ਐਕੋਨਾਈਟ, ਸੌਣ ਤੋਂ ਪਹਿਲਾਂ ਇੱਕ ਡੋਜ਼ ਲਿਆ ਕਰੋ, ਮਨ 'ਤੇ ਕੋਈ ਭਾਰ ਨਹੀਂ ਰਹੇਗਾ ਸਰ। ਓਏ, ਤੁਸੀਂ ਮੈਂਬਰ ਜਨਰੇਸ਼ਨ ਨੂੰ ਕਿ ਹੋਮਿਓਪੈਥੀ ਦੇ ਡਾਕਟਰ ਹੋ? ਹੈਂ, ਨਹੀਂ, ਠੀਕ ਕਹਿ ਰਹੇ ਨੇ ਜੀ। ਐਕਚੁਲੀ CM ਸਾਹਿਬ ਨੇ ਜਦੋਂ ਕਿਸਾਨਾਂ ਵਾਸਤੇ ਫ੍ਰੀ ਬਿਜਲੀ ਅਨਾਊਂਸ ਕੀਤੀ ਸੀ ਨਾ ਜੀ, ਉਹ ਵੀ ਐਕੋਨਾਈਟ ਦੀ ਡੋਜ਼ ਲੈ ਕੇ ਸੌਂਦੇ ਸੀ। ਸਰ, ਕਈ ਸਟੇਟਾਂ ਦੇ ਮੁੱਖ ਮੰਤਰੀ ਤਾਂ ਇੱਦਾਂ ਦੀ ਸਬਸਿਡੀ ਅਨਾਊਂਸ ਕਰਕੇ ਅਫੀਮ ਦਾ ਗੋਲਾ ਖਾ ਕੇ ਸੌਂਦੇ ਆ। ਓਏ, ਤੁਸੀਂ ਇਹੋ ਜਿਹੇ ਡਾਕਟਰੀ ਨੁਸਖੇ ਨਾ ਦੱਸੋ ਮੈਨੂੰ। ਮੈਨੂੰ ਕੋਈ ਐਸਾ ਨੁਸਖਾ ਦੱਸੋ ਕਿ ਅਸੀਂ ਕਿਸ ਤਰ੍ਹਾਂ ਪੰਜਾਬ 'ਚ ਬਿਜਲੀ ਦੀ ਕਮੀ ਪੂਰੀ ਕਰ ਸਕੀਏ। ਸਰ, ਸੋਲਰ ਪਾਵਰ ਇੱਕ ਆਪਸ਼ਨ ਹੈ। ਓਏ, ਇਹ ਦੇਖਿਆ, ਇਹ ਤੁਪ 'ਚ ਸਾਰੇ ਬਾਲ ਗਏ ਨੇ। ਸਰ, ਦੇਖੋ, ਮੇਰੀ ਵੀ ਇਸ ਤਰੀਕੇ ਗਈ। ਹਾਂ ਬਿਲਕੁਲ, ਸਰ ਠੀਕ ਕਹਿ ਰਹੇ ਨੇ। ਸਰ, ਵਿੰਡ ਮਿਲਸ ਵੀ ਲਗਾਈਆਂ ਜਾ ਸਕਦੀਆਂ। ਉਹ ਵਿੰਡ ਮਿਲ ਚਲਾਓਗੇ ਕਿਹਦੇ ਨਾਲ? ਪੱਖਾ ਚੱਲ ਚੱਲ ਕੇ?
ਗੱਲਾਂ ਕਰਦੇ। ਮੇਰੇ ਹਿਸਾਬ ਨਾਲ ਮੋਟੇ ਮੁਰਗੇ ਫਸਾਣੇ ਪੈਣੇ ਜੀ, ਮਤਲਬ ਸਟੇਟ ਵਿੱਚ ਪਾਵਰ ਪਲਾਂਟ ਖੋਲਣ ਵਾਸਤੇ ਨਾ ਵੱਡੀਆਂ ਅਸਾਮੀਆਂ ਨੂੰ ਨੋਤਾ ਦੇਣਾ ਪੈਣਾ ਜੀ। ਮੈਨੂੰ ਲੱਗਦਾ ਹੈ ਕਿ ਐਟਾਮਿਕ ਪਾਵਰ ਪਲਾਂਟ ਦੇ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ, ਤੇ ਸਾਨੂੰ ਐਟਾਮਿਕ ਪਾਵਰ ਪਲਾਂਟ ਦੀ ਮੰਗ ਕਰਨੀ ਚਾਹੀਦੀ ਹੈ। ਕਿਸ ਮੂੰਹ ਨਾਲ? ਨਹੀਂ, ਮੇਰਾ ਮਤਲਬ ਹੈ ਕਿ ਨਿਊਕਲੀਅਰ ਡੀਲ ਨੂੰ ਤੁਹਾਡੀ ਪਾਰਟੀ ਨੇ ਸਭ ਤੋਂ ਜ਼ਿਆਦਾ ਅਪੋਜ਼ ਕੀਤਾ ਸੀ ਨਾ ਜੀ। ਓਏ, ਤੁਸੀਂ ਆਪ ਇੱਥੇ ਸ਼ਰਮਿੰਦਾ ਹੋਣ ਲਈ ਆਏ ਹੋ ਕਿ ਮੈਨੂੰ ਸ਼ਰਮਿੰਦਾ ਕਰਨ ਲਈ ਬੈਠੇ ਹੋ ਇੱਥੇ? ਸੋਰੀ ਸਰ। ਹਲ ਮੈਂ ਦੱਸਣਾ, ਤੁਸੀਂ ਅਦਾ ਕਰੋ ਕਿ ਜਦ ਤੱਕ ਪਾਵਰ ਦਾ ਪਰਮਨੈਂਟ ਹੱਲ ਨਹੀਂ ਨਿਕਲਦਾ, ਅਖਬਾਰਾਂ ਵਿੱਚ ਇੱਕ ਵੱਡਾ ਸਾਰਾ ਇਸ਼ਤਿਹਾਰ ਦਿਓ, ਮੇਰੀ ਫੋਟੋ ਦਿਓ ਤੇ ਨਾਲ ਮੇਰੇ ਸੀਐਮ ਸਾਹਿਬ ਦੀ ਫੋਟੋ ਦਿਓ, ਔਰ ਲਿਖੋ ਕਿ 5 ਸਾਲਾਂ ਦੇ ਵਿੱਚ ਵਿੱਚ ਅਸੀਂ ਬਿਜਲੀ ਦੀ ਸਾਰੀ ਕਮੀ ਪੂਰੀ ਕਰ ਦਿਆਂਗੇ। ਵਾਹ ਵਾਹ, ਗੁੱਡ ਆਈਡੀਆ ਸਰ, ਗੁੱਡ ਆਈਡੀਆ, ਬਹੁਤ ਅੱਛਾ ਸਰ, ਬਹੁਤ ਅੱਛਾ। ਛੱਡ ਗਿਆ ਤੂੰ ਮੈਨੂੰ ਨਹਿਰ ਚ ਸੁੱਟ ਕੇ ਮਾਰਨਾ ਚਾਹੁੰਦਾ? ਅਸੀਂ ਕੌਣ ਹੁੰਦੇ ਆ ਮਾਰਨ ਮਰੇ, ਅਸੀਂ ਤਾਂ ਆਪ ਤੁਹਾਡੇ ਤੇ ਮਰੇ ਪਏ ਆ। ਤੂੰ ਇੰਨੀ ਲੇਟ ਕਿਉਂ ਆਇਆ? ਬਿਜਲੀ, ਅੱਜ ਮੈਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਸੀ। ਸਰਪ੍ਰਾਈਜ਼? ਕੀ ਸਰਪ੍ਰਾਈਜ਼? ਇਹ ਤਾਂ ਤੈਨੂੰ ਘਰ ਜਾ ਕੇ ਪਤਾ ਲੱਗੂਗਾ। ਵਾਹ ਜੀ ਵਾਹ, ਇਹ ਤਾਂ ਕਮਾਲ ਹੀ ਹੋ ਗਿਆ। ਉਹ ਸਾਡੇ ਭਾਗ ਵੀ ਕਿੰਨੇ ਚੰਗੇ ਨੇ, ਘਰ ਬੈਠੇ ਬਿਠਾਏ ਇੰਨਾ ਵਧੀਆ ਰਿਸ਼ਤਾ ਮਿਲ ਗਿਆ। ਦੇਖੋ ਜੀ, ਕਈ ਰਿਸ਼ਤੇ ਤਾਂ ਧੁਰੋਂ ਬਣ ਕੇ ਆਉਂਦੇ ਨੇ, ਕੁਝ ਬੱਚੇ ਆਪ ਬਣਾ ਲੈਂਦੇ ਨੇ। ਚਲੋ ਜੀ, ਬੱਚਿਆਂ ਦੀ ਖੁਸ਼ੀ ਚ ਸਾਡੀ ਖੁਸ਼ੀ ਹੈ, ਤੁਸੀਂ ਤਾਂ ਬਸ ਮੂੰਹ ਮਿੱਠਾ ਕਰੋ। ਸ਼ੁਕਰੀਆ ਜੀ। ਵੈਸੇ ਬਿਜਲੀ ਕਦੋਂ ਆਊਗੀ? ਬਿਜਲੀ ਦਾ ਕੀ ਹੈ ਜੀ, ਆ ਜਾਵੇ ਤਾਂ ਭਾਵੇਂ ਹੁਣੇ ਹੀ ਆ ਜਾਵੇ, ਨਾ ਆਵੇ ਤਾਂ ਸਾਰੀ ਰਾਤ ਹੀ ਨਾ ਆਵੇ। ਓਹੋ, ਇਹ ਜੀ ਬੱਤੀ ਦੀ ਗੱਲ ਕਰ ਰਹੇ ਨੇ, ਆਪਣੀ ਬੇਟੀ ਦੀ ਨਹੀਂ। ਬਿਜਲੀ, ਇੱਕ ਸਰਪ੍ਰਾਈਜ਼ ਤਾਂ ਤੈਨੂੰ ਘਰ ਜਾ ਕੇ ਮਿਲੇਗਾ, ਤੇ ਦੂਸਰਾ ਸਰਪ੍ਰਾਈਜ਼ ਮੈਂ ਹੁਣੇ ਦੇ ਦਿੰਦਾ, ਮੇਰੀ ਪ੍ਰਮੋਸ਼ਨ ਹੋ ਗਈ ਹੈ, ਤੇ ਜਿਹੜੀ ਮੇਰੀ ਕੰਪਨੀ ਹੈ ਉਹ ਮੇਰਾ ਡਿਪਾਰਟਮੈਂਟ ਵੀ ਚੇਂਜ ਕਰ ਰਹੀ ਹੈ, ਤੇ ਹੁਣ ਉਹ ਇੱਥੇ ਇੱਕ ਪਾਵਰ ਪਲਾਂਟ ਲਾ ਰਿਹਾ ਜਿਸਦਾ ਮੈਂ ਚੀਫ ਕੋਆਰਡੀਨੇਟਰ ਵੀ ਹਾਂ। ਤੂੰ ਮੇਰੀ ਗੱਲ ਸੁਣ ਰਹੀ ਹੈ? ਹਾਂ, ਮੈਂ ਸੁਣ ਰਹੀ ਹਾਂ। ਅੱਛਾ, ਦੱਸ ਮੈਂ ਕੀ ਕਿਹਾ। ਤੂੰ ਆਹੀ ਕਿਹਾ ਨਾ, ਤੂੰ ਸਸਪੈਂਡ ਹੋ ਗਿਆ। ਕੱਟੋ ਇਹ। ਓ ਠਹਿਰੋ ਠਹਿਰੋ ਠਹਿਰੋ, ਕੀ ਤੋਂ ਪੁੱਛ ਕੇ ਕੱਟਿਆ ਕਨੈਕਸ਼ਨ? ਤੁਸੀਂ ਕੀ ਤੋਂ ਪੁੱਛ ਕੇ ਲਿਆ ਕਨੈਕਸ਼ਨ? ਜੇਈ ਸਾਹਿਬ ਨੇ ਆਪਣੇ ਹੱਥਾਂ ਨਾਲ ਲਾਇਆ ਤੇ ਇਨਫੋਰਸਮੈਂਟ ਆਫੀਸਰ ਨੇ ਆਪਣੇ ਹੱਥਾਂ ਨਾਲ ਕੱਟਤਾ, ਇਹ ਇਲੀਗਲ ਕਨੈਕਸ਼ਨ ਹੈ। ਮੈਨੂੰ ਸਮਝ ਲੱਗਦੀ ਐਸਡੀਓ ਸਾਹਿਬ ਨੇ ਆਪਣੇ ਆਪ ਕਿਵੇਂ ਕਨੈਕਸ਼ਨ ਬਹਾਲ ਕਰਤਾ? ਆਪਣੇ ਆਪ ਨਹੀਂ, ਬਹੁਤ ਵੱਡੀ ਸਿਫਾਰਿਸ਼ ਨਾਲ ਲੱਗਿਆ ਕਨੈਕਸ਼ਨ। ਮੈਂ ਕਹਿੰਦਾ ਭਾਂਡੇ 'ਚ ਵੜ ਜਾਓਗੇ ਤੁਸੀਂ, ਇਹ ਕਨੈਕਸ਼ਨ ਕੱਟ ਕੇ ਸਸਪੈਂਡ ਨਾ ਹੋ ਜਾਓ ਕਿਤੇ। ਅੱਛਾ,
ਕਿਹਦੀ ਸਿਫਾਰਿਸ਼ ਨਾਲ? ਬਹੁਤ ਮਸ਼ਹੂਰ ਪੰਡ ਪਾਲੇ ਬਾਲੇ ਦੀ ਸਿਫਾਰਿਸ਼ ਨਾਲ ਲੱਗਿਆ ਇਹ ਪਾਗਲ। ਮੈਂ ਤਾਂ ਬਿਲਕੁਲ ਠੀਕ ਹੈ, ਪਾਗਲ ਤਾਂ ਤੂੰ ਲੱਗਦਾ ਜਿਹਨੂੰ ਸਸਪੈਂਡ ਹੋਣ ਦਾ ਡਰ ਨਹੀਂ। ਲੋਟੇ ਵੇਲੇ ਮਾਏ ਆਣਾ, ਮਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ। ਬਿਜਲੀ ਧੀਏ, ਅੱਜ ਦਾ ਦਿਨ ਤਾਂ ਬਹੁਤ ਵਧੀਆ ਚੜਿਆ, ਅਸੀਂ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ। ਰਿਸ਼ਤਾ ਪੱਕਾ ਕਰ ਦਿੱਤਾ ਮੇਰੇ ਤੋਂ ਬਿਨਾਂ ਪੁੱਛੇ? ਜੇ ਤੂੰ ਦੱਸੇਂਗੀ ਨੀ ਤਾਂ ਇਹਦਾ ਮਤਲਬ ਇਹ ਤਾਂ ਨੀ ਕਿ ਅਸੀਂ ਤੇਰੇ ਦਿਲ ਦੀ ਗੱਲ ਸਮਝਦੇ ਨੀ। ਕੀ ਮਤਲਬ? ਉਹਦੇ ਮੰਮੀ ਪਾਪਾ ਆਪ ਆਏ ਸੀ ਤੇਰਾ ਹੱਥ ਮੰਗਣ। ਇੰਨਾ ਵੱਡਾ ਖਾਨਦਾਨ, ਇੰਨਾ ਵਧੀਆ ਮੁੰਡਾ, ਅਸੀਂ ਤਾਂ ਝੱਟ ਹਾਂ ਕਰ ਦਿੱਤੀ। ਕਿਹੜਾ ਮੁੰਡਾ? ਜਿਹਨੂੰ ਤੂੰ ਚਾਹੁੰਦੀ ਏ, ਆਸ਼ੂ। ਅਸੀਂ ਇਹ ਦੱਸਦੇ ਹੋਏ ਬੜਾ ਫਕਰ ਮਹਿਸੂਸ ਕਰਦੇ ਹਾਂ ਕਿ ਕਰੰਟ ਕਿਆਮਪੁਰੀ ਜੀ ਦੀ ਨਵੀਂ ਐਲਬਮ ਦਿਲ ਰੋਪਿਆ, ਜਿਸ ਦੀਆਂ ਇੱਕ ਮਹੀਨੇ ਵਿੱਚ ਹੀ 5 ਲੱਖ ਸੀਡੀਆਂ ਵਿਕ ਚੁੱਕੀਆਂ, ਜੋ ਆਪਣੇ ਆਪ 'ਚ ਇੱਕ ਰਿਕਾਰਡ। ਇਸ ਖੁਸ਼ੀ ਵਿੱਚ ਅਸੀਂ ਕਰੰਟ ਕਿਆਮਪੁਰੀ ਜੀ ਨੂੰ ਟੱਕ ਟਕਾ ਟੱਕ ਟਕਾ ਕੇ ਇੱਕ ਨਵੀਂ ਗੱਡੀ ਟਕੈਰੋ ਇਨਾਮ ਵਜੋਂ ਦਿੰਦੇ ਹਾਂ। ਇਹਨਾਂ ਨੇ ਬਹਿਜਾ ਬਹਿਜਾ ਕਰਾ ਦੀ, ਸਿੱਟ ਡਾਊਨ ਕਰਾ ਦੀ। ਮੇਰਾ ਖਿਆਲ ਸਾਡੇ ਮਾਰਕੀਟਿੰਗ ਮੈਨੇਜਰ ਸਾਹਿਬ ਜੀ ਵੀ ਦੋ ਗੱਲਾਂ ਕਹਿੰਦੇ ਉਤਾਵਲੇ ਹਨ। ਥੈਂਕਸ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਕਿਆਮਪੁਰੀ ਜੀ ਦੇ ਗੀਤਾਂ ਵਿੱਚ ਇੰਨਾ ਦਰਦ ਛੁਪਿਆ ਕਿ ਇਹਨਾਂ ਦਾ ਇੱਕ ਗੀਤ ਦਿਲ ਰੋਪਿਆ ਸੁਣ ਕੇ ਸਾਡੇ ਮਾਲਕਾਂ ਦੀ ਕੁੜੀ ਆਪਣੇ ਅਰਬਪਤੀ ਮੰਗੇਤਰ ਨੂੰ ਛੱਡ ਕੇ ਇਹਨਾਂ ਦੇ ਆਪਣੇ ਡਰਾਈਵਰ ਨਾਲ ਭੱਜ ਗਈ। ਹੁਣ ਮੈਂ ਕਿਆਮਪੁਰੀ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਐਲਬਮ ਦਾ ਸੁਪਰ ਹਿੱਟ ਗੀਤ ਉਸ 'ਚੋਂ ਦੋ ਲਾਈਨਾਂ। ਇਹ ਗਾਣਾ ਉਹਨਾਂ ਕੁੜੀਆਂ ਲਈ ਜਿਨ੍ਹਾਂ ਨੇ ਜਾਣੇ ਅਣਜਾਣੇ 'ਚ ਕਿਸੇ ਸੱਚੇ ਆਸ਼ਿਕ ਦਾ ਦਿਲ ਤੋੜਿਆ। ਟੁੱਟ ਗਿਆ ਗੱਲ, ਖਿੰਡ ਗਈ ਕੀ ਕਰਾਂ। ਬਈ ਕੀ ਕਹਿਣਾ ਘਰ ਦੀ ਗੱਡੀ ਦੇ, ਬਈ ਦੋ ਘੁੱਟ ਪੀ ਕੇ ਨਾ ਚੁੜੇਲਾਂ ਵੀ ਪਰੀਆਂ ਲੱਗਣ ਲੱਗ ਪੈਂਦੀਆਂ। ਕੀ ਬਕਵਾਸ ਕਰਨ ਦੇ ਆ ਪਾਲੇ, ਮੈਂ ਤੈਨੂੰ ਚੁੜੇਲ ਲੱਗਣ ਡਈ ਆ? ਨਾ ਨਾ, ਹੁਣ ਤਾਂ ਦੋ ਘੁੱਟ ਪੀਤੇ ਹੋਏ ਆ, ਹੁਣ ਤਾਂ ਤੂੰ ਪਰੀਆਂ ਨਾਲੋਂ ਵੀ ਵੱਧ ਲੱਗਣ ਡਈ ਆ। ਚੱਪਲੀਆਂ ਨਾ ਮਾਰ, ਪਤਾ ਜਦੋਂ ਮੈਂ 18 ਸਾਲ ਦੀ ਸੀਗੀ ਤੇ ਪਿੰਡ ਦੇ ਸਾਰੇ ਮੁੰਡੇ ਮੈਨੂੰ ਕਹਿੰਦੇ ਸੀਗੇ, ਪ੍ਰੀਤੋ ਤੇਰੀਆਂ ਅੱਖਾਂ ਹੇਮਾ ਮਾਲਿਨੀ ਨਾਲ ਮਿਲਦੀਆਂ। ਬਕਵਾਸ ਕਰਦੇ ਸੀ ਬਈ, ਉਸ ਵਕਤ ਤੇਰੀਆਂ ਅੱਖਾਂ ਆਪਸ ਚ ਨਹੀਂ ਮਿਲਦੀਆਂ ਸੀ, ਹੇਮਾ ਮਾਲਿਨੀ ਨਾਲ ਸਵਾਹ ਮਿਲਦੀਆਂ। ਤੁਸੀਂ ਬੰਦੇ ਹੋ ਕਿ ਜਨੌਰ, ਬਿਨਾਂ ਕੁੰਡੀ ਖੜਕਾਏ ਅੰਦਰ ਬੜੀ ਜਾਣ ਡਏ ਹੋ। ਭੈਣ ਜੀ, ਅਸੀਂ ਤੇ ਚਾਹੁੰਦੇ ਆ ਤੁਹਾਡੇ ਘਰੇ ਬਿਜਲੀ ਲੱਗੀ ਹੋਵੇ, ਘੰਟੀ ਲੱਗੀ ਹੋਵੇ ਤੇ ਕੁੰਡੀ ਖੜਕਾਉਣ ਦੀ ਸਾਨੂੰ ਲੋੜ ਹੀ ਨਾ ਪਵੇ। ਨਹੀਂ, ਕੌਣ ਏ? ਇਹ MLA ਸਾਹਿਬ ਨੇ ਜੀ। ਕਿੱਥੋਂ ਦੇ? ਨਹੀਂ ਹੈਗੇ, ਕਿੱਥੋਂ ਦੀ ਨਹੀਂ ਏ, ਪਰ ਜਿਤਨਾ ਇਹਨਾਂ ਨੇ ਸੀਗਾ ਉਹ ਬਸ ਵਿਰੋਧੀ ਪਾਰਟੀ ਵਾਲੇ ਥੋੜਾ ਧੋਖਾ ਕਰ ਗਏ ਜੀ। ਉਹ ਕਿਵੇਂ? ਉਹ ਐਦਾਂ ਜੀ, ਇਸ ਵਾਰ ਜਿੱਤਣ ਦੀ ਵਾਰੀ ਤਾਂ ਸੀ ਸਾਡੀ, ਫਿਰ ਪਰ ਵਿਰੋਧੀ ਪਾਰਟੀ ਵਾਲਿਆਂ ਨੇ ਸਾਡੇ ਨਾਲ ਵਾਰੀ ਨਹੀਂ ਪਗਾਈ। ਇਹ ਸਾਡੀ ਸਿਫਾਰਿਸ਼ ਕਰਨ ਆਏ ਆ, ਬਸ ਤੁਸੀਂ ਸਾਨੂੰ ਪਾਲੇ ਪਾਲੇ ਨਾਲ ਮਿਲਾ ਦਿਓ। ਉਹ ਪਾਲੇ ਬਾਲੇ ਨੇ ਨਹੀਂ ਮਿਲਣਾ। ਉਹ ਕਿਉਂ ਜੀ? ਬਾਲੇ ਦੀ ਤਾਂ ਪਾਕਿਸਤਾਨੋਂ ਮਰਾਸਨ ਸਹੇਲੀ ਆਈ ਹੋਈ ਆ, ਉਹ ਤਾਂ ਉਹਨੂੰ ਪਹਾੜਾਂ ਤੇ ਘੁਮਾਣ ਲੈ ਕੇ ਗਿਆ ਹੋਇਆ। ਤੇ ਪਾਲਾ ਜੀ ਨੂੰ ਤੇ ਮਿਲ ਲਈਏ? ਪਾਲਾ ਤੇ ਬਿਲਕੁਲ ਹੀ ਨਹੀਂ ਮਿਲ ਸਕਦਾ, ਉਹਦਾ ਤੇ 7 ਵਜੇ ਟਾਈਮ ਹੋ ਜਾਂਦਾ, ਟੱਲੀਆਂ ਵਾਜਾਂ ਲੱਗ ਪੈਂਦੀਆਂ, ਗਲਾਸੀਆਂ ਖੜਕਣ ਲੱਗ ਪੈਂਦੀਆਂ। ਹਾਂ ਵੇਖ ਲੋ, ਹੈਗੇ ਪਾਂਡਾ ਸ਼ੌਂਕ ਸਾਰੇ ਰਾਜ ਮਹਾਰਾਜਿਆਂ ਵਾਲੇ। ਉਹ ਕੀ ਕਹਿਣ ਡਿਆ? ਨਹੀਂ ਜੀ, ਮੈਂ ਥੋੜਾ ਪ੍ਰੈਸ਼ਰ ਪਾ ਰਿਹਾ ਸੀ ਇਹਨਾਂ ਤੇ।
ਉਹ ਜੇ ਦਰਬਾਰ ਚ ਆਈ ਗਏ ਹੋ ਤੇ ਕੰਮ ਦੱਸੋ ਕੀ ਹੈ? ਕੰਮ ਤੇ ਨਹੀਂ ਹੈ ਜੀ, ਜੇ ਤੁਸੀਂ ਘਰੇ ਬਿਜਲੀ ਲਵਾ ਲਓ ਆਪਣੇ ਤੇ ਵਿਚਾਰੀ ਦੀ ਨੌਕਰੀ ਬਚ ਜੇ। ਉਹ ਕਿਦਾਂ ਦਾ ਬੰਦਾ ਨਾਲ ਲਿਆਂਦਾ ਈ ਓਏ, ਉਹ ਜਿਹੜਾ ਇਲੈਕਸ਼ਨਾਂ 'ਚ ਆਪਣੀ ਸੀਟ ਨਹੀਂ ਬਚਾ ਸਕਿਆ ਤੇਰੀ ਨੌਕਰੀ ਸਵਾਹ ਬਚਾਊਗਾ? ਕਿੱਥੇ ਯਾਰ ਬੇਇੱਜ਼ਤੀ ਕਰਾਉਣ ਲਿਆ ਤੂੰ? ਉਹ ਸਰ ਸ਼ੁਕਰ ਕਰੋ ਤੁਸੀਂ ਹਲੇ ਹਾਰੇ ਹੋਏ ਹੋ, ਜੇ ਕਿਤੇ ਜਿੱਤੇ ਹੁੰਦੇ ਤਾਂ ਹੋਰ ਬੇਇੱਜ਼ਤੀ ਮਹਿਸੂਸ ਹੋਣੀ। ਆਓ ਚੱਲੀਏ। ਓਏ ਗੱਲ ਸੁਣੋ ਓਏ, ਓਏ ਸਤਿ ਸ਼੍ਰੀ ਅਕਾਲ ਤਾਂ ਬੁਲਾਉਂਦੇ ਜਾਓ। ਲੈ ਇੱਕ ਤੇ ਹਾਰੇ ਹੋਏ ਲੀਡਰ ਨੂੰ ਸਿਫਾਰਿਸ਼ ਲੈ ਕੇ। ਵਾਹ ਵਾਹ ਕਿਆਮਪੁਰੀ ਜੀ, ਮਜ਼ਾ ਆ ਗਿਆ, ਕਿਆ ਟੇਕ ਦਿੱਤਾ ਹੈ ਤੁਸੀਂ, ਬਹਿ ਜਾ ਕਰਾਤੀ। ਵਾਹ ਵਾਹ ਕਿਆ ਗੀਤ ਗਾਇਆ। ਤੁਸੀਂ ਤਾਂ ਬਾਹਰ ਬੈਠੇ ਹੋ, ਤੁਹਾਨੂੰ ਸਵਾਹ ਪਤਾ? ਇਹ ਜੁੱਤਾ ਫਸ ਕਿਉਂ ਨਹੀਂ ਰਿਹਾ? ਇਹ ਜੁੱਤੇ ਮੇਰੇ ਨੇ। ਸੋਰੀ ਆਲੋ। ਵਾਹ ਵਾਹ ਕਿਆਮਪੁਰੀ ਜੀ, ਬਹਿ ਜਾ ਕਰਾਤੀ ਤੁਸੀਂ। ਵਾਹ 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 ਕਰਨ ਕਿਆਮਪੁਰੀ ਜੀ, ਨਾ ਚੀਜ਼ ਨੂੰ ਪੰਮੀ ਪੁਰਜ਼ਾ ਕਹਿੰਦੇ ਨੇ। ਤੁਹਾਨੂੰ ਕੌਣ ਨਹੀਂ ਜਾਣਦਾ ਜੀ। ਬਸ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਐਲਬਮ ਦੀ ਸਕਸੈਸ ਦੀ ਬਹੁਤ ਬਹੁਤ ਮੁਬਾਰਕਬਾਦ। ਹੁਣੇ ਹੁਣੇ ਕੈਨੇਡਾ ਦੇ ਟੂਰ ਤੋਂ ਵਾਪਿਸ ਆਈ ਹਾਂ, ਮੰਨਣਾ ਪਏਗਾ ਤੁਹਾਡੀ ਐਲਬਮ ਨੇ ਤਾਂ ਉੱਥੇ ਵੀ ਧੁੰਮਾਂ ਪਾ ਕੇ ਰੱਖੀਆਂ ਹੋਈਆਂ ਨੇ। ਪੰਮੀ ਜੀ, ਤੁਹਾਡੇ ਵਰਗੇ ਮਸ਼ਹੂਰ ਸਿੰਗਰ ਦੇ ਮੂੰਹੋਂ ਤਾਰੀਫ ਦੇ ਦੋ ਲਫ਼ਜ਼ ਵੀ ਮੇਰੇ ਲਈ ਬੜੇ ਮਾਇਨੇ ਰੱਖਦੇ ਨੇ। ਸੱਚ ਕਹਾਂ ਤਾਂ ਕੈਨੇਡਾ ਜਦੋਂ ਮੈਂ ਪਹਿਲੀ ਵਾਰੀ ਤੁਹਾਡਾ ਗਾਣਾ ਸੁਣਿਆ ਸੀ ਨਾ, ਦਿਲ ਰੋ ਪਿਆ। ਮੈਂ ਤਾਂ ਉਦੋਂ ਹੀ ਡਿਸਾਈਡ ਕਰ ਲਿਆ ਸੀ ਕਿ ਇੰਡੀਆ ਵਾਪਿਸ ਜਾਂਦੇ ਹੀ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਮਿਲਣਾ। ਇਹ ਤਾਂ ਮੇਰੀ ਖੁਸ਼ਨਸੀਬੀ ਹੈ, ਪਰ ਹਲੇ ਮੈਨੂੰ ਮਾਫ਼ ਕਰਨਾ, ਮੇਰੀ ਕੰਪਨੀ ਵਾਲਿਆਂ ਨਾਲ ਜ਼ਰਾ ਮੀਟਿੰਗ ਹੈ, ਆਪਾਂ ਫਿਰ ਕਦੇ ਮਿਲਦੇ ਹਾਂ। ਯਾ ਸ਼ੋਰ, ਕੈਰੀ ਔਨ। ਸਰ ਜੀ, ਮੇਰੀ ਖਾਈ ਬਜਟ ਦੀ ਹਿੰਦੀ ਫਿਲਮ ਹੈ, ਉਹ 'ਚ ਲੋ ਬਜਟ ਦਾ ਪੰਜਾਬੀ ਗਾਣਾ ਗਾ ਦਿਓ। ਆਹ ਕੀ ਗੱਲ ਬਣੀ? ਦੇਖੋ ਸਰ, ਹੁਣ ਇਹਨਾਂ ਦੀਆਂ ਡੇਟਸ ਸਾਡੀ ਕੰਪਨੀ ਕੋਲ ਹੈ, ਹੁਣੇ ਤੁਹਾਡੇ ਲਈ ਗਾਣਾ ਨਹੀਂ ਗਾ ਸਕਦੇ। ਬੇਟਾ, ਮੈਂ ਨੋਟਾਂ ਦਾ ਬੈਗ ਲੈ ਕੇ ਆਇਆ। ਤੁਸੀਂ ਇੱਦਾਂ ਕਰੋ, ਇਹ ਨੋਟਾਂ ਦਾ ਬੈਗ ਲਿਜਾ ਕੇ ਕਿਸੇ ਹੋਰ ਸਿੰਗਰ ਨੂੰ ਦਿਵੋ। ਸੌਰੀ ਸਰ ਜੀ, ਮੇਰੀ ਗੱਲ ਤਾਂ ਸੁਣੋ। ਹੈਲੋ, ਫੋਨ ਮੇਰਾ ਹੈ। ਹੈਂ? ਹੈਲੋ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਖੰਭਾ ਬੋਲ ਰਹੇ ਜੀ? ਹਾਂਜੀ, ਕਿਹੜੇ ਖੰਭੇ ਤੋਂ ਬੋਲ ਰਹੇ ਹੋ? ਸਰ, ਕਿਹੜੇ ਖੰਭੇ ਤੋਂ ਨੇ ਜੀ, ਮੈਂ ਲਾਈਨਮੈਨ ਖੰਭਾ ਰਾਮ ਬੋਲ ਰਿਹਾ ਜੀ। ਹਾਂਜੀ ਹਾਂਜੀ ਹਾਂਜੀ, ਨਾਲੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਤੁਹਾਡੀ ਐਲਬਮ ਹਿੱਟ ਹੁੰਦੀ ਆ। ਥੈਂਕ ਯੂ ਭਾਅ ਜੀ, ਥੈਂਕ ਯੂ। ਹਾਂਜੀ ਹਾਂਜੀ, ਇੱਕ ਮਿੰਟ ਜੇਈ ਸਰ ਨਾਲ ਗੱਲ ਕਰੋ ਜਰਾ। ਕਰੰਟ ਕਰੰਟ ਕਰੰਟ। ਹੈਲੋ, ਹੁਣ ਤਾਂ ਤੁਸੀਂ ਇੰਟਰਨੈਸ਼ਨਲ ਸਟਾਰ ਬਣ ਗਏ ਹੋ। ਹੈ, ਐਡੇ ਵੱਡੇ ਸਿੰਗਰ ਦੇ ਘਰ ਬਿਜਲੀ ਨਾ ਹੋਵੇ ਚੰਗਾ ਨਹੀਂ ਲੱਗਦਾ। ਹੈ, ਮੇਰੀ ਗੱਲ ਮੰਨੋ ਨਾ, ਤਾਂ ਬਿਜਲੀ ਦਾ ਕਨੈਕਸ਼ਨ ਲਵਾ ਹੀ ਲਓ। ਹਾਂ ਚਲੋ, ਲਾ ਦਿਓ, ਮੈਂ ਬਾਪੂ ਤੇ ਤਾਏ ਨਾਲ ਗੱਲ ਕਰ ਲਾਂਗਾ, ਕੋਈ ਨਹੀਂ। ਮਨ ਗਏ, ਮਨ ਗਏ, ਯੈਸ ਯੈਸ। ਸੌਰੀ ਤਰ ਆਉਂ ਤਰ ਇੱਧਰ ਕਰ, ਛੁੱਟੀ ਕਰੋ, ਮੀਟਰ ਲਾ ਕੇ ਨਾ ਕਰੇ ਨਾ, ਤੂੰ ਛੁੱਟੀ ਕਰੋ, ਛੁੱਟੀ ਕਰੋ। ਤੈਨੂੰ ਤੇਰੀ ਐਲਬਮ ਦੀ ਸਕਸੈਸ ਦੀਆਂ ਲੱਖ ਲੱਖ ਵਧਾਈਆਂ। ਦਿਲ ਰੋ ਪਿਆ, ਇੰਨਾ ਇੰਨਾ ਵਧੀਆ ਨਾਮ ਤੈਨੂੰ ਸੁਝਿਆ ਕਿਵੇਂ? ਵੈਸੇ ਤਾਂ ਜਦੋਂ ਦਿਲ ਰੋਂਦਾ ਹੈ ਨਾ ਬਿਜਲੀ, ਸੁਝਦਾ ਤੇ ਕੁਝ ਵੀ ਨਹੀਂ।
ਪਰ ਅਣਜਾਣੇ ਵਿੱਚ ਦਿਲ ਦੇ ਵਲਵਲੇ ਜ਼ੁਬਾਨ ਤੇ ਆਈ ਜਾਂਦੇ ਨੇ। ਖੈਰ ਤੂੰ ਮੇਰੀ ਛੱਡ, ਤੂੰ ਆਪਣੀ ਦੱਸ, ਤੇਰੇ ਉਸ ਸਮੀਰ ਦੋਸਤ ਦਾ ਕੀ ਹਾਲ ਹੈ? ਮੇਰੇ ਪੇਰੈਂਟਸ ਦੇ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦੇ ਨੇ। ਇਹ ਤੇ ਬੜੀ ਖੁਸ਼ੀ ਦੀ ਗੱਲ ਹੈ, ਤੈਨੂੰ ਵੀ ਮੁਬਾਰਕਾਂ। ਪਰ ਕਰਨ, ਤੈਨੂੰ ਪਤਾ ਹੈ ਕਿ ਮੈਂ ਤੈਨੂੰ ਦਿਲੋਂ ਪਿਆਰ ਕੀਤਾ ਹੈ। ਕੀ ਪਿਆਰ? ਤੂੰ ਹੱਸ ਰਿਹਾ ਹੈ? ਮੈਂ ਹੰਝੂਆਂ ਦੇ ਹੜ ਵਿੱਚ ਇੰਨਾ ਡੁੱਬ ਗਿਆ ਸੀ ਬਿਜਲੀ ਕਿ ਅੱਜ ਮੁੱਦਤ ਬਾਅਦ ਆਸਾ ਹੈ ਪਿਆਰ। ਕਰਨ, ਆਪਾਂ ਇੱਕ ਦੂਜੇ ਲਈ ਬਣੇ। ਤੁਸੀਂ ਸਾਰੀ ਕੁੜੀਆਂ ਨਾ ਇੱਕੋ ਜਿਹੀਆਂ ਹੁੰਦੀਆਂ, ਜਿੱਥੇ ਪੈਸਾ ਵੇਖਿਆ ਬਸ ਬਸ ਉਹਦੇ ਮਗਰ। ਮੈਂ ਤੈਨੂੰ ਚੰਗੀ ਤਰ੍ਹਾਂ ਸਮਝ ਰਿਹਾ। ਤੂੰ ਤੂੰ ਮੈਨੂੰ ਧੋਖਾ ਦਿੱਤਾ, ਚੱਲ ਠੀਕ ਹੈ, ਪਰ ਆਪਣੇ ਉਸ ਅਮੀਰ ਦੋਸਤ ਨੂੰ ਤਾਂ ਧੋਖਾ ਨਾ ਦੇ। ਲਓ ਜੀ ਬਾਲਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਮੀਟਰ ਸੀ ਤੁਹਾਡਾ ਲਾਤਾ। ਓਏ ਚੰਗੀ ਤਰ੍ਹਾਂ ਚੈੱਕ ਕਰ ਵੀ ਲਿਆ ਮੀਟਰ ਚੱਲਦਾ ਵੀ ਹੈ ਕਿ ਨਹੀਂ? ਉਹ ਸਰ ਚੱਲੂਗਾ ਤਾਂ ਜੇ ਕੋਈ ਬੱਤੀ ਪੱਖਾ ਚੱਲੂਗਾ ਤੇ। ਨਾ ਸਾਡੇ ਘਰ ਕੋਈ ਪੱਖਾ ਹੈ ਨਾ ਕਾਟੂ, ਚੱਲਣਾ ਕੀ ਇਹਨੇ ਮਾਂ ਦੱਸੇ ਰਿਹਾ, ਲਾ ਲਓ ਆਪਣਾ ਮੀਟਰ ਸਾਨੂੰ। ਓ ਨਾ ਨਾ ਜੀ ਨਾ, ਤੁਸੀਂ ਫਿਕਰ ਨਾ ਕਰੋ, ਲਾਈਟਾਂ ਦੇ ਪੱਖੇ ਅਸੀਂ ਲੈ ਆਨੇ ਆ। ਮੈਂ ਨਹੀਂ ਸੋਣਾ ਪੱਖੇ ਥੱਲੇ, ਮੈਨੂੰ ਤਾਂ ਏਸੀ ਚਾਹੀਦਾ। ਹਾਂ ਮਾਫ ਕਰਨਾ ਜੀ, ਮੈਂ ਤਾਂ ਸੁਣਿਆ ਸੀ ਮਰਾਸੀਆਂ ਨੂੰ ਠੰਡ ਬਹੁਤ ਲੱਗਦੀ ਹੈ। ਓ ਤੈਨੂੰ ਕੀ ਹੋਏ, ਅਸੀਂ ਏਸੀ ਦੇ ਪੁੱਠੇ ਪਾਸੇ ਮੰਜੀ ਢਾਲਿਆ ਕਰਾਂਗੇ, ਔਰ ਜਿੱਧਰ ਨੂੰ ਸੇਕ ਛੱਡਦਾ। ਸਰ ਜਿੱਥੇ ਇੰਨੀਆਂ ਗੱਲਾਂ ਮੰਨੀਆਂ, ਏਸੀ ਦਾ ਵੀ ਕੌੜਾ ਘੁੱਟ ਪਾਰੀ ਲਓ। ਹਾਂ ਉਹ ਕੌੜੇ ਘੁੱਟ ਤੋਂ ਯਾਦ ਆਇਆ, ਜੇ ਕੌੜਾ ਘੁੱਟ ਭਰਨ ਚੱਲਿਆ, ਇੱਕ ਬੋਤਲ ਹੀ ਫੜ ਲਿਆਈ, ਰਾਤ ਨੂੰ ਲਾਈਟਾਂ ਦੀ ਖੁਸ਼ੀ ਮਨਾ ਲਾਂਗੇ। ਜਗਨਾ ਦੀ ਘੜੀ ਏ, ਵੇਖੀ ਕਿਤੇ ਰੰਡੀ ਬੋਤਲ ਫੜ ਲਿਆ, ਨਾਲ ਮੁਰਗਾ ਜ਼ਰੂਰ ਲੈ ਆ। ਇਹਦਾ ਮਤਲਬ ਕੀ ਆ, ਅੱਜ ਫੁਲਕੇ ਸ਼ੁਲਕੇ ਨਾ ਲਾਵਾਂ? ਵੇਖੀ ਕਿਤੇ ਫੁਲਕਿਆਂ ਦੇ ਮੱਖਣ ਹੀ ਨਾ ਲਵਾ ਲਿਆਈ, ਅੱਧਾ ਕਿਲੋ ਦੀ ਉਦਾਂ ਹੀ ਚੱਕ ਹੀ ਫੜ ਲਿਆਈ, ਆਪੇ ਹੀ ਲਾਈ ਜਾਵਾਂਗੇ। ਸਰ ਇਹਨਾਂ ਦੀ ਲਿਸਟ ਲੰਬੀ ਹੋਈ, ਆਂਟੀ ਫਟਾਫਟ ਹੱਥ ਮਲਾਓ ਤੇ ਨਿਕਲੀਏ। ਹੈਲੋ, ਹਾਂ ਵੀ ਕੀ ਪ੍ਰੋਗਰੈਸ ਹੈ? ਮੀਟਰ ਲਾਤਾ ਸਾਹਿਬ ਜੀ, ਤੇ ਕਾਗਜ਼ਾਂ 'ਚ ਵੀ ਦਿਖਾਤਾ ਕਿ ਮੀਟਰ ਪਿਛਲੇ 2 ਸਾਲਾਂ ਤੋਂ ਲੱਗਿਆ ਹੋਇਆ। ਉਹ 2 ਸਾਲਾਂ ਦਾ ਬਿੱਲ ਕਿੱਥੋਂ ਦਿਖਾਓਗੇ? ਸਰ ਜਦੋਂ 2 ਦਿਨ ਬਾਅਦ ਅਸੀਂ ਬਿਜਲੀ ਕੱਟਾਂਗੇ ਤੇ ਅਸੀਂ ਉਹਨਾਂ ਨੂੰ ਨਾਲ ਹੀ ਇਹ ਵੀ ਪੈਨਲਟੀ ਪਾ ਦੇਣੀ ਕਿ ਇਹਨਾਂ ਨੇ 2 ਸਾਲ ਦਾ ਬਿੱਲ ਹੀ ਨਹੀਂ ਤਾਰਿਆ। ਹਾਂ, ਜਦੋਂ ਆਇਆ ਨਾ ਹੁਣ ਪਹਾੜ ਦੇ ਥੱਲੇ ਤੇ ਆਪ ਹੀ ਏਸੀ ਔਰ ਪੱਖਿਆਂ ਤੇ ਮੁਰਗਿਆਂ ਦਾ ਖਰਚਾ ਨਿਕਲਿਆ ਨਾ ਜੀ। ਕਿਹੜੇ ਉੱਠਦੇ ਮੁਰਗੇ? ਉਹ ਸਾਹਿਬ ਜੀ ਨਾ ਹੀ ਪੁੱਛੋ, ਐਵੇਂ ਸ਼ਰਮਿੰਦੇ ਹੋਊਗੇ ਜੀ। ਤੂੰ ਕਿਉਂ ਹੱਸਿਆ ਓਏ? ਉਹ ਸਰ ਵੈਸੇ ਅੰਦਰ ਚਮਚਾਗਿਰੀ ਜੀ ਨਿਕਲੀ ਸੀ ਜੀ। ਸ਼ਟ ਅਪ। ਥੈਂਕ ਯੂ ਸਰ। ਬਹਿ ਜਾਓ ਬਈ। ਥੈਂਕ ਯੂ ਸਰ। ਸਰ ਦਿਸ ਇਜ਼ ਦਾ ਪ੍ਰਪੋਜ਼ਲ। ਗੁੱਡ ਪ੍ਰਪੋਜ਼ਲ। ਥੈਂਕ ਯੂ ਸਰ। ਨੰਬਰ ਹੈ ਕਿਸ ਚੀਜ਼ ਦਾ? ਸਰ ਸਾਡੀ ਕੰਪਨੀ ਰੋਪੜ 'ਚ 50 MW ਦਾ ਪਾਵਰ ਪਲਾਂਟ ਲਾਉਣਾ ਚਾਹੁੰਦੀ ਹੈ। ਲਓ ਜੀ, ਜ਼ਰੂਰ ਲਾਓ, ਪ੍ਰਪੋਜ਼ਲ ਚੰਗਾ ਤੁਹਾਡਾ ਜੀ, ਸਦਕੇ ਲਾਓ। ਸਰ ਅੱਛੀ ਤਾਂ ਹੋਵੇਗੀ ਜੇ ਤੁਸੀਂ ਅਪਰੂਵਲ ਦਿਓਗੇ। ਅਪਰੂਵ ਤਾਂ ਮੈਂ ਕਰ ਦਾਂਗਾ, ਪਰ ਇੱਕ ਸ਼ਰਤ ਹੈ, ਤੁਸੀਂ ਮੇਰੇ ਸਨ ਇਨ ਲਾਅ ਨੂੰ ਨਾ ਇਹਦੇ ਵਿੱਚ ਆਪਣਾ ਪਾਰਟਨਰ ਲੈ ਲਓ। ਹਾਂ ਸਰ, ਤੁਹਾਡੇ ਸਨ ਇਨ ਲਾਅ ਨੂੰ ਕੋਈ ਪਾਵਰ ਪਲਾਂਟ ਦਾ ਤਜੁਰਬਾ? ਉਹਨੂੰ ਤਜੁਰਬਾ ਹੈ ਜਾਂ ਨਹੀਂ ਹੈ, ਪਰ ਮੈਨੂੰ ਲੱਗਦਾ ਤੁਹਾਨੂੰ ਕੰਮ ਕਰਵਾਉਣ ਦਾ ਕੋਈ ਤਜੁਰਬਾ ਨਹੀਂ ਹੈ। ਨਹੀਂ ਨਹੀਂ ਸਰ, ਵੈਸੇ ਇਟਸ ਅ ਗੁੱਡ ਸੁਜੈਸ਼ਨ, ਬਟ ਮੈਨੂੰ ਫਿਰ ਵੀ ਇੱਕ ਵਾਰੀ ਮੈਨੇਜਮੈਂਟ ਨਾਲ ਗੱਲ ਕਰਨੀ ਪਵੇਗੀ। ਤਾਂ ਜਾਓ ਨਾ, ਕਰੋ ਮੈਨੇਜਮੈਂਟ ਨਾਲ ਗੱਲ, ਫਿਰ ਆਓ ਮੇਰੇ ਕੋਲ। ਠੀਕ ਹੈ ਸਰ, ਥੈਂਕ ਯੂ। ਲਓ ਜੀ ਮੀਟਰ ਤੁਹਾਡਾ ਦਿੱਤਾ ਜੀ ਕੱਟ, ਹੈ ਤੁਹਾਡਾ 2 ਸਾਲ ਦਾ ਬਿਜਲੀ ਦਾ ਬਿੱਲ 80,000। ਆ ਹੁਣ ਬਿੱਲ ਭਰੋਂਗੇ ਤਾਂ ਕਨੈਕਸ਼ਨ ਦੁਆਰਾ ਲੱਗੇਗਾ, ਤੇ ਜੇ ਨਹੀਂ ਭਰੋਂਗੇ ਜੁਰਮਾਨਾ ਦੇਣਾ ਪਏਗਾ, ਤੇ ਜੇ ਫਿਰ ਵੀ ਨਹੀਂ ਭਰੋਂਗੇ ਤਾਂ ਫਿਰ ਮੈਡਮ ਜੀ ਤੁਸੀਂ ਅੰਦਰ ਵੀ ਹੋ ਸਕਦੇ ਆ। ਨਾ 2 ਦਿਨ ਹੋਏ ਤੈਨੂੰ ਮੀਟਰ ਲਾਏ, 2 ਸਾਲਾਂ ਦਾ ਬਿੱਲ ਕਿੱਥੋਂ ਆ ਗਿਆ? ਇਹ ਤਾਂ ਹੁਣ ਆਫਿਸ ਜਾ ਕੇ ਪਤਾ ਲੱਗੇਗਾ। ਕੋਈ ਨਹੀਂ, ਲੱਗੋ ਜਾ ਕੇ ਲਾਈਨ 'ਚ। ਚਲੀਏ ਸਰ, ਜਾਣਾ ਹੀ ਪੈਣਾ, ਇਹਨਾਂ ਨੇ ਕਿਹੜਾ ਮੀਟਰ ਕੱਟਣ ਦੇ ਮਾਲ ਪੁੜੇ ਖਵਾਉਣੇ ਆ। ਸਰ ਜੀ, ਆਸ਼ੂ ਜੀ ਨੇ। ਹਾਂਜੀ ਦੱਸੋ।
Sir, we are interested in setting up a 50 megawatt power plant in the state. Sir. Oh, boy, kaka. Punjab is your hand tang? Sir, ki matlab? Matlab, kaka ji, mantri ji da angreji ch hath tang. Mantri ji da matlab hai, Punjabi saadi maa boli hai. Punjabi ch gal karo. Sir, asi na is sube ch 50 megawatt da power plant lana chahunde haan. ਇਹ ਤੇ ਬੜੀ ਚੰਗੀ ਗੱਲ ਹੈ ਬਈ ਪੰਜਾਬ ਨੂੰ ਤੇ ਪਾਵਰ ਦੀ ਬੜੀ ਲੋੜ ਹੈ ਸਰ ਇਹੀ ਪ੍ਰਪੋਜ਼ਲ ਮੈਂ ਚੇਅਰਮੈਨ ਸਰ ਨੂੰ ਵੀ ਦਿੱਤੀ ਸੀ ਇਹ ਉਹਨਾਂ ਨੂੰ ਵੀ ਬੜੀ ਪਸੰਦ ਆਈ ਬਟ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਸਨਿਲ ਲੋ ਨੂੰ ਇਸ 'ਚ ਪਾਰਟਨਰ ਬਣਾ ਲਓ ਓਏ ਉਹਨਾਂ ਨੂੰ ਕਹਿੰਦੇ ਜੋ ਕਹਿੰਦੇ ਨੇ ਅਸੀਂ ਹੱਥੋਂ ਹੱਥ ਤੁਹਾਡੀ ਸਾਰੀ ਫਾਰਮੈਲਿਟੀਜ਼ ਪੂਰੀ ਕਰਵਾ ਦੇਵਾਂਗੇ ਅਤੇ ਤੁਹਾਨੂੰ ਸਾਨੂੰ ਸਾਰੇ ਲੋਕਾਂ ਨੂੰ ਪਾਵਰ ਦੀ ਸਖ਼ਤ ਲੋੜ ਹੈ ਬਿਲਕੁਲ ਸਰ ਇਹੀ ਗੱਲ ਕਹੀ ਅਫਸਰ ਸਮਝਦੇ ਨਹੀਂ ਉਹ ਸਭ ਸਮਝ ਜਾਣਗੇ ਇਹ ਬਸ ਤੁਸੀਂ ਮੇਰਾ ਹਿੱਸਾ ਰੱਖ ਲੈਣਾ ਹਿੱਸਾ ਹਾਂ ਮੇਰੇ ਬ੍ਰਦਰ ਲਾ ਨੂੰ ਆਪਣਾ ਪਾਰਟਨਰ ਬਣਾ ਲੈਣਾ ਸਰ ਇਟਸ ਅ ਗੁੱਡ ਸੁਜੈਸ਼ਨ ਬਟ ਮੈਨੂੰ ਫਿਰ ਵੀ ਇੱਕ ਵਾਰੀ ਮੈਨੇਜਮੈਂਟ ਨਾਲ ਗੱਲ ਕਰਨੀ ਪਵੇਗੀ ਇਹੋ ਜਿਹੀਆਂ ਗੱਲਾਂ ਪਹਿਲੇ ਕਰਕੇ ਲਿਆਇਆ ਕਰੋ ਨਾ ਜਾਂ ਐਸੇ ਬੰਦੇ ਨੂੰ ਨਾਲ ਲਿਆਇਆ ਕਰੋ ਜਿਨ੍ਹਾਂ ਨੇ ਫੈਸਲਾ ਕਰਨਾ ਹੋਵੇ ਉਹ ਤਦ ਤੇ ਸਾਡੇ ਮੁਲਕ 'ਚ ਸਾਰੇ ਪ੍ਰੋਜੈਕਟ ਲੇਟ ਹੋ ਜਾਂਦੇ ਨੇ ਕਿਉਂ ਜੀ ਬਿਲਕੁਲ ਠੀਕ ਹੈ ਸਰ ਥੈਂਕ ਯੂ ਸਰ ਰਿਪੋਰਟ ਆ ਗਈ ਤੁਹਾਡੇ ਹਲਕੇ 'ਚ ਹਰ ਘਰ 'ਚ ਬਿਜਲੀ ਦਾ ਕਨੈਕਸ਼ਨ ਹੈ ਅੱਛਾ ਵੈਰੀ ਗੁੱਡ ਵੈਰੀ ਗੁੱਡ ਪਰ ਸਰ ਉਹ ਜਿਹੜਾ ਕਿਆਮਪੁਰ 'ਚ ਮਰਾਸੀਆਂ ਦਾ ਘਰ ਹੈ ਨਾ ਉਹਨਾਂ ਨੇ ਬਿਜਲੀ ਦਾ ਕਨੈਕਸ਼ਨ ਨਹੀਂ ਲਵਾਇਆ ਓਏ ਉਹੀ ਮਰਾਸੀਆਂ ਨੇ ਨਾ ਜਿਨ੍ਹਾਂ ਦੇ ਮੁੰਡੇ ਕਰਨ ਕਿਆਮਪੁਰੀਆ ਦੀ ਅੱਜ ਕੱਲ੍ਹ ਬੜੀ ਗੁੱਡੀ ਚੜੀ ਹੋਈ ਹਾਂਜੀ ਉਹੀ ਹੈ ਸਰ ਉਹੀ ਹੈ ਓਏ ਘਰ ਪਿੱਛੇ ਅਸੀਂ ਇਲੈਕਸ਼ਨ 'ਚ ਦਾਅਵਾ ਕਰਨ ਜੋਗੇ ਨਹੀਂ ਰਹਾਂਗੇ ਕਿ ਸਾਡੇ ਇਲਾਕੇ 'ਚ ਕੋਈ ਵੀ ਕਾਰ ਬਿਜਲੀ ਦੇ ਬਗੈਰ ਨਹੀਂ ਹੈ ਪਰ ਸਰ ਸੁਣਨ ਵਿੱਚ ਇਹ ਆਇਆ ਬਈ ਕਿਸੇ ਤਰੀਕੇ ਨਾਲ ਨਾ ਮਨ ਬਣਾ ਕੇ ਇਹਨਾਂ ਨੇ ਬਿਜਲੀ ਦਾ ਕਨੈਕਸ਼ਨ ਲਵਾ ਲਿਆ ਸੀ ਪਰ ਪਤਾ ਨਹੀਂ ਚੇਅਰਮੈਨ ਸਾਹਿਬ ਨੇ ਕਿਉਂ ਕਟਵਾਤਾ ਚੇਅਰਮੈਨ ਮੇਰੇ ਵੱਲੇ ਕਹੋ ਕਿ ਐਡੇ ਵੱਡੇ ਸਿੰਗਰ ਦੀ ਬਿਜਲੀ ਕਟਵਾ ਦੇਣਾ ਵੈਸੇ ਹੀ ਆਪਣੇ ਮਹਿਕਮੇ ਲਈ ਬਹੁਤ ਵੱਡੀ ਬੇਇੱਜ਼ਤੀ ਹੈ ਹਾਂ ਬਿਲਕੁਲ ਮੈਂ ਹੁਣੇ ਕਹਿ ਦੇਣਾ ਸਰ ਓਕੇ ਸਰ ਚੇਅਰਮੈਨ ਚੇਅਰਮੈਨ ਆਪਣੀ ਟੰਗ ਖਾਬ ਹਾਂ ਅੰਦਰ ਅੰਦਰ ਇੱਕ ਮਿੰਟ ਲਓ ਸਰ ਹੈਲੋ ਥੈਂਕ ਯੂ ਸਰ ਸਰ ਜਦੋਂ ਦੇ ਤੁਸੀਂ ਚੇਅਰਮੈਨ ਬਣੇ ਹੋ ਜੀ ਪੂਰੇ ਪੰਜਾਬ ਦੇ ਵਿੱਚ ਜਗਮਗ 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 ਹੋਈ ਪਈ ਹੈ ਜੀ ਮੈਨੂੰ ਤਾਂ ਦੇਖਦੇ ਨਹੀਂ ਮੈਨੂੰ ਚਮਚਾਗਿਰੀ ਪਸੰਦ ਹੈ ਪਰ ਇਹ ਨਹੀਂ ਹੈ ਪਰ ਆਪਣੇ ਮਹਿਕਮੇ ਦਾ ਕੀ ਹਾਲ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕੰਮ ਦੀ ਗੱਲ ਕਰੋ ਸਰ ਤੁਹਾਡੇ ਹੁਕਮ ਮੁਤਾਬਕ ਮਰਾਸੀਆਂ ਦਾ ਕਨੈਕਸ਼ਨ ਵੀ ਕੱਟਤਾ ਅਤੇ ਉਹਨਾਂ ਨੂੰ ਠੋਕ ਕੇ ਜੁਰਮਾਨਾ ਵੀ ਲਾਤਾ ਬੜਾ ਹੀ ਬੇਵਕੂਫ ਉਹ ਤਾਂ ਸਰ ਮਰਾਸੀ ਹੈ ਹੀ ਬੜੇ ਬੇਵਕੂਫ ਮੈਂ ਤੁਹਾਡੀ ਗੱਲ ਕਰ ਰਿਹਾ ਤੇ ਕੀ ਬੇਵਕੂਫ ਵਾਲਾ ਕੰਮ ਕੀਤਾ ਤੁਸੀਂ ਉਹ ਮੰਤਰੀ ਜੀ ਦਾ ਹੁਕਮ ਹੈ ਕਿ ਰਾਤੋ ਰਾਤ ਉਹਨਾਂ ਨੂੰ ਬਿਜਲੀ ਦਿੱਤੀ ਜਾਵੇ ਤੇ ਕੀ ਕਰੋ ਤੁਸੀਂ ਮੈਂ ਚੱਲਿਆ ਜੀ ਕਿੱਥੇ ਪਾਗਲਖਾਨੇ ਬਿਜਲੀ ਲਵਾਉਣ ਤੁਸੀਂ ਚੱਲਣਾ ਚੇਅਰਮੈਨ ਸਾਹਿਬ ਮੇਰੇ ਵੀ ਬਿਜਲੀ ਲਾ ਦਿਓ ਗਿਆ ਨਾ ਲਵਾਉਣ ਤੁਸੀਂ ਵੀ ਨਾਲ ਚਲੇ ਜਾਓ ਸਰ ਮੈਂ ਆਪਣੀ ਫੈਕਟਰੀ ਦੀ ਗੱਲ ਕਰ ਰਿਹਾ ਮੈਂ ਤਾਂ ਵੜ ਗਿਆ ਤਾਂ ਭਾਂਡੇ 'ਚ ਤੇਰੀ ਫੈਕਟਰੀ ਘੰਟੀ ਵੀ ਨਾਲ ਲੈ ਗਿਆ ਹੁਣ ਵਜਾਵਾਂ ਕੀ ਉਹ ਵੀ ਪਾਲਾ ਸਿਆਂ
ਸਰਕਾਰੀ ਦਰਬਾਰੇ ਤੁਹਾਡੀ ਇੰਨੀ ਚੱਲਦੀ ਹੈ ਯਾਰ, ਉਹ ਪਿੰਡ ਦਾ ਕੋਈ ਫਾਇਦਾ ਕਰਵਾ ਦਿਓ। ਮੰਤਰੀ ਹੋਰਾਂ ਨੂੰ ਕਹਿ ਕੇ ਪਿੰਡ ਦੀ ਸੜਕ ਹੀ ਚੌੜੀ ਕਰਾ ਦਿਓ ਯਾਰ। ਉਹ ਸਰਪੰਚ ਆ, ਤੂੰ ਸੜਕ ਚੌੜੀ ਕਰਾਉਣ ਦੀ ਜਗ੍ਹਾ ਆਪਣੀ ਜਨਾਨੀ ਗਾਣੀ ਪਤਲੀ ਕਰਵਾ ਲੈਂਦਾ ਯਾਰ। ਉਹ ਸੜਕ ਦੇ ਐਂ ਤੁਰਦੀ ਹੈ ਜਿਵੇਂ ਤੂੜੀ ਵਾਲੀ ਟਰਾਲੀ। ਓਏ ਬੱਸ ਕਰ, ਕਿਉਂ ਸਰਪੰਚ ਨੂੰ ਸ਼ਰਮਿੰਦਾ ਕਰਨ ਡਿਆ? ਨਾਲੇ ਸਰਪੰਚ ਨਹੀਂ ਦਾ ਤੂੜੀ ਵਾਲੀ ਟਰਾਲੀ ਨਾਲ ਕੀ ਮੁਕਾਬਲਾ? ਸੁੱਖ ਨਾਲ ਤੂੜੀ ਵਾਲੀ ਟਰਾਲੀ ਤੇ ਸੋਹਣੀ ਇੰਨੀ ਹੁੰਦੀ ਹੈ, ਜਿਹੜਾ ਖੜਾ ਅਰਦਾਸ ਕਰਦਾ ਕਿ ਹੇ ਸੱਚਿਆ ਪਾਤਸ਼ਾਹ ਜਿੱਦਣ ਟਰਾਲੀ ਉੱਲਰੇ ਸਾਡੀ ਵਾਲੀ ਉੱਲਰੇ। ਓ ਬੱਸ ਕਰ ਓਏ। ਨਾਲੇ ਸਰਪੰਚ ਸਾਹਿਬ ਦਾ ਨਹੀਂ, ਸਾਰੇ ਪਿੰਡ ਦਾ ਮਸਲਾ ਹੈ ਕਿ ਸੜਕ ਚੌੜੀ ਹੋਣੀ ਚਾਹੀਦੀ ਹੈ। ਤਾਂ ਸੜਕ ਚੌੜੀ ਤਾਂ ਹੀ ਹੋਣਾ ਜੇ ਤੁਸੀਂ ਮੰਤਰੀ ਸਾਹਿਬ ਨੂੰ ਕਹੋਗੇ ਤਾਂ। ਸਹੀ ਗੱਲ ਹੈ ਵੀਰਪਾਲ ਲੈ, ਜੇ ਆਪਣੇ ਕਹਿਣ ਨਾਲ ਪਿੰਡ ਦਾ ਕੁਝ ਸਮਝਦਾ ਹੈ ਤੇ ਆਹਾਂ ਦਾ ਕੀ ਕਰਦਾ ਹੈ? ਚਲੋ ਕਹਿ ਦਿੰਨੇ ਆ, ਚੱਲੀਏ ਚੱਲੀਏ ਤਾਂ ਵੇਲੇ ਆ। ਚੰਗਾ ਵੇ, ਸਾਡੇ ਵੱਲੋਂ ਪਾਲਾ ਬਾਲਾ ਜੀ ਨੂੰ ਧੰਨਵਾਦ ਕਹਿਣਾ, ਉਹਨਾਂ ਦੀ ਸਿਫਾਰਿਸ਼ ਨਾਲ ਮੇਰੀ ਬੇਟੀ ਦੀ ਐਡਮਿਸ਼ਨ ਕਨਵੈਂਟ ਸਕੂਲ 'ਚ ਹੋਈ ਹੈ। ਬਹੁਤ ਬਹੁਤ ਥੈਂਕ ਯੂ ਜੀ, ਵੈਰੀ ਮੱਚ। ਆਹ ਬੜਾ ਚੰਗਾ ਕੀਤਾ ਜਿਹੜਾ ਤੁਸੀਂ ਡੱਬਾ ਲੈ ਆਂਦਾ, ਵੈਸੇ ਤੁਸੀਂ ਦੁੱਧ ਸ਼ੁੱਧ ਪੀਂਦੇ। ਸਾਡੀ ਮੱਝ ਅੱਜ ਜਿਹੜਾ ਪਿਕਨਿਕ ਗਈ ਹੈ। ਫੇਰ ਕਿਸੇ ਦਿਨ ਜੀ, ਚਲੋ ਬੇਟਾ ਜੀ। ਕਮਾਲ ਹੈ, ਤੁਹਾਡੇ ਲੋਕਾਂ ਦੇ ਘਰ ਤਾਂ ਜਿਹੜਾ ਵੀ ਆਉਂਦਾ ਬਾਲੇ ਬਾਲੇ ਦੇ ਕਹਿਣ ਤੇ ਉਹਦਾ ਕੰਮ ਹੋ ਜਾਂਦਾ। ਰਾਣੋ, ਹੁਣ ਮੈਂ ਆਮ ਲੇਡੀ ਥੋੜੀ ਨਾ, ਮੈਂ ਤਾਂ ਹੋ ਗਈ ਹਾਂ ਹੁਣ ਵੀਆਈਪਣ। ਵੀਆਈਪਣ? ਮੈਂ ਜੇ ਪਾਲਾ ਵੀਆਈਪੀ ਤਾਂ ਮੈਂ ਆਪਣੇ ਆਪ ਵੀਆਈਪਣ ਹੋਈ। ਤੁਹਾਡੇ ਲੋਕਾਂ ਦੀ ਤਾਂ ਪਾਵਰ ਹੈ ਬਹੁਤ ਹੈ। ਰਾਣੋ, ਮੇਰਾ ਦਿਲ ਪਤਾ ਕੀ ਕਰਦਾ, ਮੇਰਾ ਦਿਲ ਕਰਦਾ ਕਿ ਘਰ ਦੇ ਬਾਹਰ ਵੱਡਾ ਵੱਡਾ ਲਿਖਾ ਛੱਡਾਂ, ਪਾਵਰ ਹਾਊਸ, ਤੇ ਮੈਂ ਘਰ ਵਿੱਚ ਸ਼ਮ 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 ਤੁਰਦੀ ਫਿਰਾਂ ਜਿੱਦਾਂ ਮੰਤਰੀ ਦੀ ਵੋਟੀ। ਆਓ ਜੀ, ਸੁਣਿਓ, ਬੈਠੋ ਜੀ। ਬਿਜਲੀ, ਜਦੋਂ ਤੂੰ ਮੇਰੇ ਕੋਲ ਨਹੀਂ ਹੁੰਦੀ, ਮੇਰੇ ਦਿਲ 'ਚ ਟੋਟਲ ਹਨੇਰਾ ਹੁੰਦਾ। ਆਸ਼ੂ, ਤੂੰ ਮੇਰੇ ਤੋਂ ਬਿਨਾਂ ਪੁੱਛੇ ਆਪਣੇ ਪੇਰੈਂਟਸ ਨੂੰ ਮੇਰੇ ਘਰ ਕਿਉਂ ਭੇਜਿਆ? ਮੈਂ ਕੋਈ ਗੈਰ ਕਾਨੂੰਨੀ ਕੰਮ ਥੋੜ੍ਹੀ ਨਾ ਕੀਤਾ। ਮੇਰੇ ਪੇਰੈਂਟਸ ਨੇ ਬੜੀ ਇੱਜ਼ਤ ਨਾਲ ਤੇਰਾ ਰਿਸ਼ਤਾ ਮੰਗਿਆ, ਅਤੇ ਤੇਰੇ ਪੇਰੈਂਟਸ ਮੰਨ ਵੀ ਗਏ ਨੇ, ਅਤੇ ਤੂੰ ਵੀ ਤਾਂ ਇਹ ਚਾਹੁੰਦੀ ਸੀ। ਤੈਨੂੰ ਕਿਹਨੇ ਕਿਹਾ ਮੈਂ ਚਾਹੁੰਦੀ ਸੀ? ਤੂੰ ਮਜ਼ਾਕ ਕਰ ਰਹੀ ਹੈ? ਆਰ ਯੂ ਕਿਡਿੰਗ ਮੀ? ਉਹ ਗੱਲ ਨਹੀਂ ਆਸ਼ੂ, ਮੈਂ ਤੈਨੂੰ ਨਹੀਂ ਸਮਝਾ ਸਕਦੀ ਕੀ ਗੱਲ ਹੈ। ਮਤਲਬ ਤੂੰ ਮੇਰੇ ਨਾਲ ਸਿਰਫ ਟਾਈਮ ਪਾਸ ਹੀ ਕਰ ਰਹੀ ਸੀ? ਇਹ ਸਭ ਕੁਝ ਬਹੁਤ ਗਲਤ ਹੋ ਗਿਆ। ਦੇਖ ਬਿਜਲੀ, ਮੈਂ ਤੈਨੂੰ ਬੜੇ ਸੱਚੇ ਦਿਲੋਂ ਪਿਆਰ ਕੀਤਾ, ਤੇ ਤੈਨੂੰ ਪਾਉਣ ਵਾਸਤੇ ਮੈਂ ਆਖਰੀ ਦਮ ਤੱਕ ਪੂਰੀ ਕੋਸ਼ਿਸ਼ ਕਰਾਂਗਾ, ਚਾਹੇ ਜੋ ਮਰਜ਼ੀ ਹੋ ਜਾਏ। ਯੈਸ ਸਰ। ਉਹ ਬਈ, ਚੀਫ ਇੰਜੀਨੀਅਰ ਮਿਸਟਰ ਜੈਨ ਨੇ 10:30 ਵਜੇ ਆਉਣਾ ਸੀ, ਹੁਣ ਤੱਕ ਨਹੀਂ ਆਏ। ਹਾਂ ਸਰ, ਉਹਨਾਂ ਦਾ ਮੈਸੇਜ ਆ ਗਿਆ ਸੀ ਕਿ ਉਹ 1 ਘੰਟਾ ਲੇਟ ਆਣਗੇ। ਕਿਉਂ? ਸਰ, ਪਾਵਰ ਹਾਊਸ ਗਏ ਆ ਨਾ ਮੱਥਾ ਟੇਕਣ। ਪਾਵਰ ਹਾਊਸ? ਕਿਹੜਾ ਪਾਵਰ ਹਾਊਸ? ਸਰ, ਤੁਹਾਨੂੰ ਨਹੀਂ ਪਤਾ? ਸਰ, ਉਹ ਪਾਲੇ ਬਾਲੇ ਨੇ ਆਪਣੇ ਘਰ ਦਾ ਨਾਮ ਪਾਵਰ ਹਾਊਸ ਰੱਖ ਲਿਆ। ਦੂਰੋਂ ਦੂਰੋਂ ਲੋਕ ਆਉਂਦੇ ਆ ਸਰ ਉੱਥੇ ਆਪਣੇ ਕੰਮ ਕਢਾਉਣ ਪਾਲੇ ਬਾਲੇ ਕੋਲ। ਪਾਲੇ ਬਾਲੇ? ਕੰਮ ਤਾਂ ਸਭ ਦਾ ਕਰਾਉਂਦੇ ਨੇ, ਭਾਵੇਂ ਪੈਸੇ ਲੈ ਕੇ। ਉਹ ਯਾਰ, ਪੈਸੇ ਕਿਹੜਾ ਉਹਨਾਂ ਨੇ ਆਪ ਰੱਖਣੇ ਹੁੰਦੇ ਆ, ਉੱਪਰੀ ਦੇਣੇ ਹੁੰਦੇ ਆ, ਪਰ ਫਰਕ ਇੰਨਾ ਕਾ, ਬੇਇੱਜ਼ਤੀ ਆਪ ਕਰ ਦਿੰਦੇ ਨੇ। ਭਾਈ ਸਾਹਿਬ ਲਾਈਨ 'ਚ। ਉਹ ਪਿੱਛੇ ਹਟੋ, ਪਿੱਛੇ। ਸਤਿ ਸ਼੍ਰੀ ਅਕਾਲ ਮੈਡਮ, ਓਏ ਠਹਿਰੋ। ਮੈਡਮ, ਮੈਂ ਚੀਫ ਇੰਜੀਨੀਅਰ। ਲੈ, ਚੀਫ ਇੰਜੀਨੀਅਰ ਹੋਏਗਾ ਤੂੰ ਆਪਣੇ ਘਰ? ਸਾਡੇ ਅੱਗੇ ਪਿੱਛੇ ਤਾਂ ਜੇਈ ਫਿਰਦੇ ਨੇ, ਤੂੰ ਚੀਜ਼ ਹੀ ਕੀ ਹੈ? ਮੈਡਮ, ਚੀਫ ਇੰਜੀਨੀਅਰ ਜੇਈ ਤੋਂ ਵੱਡਾ ਹੁੰਦਾ। ਲੈ, ਤੂੰ ਹੁਣ ਲਾਈਨਮੈਨ ਤੋਂ ਵੀ ਵੱਡਾ ਹੋ ਗਿਆ। ਮੈਡਮ, ਤੁਹਾਨੂੰ ਕੀ ਸਮਝਾਵਾਂ, ਤੁਸੀਂ ਇਹ ਦੱਸੋ ਪਾਲਾ ਬਾਲਾ ਜੀ ਅੰਦਰ ਨੇ? ਨਾ ਫਿਕਰ ਮੂੰ, ਤੂੰ ਅੰਦਰ, ਤੇਰਾ ਖਾਨਦਾਨ ਅੰਦਰ। ਮੈਡਮ, ਮੇਰਾ ਮਤਲਬ ਹੈ ਕਿ ਉਹ ਘਰ ਦੇ ਅੰਦਰ ਨੇ। ਸੀਐਮ ਦੀ ਕੋਠੀ ਗਏ ਹੋਏ ਨੇ, ਤੂੰ 11:30 ਵਜੇ ਪਤਾ ਕਰ ਲਈ। ਬੀਬੀ ਜੀ, ਮੇਰਾ ਕੇਸ।
ਨਾ ਤੇਰਾ ਸੂਟਕੇਸ ਉਹ ਤਾਂ ਜੀ ਗੱਡੀ 'ਚ ਪਿਆ ਤਾਂ ਗੱਡੀ 'ਚ ਆਂਡੇ ਦੇਂਦੇ ਆ ਸੂਟਕੇਸ ਬਗੈਰ ਨਾ ਤੇਰੀ ਵੈਲਿਊ ਹੈ ਤੇ ਨਾ ਤੇਰੇ ਕੇਸ ਦੀ ਜਾ ਉਹ ਪਾਪਾ ਜੀ ਕੇਸ ਤੁਹਾਡਾ ਵੱਡਾ ਲੱਗਦਾ ਜੋ ਜੋ ਬੈਗ ਦੋ ਤੁਸੀਂ ਵੀ ਦਿਓ ਸੀਐਮ ਸਾਹਿਬ ਦੀ ਆਪਣੀ ਕੋਠੀ ਹੈ ਜਾਂ ਮੱਲੀ ਹੈ ਇਹਨਾਂ ਨੇ ਮੈਨੂੰ ਤਾਂ ਲੱਗਦਾ ਤੇਰੀ ਅਕਲ ਚੱਲੀ ਹੈ ਓਏ ਛੱਡ ਓਏ ਸੀਐਮ ਸਾਹਿਬ ਸੀਐਮ ਸਾਹਿਬ ਆ ਗਏ ਵਾਹ ਜੀ ਵਾਹ ਆ ਗਏ ਮੋਤੀਆਂ ਵਾਲੇ ਸਤਿ ਸ਼੍ਰੀ ਅਕਾਲ ਜੀ ਆ ਗਏ ਕੋਠੀਆਂ ਵਾਲੇ ਸਤਿ ਸ਼੍ਰੀ ਅਕਾਲ ਹੋ ਭਾਗ ਲੱਗੇ ਰਹਿਣ ਸਤਿ ਸ਼੍ਰੀ ਅਕਾਲ ਜੀ ਹਾਲ ਹੈ ਜੋਗੜਾ ਸਾਹਿਬ ਕੋਠੀਆਂ ਵਾਲੀਆਂ ਗੱਡੀਆਂ ਭਜਦੀਆਂ ਨੇ ਓ ਕੋਠੀਆਂ ਸਲਾਮਤ ਰਹਿਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੀਐਮ ਸਾਹਿਬ ਇਹ ਪਾਲਾ ਦੇ ਬਾਲਾ ਨੇ ਇਹਨਾਂ ਦਾ ਜ਼ਿਕਰ ਕੀਤਾ ਸੀ ਨਾ ਮੈਂ ਤੁਹਾਡੇ ਨਾਲ ਹਾਂਜੀ ਇਹਨਾਂ ਨੇ ਆਪਣੇ ਘਰ ਦਾ ਨਾਮ ਹੀ ਪਾਵਰ ਹਾਊਸ ਰੱਖਿਆ ਹੈ ਇਹ ਪਾਵਰ ਹਾਊਸ ਵਾਲਾ ਆਈਡੀਆ ਬਹੁਤ ਵਧੀਆ ਮੈਂ ਇੱਥੇ ਕਹਿੰਦਾ ਚੋਪੜਾ ਸਾਹਿਬ ਸਾਨੂੰ ਨਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਕਸਬੇ ਵਿੱਚ ਇੱਦਾਂ ਦੇ ਛੋਟੇ ਛੋਟੇ ਪਾਵਰ ਹਾਊਸ ਬਣਾ ਲੈਣੇ ਚਾਹੀਦੇ ਆ ਇਹਦੇ ਨਾਲ ਪਾਲੇ ਤੇ ਬਾਲੇ ਵਰਗੇ ਬੰਦੇ ਸਾਨੂੰ ਪਾਵਰ ਦਵਾਈ ਜਾਣਗੇ ਸਮਝ ਗਏ ਨਾ ਇਹਨਾਂ ਦਾ ਮਤਲਬ ਹੈ ਸਾਨੂੰ ਵੋਟਾਂ ਦਵਾਉਣਗੇ ਭਰਾ ਪਾਲੇ ਅਸੀਂ ਕਿਵੇਂ ਵੋਟਾਂ ਦਵਾਉਣੀਆਂ ਉਹ ਸਰਦਾਰਾ ਉਹ ਸਾਡੇ ਕੋਲੋਂ ਕਿਤੇ ਬੂਥਾਂ ਤੇ ਕਬਜ਼ਾ ਕਰਾਉਣ ਦੀ ਤਾਂ ਨਹੀਂ ਸੋਚੀ ਜਾਣ ਦਿਆ ਰੱਬ ਝੂਠੀ ਬਲਾਵੇ ਸਾਡੇ ਕੋਲੋਂ ਕਲੋਨੀਆਂ 'ਚ ਘਰ ਘਰ ਜਾ ਕੇ ਸ਼ਰਾਬ ਦੀਆਂ ਬੋਤਲਾਂ ਨਹੀਂ ਵੰਡਾਉਣੀਆਂ ਬਈ ਵੰਡਾਂਗੇ ਤੇ ਤਾਂ ਜੇ ਬਚਣਗੀਆਂ ਨਾ ਸ਼ਰਾਬ ਪੀ ਕੇ ਤੇ ਸਾਡੇ ਗੋਡਿਆਂ ਤੱਕ ਉਹ ਲਾਲ ਟਪਕ ਪੈਂਦੀ ਸੀਐਮ ਸਾਹਿਬ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਕਹਿਣ ਤੇ ਤੁਹਾਡੇ ਇਲਾਕੇ ਦੇ ਹਰ ਆਦਮੀ ਦਾ ਕੰਮ ਕਰਵਾਉਂਦੇ ਜਾਵਾਂਗੇ ਬਸ ਤੁਹਾਡਾ ਕਹਿ ਮੈਂ ਨਹੀਂ ਹੈ ਕਿ ਤੁਸੀਂ ਸਾਡੀ ਪਾਰਟੀ ਦੇ ਗੁਣ ਗਾਏ ਜੋ ਔਰ ਵਿਰੋਧੀ ਪਾਰਟੀ ਨੂੰ ਵੱਡੀ ਜੋ ਆ ਵਜ਼ੀਰਾ ਵਿਰੋਧੀਆਂ ਨੂੰ ਭੰਡਣ ਵਾਲਾ ਕੰਮ ਨਹੀਂ ਸਾਥ ਹੋਣਾ ਬਾਕੀ ਜਿਹੜੇ ਕੰਮ ਕਰਦੇ ਉਹ ਤਾਂ ਫਿਰ 10 ਸਾਲ ਵਾਸਤੇ ਵੀ ਟਿਕ ਜਾਂਦੇ ਆ ਜੇ ਤੁਸੀਂ ਟਿਕ ਗਏ ਤਾਂ ਸਾਡੇ ਵਰਗੇ ਚਮਚੇ ਤਾਂ ਫਿਰ ਆਪੇ ਹੀ ਟਿਕ ਗਏ ਨਾ ਮੈਂ ਸੁਣਿਆ ਤੁਹਾਡੇ ਕਾਕੇ ਕਿਆਮਪੁਰੀ ਦੀ ਬੜੀ ਗੁੱਡੀ ਚੜੀ ਉਹਨੂੰ ਆਖੋ ਸਾਡੀ ਪਾਰਟੀ ਜੁਆਇਨ ਕਰ ਲੈ ਰਾਜ ਗਾਇਕ ਬਣਾ ਦੇਵਾਂਗੇ ਉਹ ਰਹਿਣ ਦੇ ਸਰਦਾਰਾ ਉਹ ਕਿਤੇ ਗਾਣ ਤੋਂ ਹੀ ਨਾ ਜਾਏ ਓਏ ਬਸ ਕਰ ਓਏ ਨਾ ਸੱਚ ਵੀ ਨਹੀਂ ਬੋਲੀਦਾ ਹੋਰ ਸੇਵਾ ਦੱਸੋ ਫਿਰ ਆ ਮੋਤੀਆਂ ਵਾਲਿਓ ਇੱਕ ਗੁਜ਼ਾਰਿਸ਼ ਹੈ ਅਸਾਂ ਦੇ ਘਰੋਂ ਆਪਣੇ ਸੂਟਕੇਸ ਜਲਦੀ ਜਲਦੀ ਚੱਕ ਲਿਆ ਕਰੋ ਅਸੀਂ ਗਰੀਬਾਂ ਨੇ ਰਾਤ ਨੂੰ ਮੰਜੇ ਡਾ ਕੇ ਸੌਣਾ ਵੀ ਹੁੰਦਾ ਓ ਬਸ ਕਰ ਓਏ ਆਪਾਂ ਕੋਠੇ ਤੇ ਸੌ ਜਾ ਕਰਾਂਗੇ ਅੱਛਾ ਅੱਛਾ ਤੁਸੀਂ ਚੱਲੋ ਬਾਕੀ ਲੋਕਾਂ ਨੇ ਮਿਲਣਾ ਵਾਹ ਜੀ ਵਾਹ ਓ ਕਰਦੇ ਠਾ ਬਰਕਤਾਂ ਬਣੀਆਂ ਰਹਿ ਓ ਝੰਡੀ ਵਾਲੀ ਗੱਡੀਆਂ ਭਜਦੀਆਂ ਰਹਿਣ ਓਏ ਤੇ ਸਕੋਟੀ ਬਣੀ ਰਹੇ ਓਏ ਓ ਇੱਕ ਇੱਕ ਕਰਕੇ ਪਰੌਠੇ ਲਿਆਉਂਦੀ ਤੂੰ ਤਾਂ ਬਸ ਫਾਈ ਵੱਢਦੀ ਆ ਪਰ ਵੱਢਦੀ ਤਾਂ ਪਿਆਰ ਨਾਲ ਹੀ ਆ ਨਾ ਬਿਜਲੀ ਬੇਟਾ ਮੁੰਡੇ ਵਾਲਿਆਂ ਨੇ ਵਿਆਹ ਦੀ ਤਰੀਕ ਪੱਕੀ ਕਰ ਲਈ ਹੈ ਹੁਣ ਤੂੰ ਦੱਸ ਅਸੀਂ ਰਾਇਲ ਪੈਲੇਸ ਕਰੀਏ ਜਾਂ ਨੀਲ ਕਮਲ ਮੰਮਾ ਮੈਨੂੰ ਛੇਤੀ ਵਿਆਹ ਨਹੀਂ ਕਰਾਉਣਾ ਨਾ ਨਾ ਬੇਟਾ ਇਹੋ ਜਿਹੇ ਕੰਮਾਂ 'ਚ ਦੇਰ ਨਹੀਂ ਕਰੀਦੀ ਸੌ ਭਾਂਚੀਆਂ ਮਾਰਨ ਵਾਲੇ ਹੁੰਦੇ ਨੇ ਮੰਮਾ ਤੁਸੀਂ ਇੱਕ ਵਾਰੀ ਮੇਰੀ ਮਰਜ਼ੀ ਪੁੱਛੋਗੇ ਵੀ ਨਹੀਂ ਸਾਨੂੰ ਪਤਾ ਤੇਰੀ ਬਿਹਤਰੀ ਕਿਸ ਵਿੱਚ ਹੈ ਉਹ ਇੰਨੇ ਚੰਗੇ ਰਿਸ਼ਤੇ ਦੀ ਆਸਾਨੀ ਨਾਲ ਨਹੀਂ ਮਿਲਦੇ ਯਾਰ ਬਿਜਲੀ ਤੋਂ ਫਿਕਰ ਨਾ ਕਰ ਮੈਂ ਕਰੰਟ ਨੂੰ ਮਿਲ ਕੇ ਸਾਰੀ ਗਲਤਫਹਿਮੀ ਦੂਰ ਕਰਦੀ ਹਾਂ ਲੇਟਰ ਔਨ ਯਾਰ ਮਜ਼ਾਕ ਮਜ਼ਾਕ 'ਚ ਤਾਂ ਮੈਂ ਆਪਣਾ ਹੀ ਪਿਆਰ ਗਵਾਤਾ ਪਰ ਯਾਰ ਆਪਾਂ ਤਾਂ ਸਭ ਕੁਝ ਉਹਦੀ ਬਿਹਤਰੀ ਲਈ ਕੀਤਾ ਸੀ ਨਾ ਆਪਾਂ ਜਾਣ ਬੁੱਝ ਕੇ ਉਹਨੂੰ ਸਦਮਾ ਦਿੱਤਾ ਤਾਂ ਕਿ ਉਹ ਕਿਸੇ ਕੰਮ ਲੱਗ ਜੇ ਉਹਦੀ ਜ਼ਿੰਦਗੀ ਬਣ ਜੇ ਉਹਦੀ ਤਾਂ ਜ਼ਿੰਦਗੀ ਬਣ ਗਈ ਪਰ ਮੇਰੀ ਰੁਲ ਗਈ ਯਾਰ ਦੇਖ ਹੁਣ ਤੂੰ ਐਵੇਂ ਢੇਰੀ ਨੱਟਾਂ ਹੌਸਲਾ ਤਾਂ ਰੱਖ ਕਾਟੋ ਅੱਜ ਉਹ ਸਟਾਰ ਹੈ ਇੱਕ ਤੋਂ ਇੱਕ ਵੱਧ ਕੁੜੀਆਂ ਨੇ ਉਹਦੇ ਪਿੱਛੇ ਯਾਰ ਦੇਖ ਬਿਜਲੀ ਚਾਹੇ ਜੋ ਵੀ ਹੈ ਪਰ ਉਹ ਅੱਜ ਵੀ ਸਿਰਫ ਔਰ ਸਿਰਫ ਤੈਨੂੰ ਹੀ ਪਿਆਰ ਕਰਦਾ ਹੋਣਾ ਸਮਝੀ ਤੂੰ ਤੇ ਹੁਣ ਤੂੰ ਫਿਕਰ ਨਾ ਕਰ ਮੈਂ ਉਹਦੇ ਨਾਲ ਗੱਲ ਕਰਕੇ ਆਵਾਂਗੀ ਠੀਕ ਹੈ ਆ ਕੀ ਹੈ ਸਰ ਤੁਹਾਡੇ ਹੱਥ 'ਚ ਤੁਹਾਨੂੰ ਪਤਾ ਹੋਣਾ ਮੇਰਾ 4 ਲੱਖ ਦਾ ਬਿੱਲ ਆ ਗਿਆ ਫਿਰ ਬਿਜਲੀ ਘੱਟ ਫੁੱਕਿਆ ਕਰੋ
ਪਿਛਲੇ 6 ਮਹੀਨਿਆਂ ਤੋਂ ਮੇਰਾ ਕਨੈਕਸ਼ਨ ਕੱਟਿਆ ਹੋਇਆ, ਤੁਸੀਂ ਬਿਜਲੀ ਤਾਂ ਆਉਂਦੀ ਨਹੀਂ, ਬਿੱਲ ਕਿਉਂ ਆ ਗਿਆ? ਉਹ ਫਿਰ ਕੀ ਹੋ ਗਿਆ, ਜੇ ਬਿੱਲ ਆ ਗਿਆ ਤਾਂ ਹੌਲੀ ਹੌਲੀ ਬਿਜਲੀ ਵੀ ਆ ਜੂਗੀ। ਕੰਪਿਊਟਰ ਦੀ ਕੋਈ ਛੋਟੀ ਮੋਟੀ ਗਲਤੀ ਹੋਣੀ ਹੈ, ਬਾਅਦ 'ਚ ਐਡਜਸਟ ਕਰ ਲਾਂਗੇ। ਤੁਸੀਂ ਬਿੱਲ ਭਰੋ। ਮੈਨੂੰ ਤਾਂ ਬਾਂਟਦੇ ਨੇ ਚੰਗੀ ਤਰ੍ਹਾਂ ਬਾਂਡੇ 'ਚ, ਮੈਂ ਕਿਉਂ ਬਿੱਲ ਭਰਾਂ? ਮੈਂ ਤਾਂ ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ ਬਈ, ਅੱਜ ਬਿੱਲ ਭਰਨ ਦੀ ਲਾਈਨ ਬੜੀ ਛੋਟੀ ਹੈ। ਲੈ ਜਾਓ ਛੇਤੀ ਮੇਰੀ ਗੱਡੀ 'ਚ, ਲੈ ਜਾਓ ਲੈ ਜਾਓ ਲੈ ਜਾਓ। ਗੱਲ ਸੁਣੋ, ਹੈਲੋ, ਮੇਰੀ ਗੱਡੀ 'ਚ ਪੈਟਰੋਲ ਘੱਟ ਹੈ, ਇਹ ਤਾਂ ਟੈਂਕੀ ਫੁੱਲ ਕਰਾ ਲਈ। ਲੈ ਜਾਓ ਲੈ ਜਾਓ ਲੈ ਜਾਓ ਛੇਤੀ। ਸਰ 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 ਕੀ ਹੋਇਆ, ਕੀ ਹੋਇਆ ਸਰ? ਸਰ ਠੀਕ ਹੋ, ਠੀਕ ਹੋ ਸਰ? ਠੀਕ ਹੈ, ਛੱਡ ਦਿਓ ਛੱਡ ਦਿਓ ਮੈਨੂੰ ਛੱਡ ਦਿਓ। ਸਰ ਕੀ ਹੋਇਆ, ਸਰ ਕੀ ਹੋਇਆ? ਪਾਣੀ ਲੈ ਕੇ ਪਾਣੀ। ਸਰ ਸਰ ਠੀਕ ਹੋ ਤੁਸੀਂ? ਸਰ ਸਰ ਉੱਗੇ ਸਨਅਤਕਾਰ ਥਾਲੀਆਂ ਦੇ ਬਾਦਸ਼ਾਹ ਸੁਰਜੀਤ ਸਿੰਘ ਅੱਜ ਦੁਪਹਿਰੇ ਦਿਲ ਦਾ ਦੌਰਾ ਪੈਣ ਕਰਕੇ ਚੱਲ ਬਸੇ। ਇਹ ਦਿਲ ਦਾ ਦੌਰਾ ਉਹਨਾਂ ਨੂੰ ਉਸ ਵਕਤ ਪਿਆ ਜਦੋਂ ਉਹਨਾਂ ਦੇ ਘਰ ਬਿਜਲੀ ਦਾ ਬਿੱਲ 6 ਲੱਖ ਰੁਪਏ ਦਾ ਆ ਗਿਆ, ਹਾਲਾਂਕਿ ਉਹਨਾਂ ਦੀ ਬਿਜਲੀ 4 ਮਹੀਨੇ ਦਾ ਕੱਟੀ ਹੋਈ ਸੀ। ਮਾਫ਼ ਕਰਨਾ, ਇਲਾਕੇ ਦੇ ਉੱਦੇ ਸਨਅਤ ਤਾਰਾਂ ਨੇ ਬਿਜਲੀ ਮਹਿਕਮੇ ਦੇ ਵਿਰੁੱਧ ਰੋਸ ਜ਼ਾਹਰ ਕੀਤਾ। ਸਰ ਤੁਹਾਡੇ ਖਿਲਾਫ ਨਾਰੇ ਲਾ ਰਹੇ ਨੇ। ਪਤਾ ਮੈਨੂੰ, ਹੁਣ ਕੀ ਮਿਠਾਈ ਵੰਡਾ? ਬੰਦ ਕਰਾਓ ਇਹਨੂੰ। ਸਰ ਕੇਬਲ ਵਾਲਿਆਂ ਦੀ ਬਿਜਲੀ ਨਾ ਕੱਟਦੀ। ਮੈਂ ਜਿੰਨੀ ਵਾਰ ਵੀ ਤੁਹਾਡਾ ਕੋਈ ਨਵਾਂ ਗੀਤ ਸੁਣਦੀ ਹਾਂ ਨਾ, ਮੈਂ ਤੁਹਾਡੀ ਹੋਰ ਵੀ ਜ਼ਿਆਦਾ ਕਾਇਲ ਹੋ ਜਾਂਦੀ ਹਾਂ, ਪਤਾ ਨਹੀਂ ਕਿਉਂ। ਪਰ ਤੁਹਾਡੇ ਇਸ ਦਰਦ ਵਿੱਚ ਪੂਰੀ ਤਰ੍ਹਾਂ ਡੁੱਬਣ ਨੂੰ ਦਿਲ ਕਰਦਾ। ਕਿਆਮਪੁਰੀ ਜੀ, ਤੁਹਾਨੂੰ ਪਤਾ ਹੀ ਨਹੀਂ ਹੈ ਮੈਂ ਤੁਹਾਡੀ ਕਿੰਨੀ ਵੱਡੀ ਫੈਨ ਹਾਂ। ਵੈਸੇ ਸੱਚ ਦੱਸਾਂ ਪੰਮੀ, ਮੈਂ ਵੀ ਜਦੋਂ 4 ਸਾਲ ਪਹਿਲਾਂ ਤੇਰਾ ਪਹਿਲੀ ਵਾਰ ਗਾਣਾ ਸੁਣਿਆ ਸੀ ਨਾ, ਇੱਕਦਮ ਇਸ਼ਕ ਜਿਹਾ ਹੋ ਗਿਆ। ਕੀ ਕਿਹਾ, ਮਰ ਜਾਵਾਂ ਗੁੜ ਖਾ ਕੇ ਦਿਲ ਖੁਸ਼ ਕਰ ਦਿੱਤਾ। ਓ ਗੋਡ, ਮੈਂ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਮੈਂ ਤੁਹਾਡੇ ਇੰਨੇ ਨੇੜੇ ਆ ਜਾਵਾਂਗੀ। ਜਿਸਮ ਨੇੜੇ ਆਉਣ ਨਾਲ ਰੂਹਾਂ ਨੇੜੇ ਨਹੀਂ ਆ ਜਾਂਦੀਆਂ ਪੰਮੀ, ਨੇੜੇ ਤਾਂ ਹੁਣ ਮੇਰੇ ਕੋਈ ਵੀ ਨਹੀਂ ਆ ਸਕਦਾ, ਉਸ ਬੇਵਫਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਤੈਨੂੰ ਤੈਨੂੰ ਸ਼ਿਵ ਦਾ ਉਹ ਗਾਣਾ ਯਾਦ ਹੈ ਕਿ ਜਾਂਚ ਮੈਨੂੰ ਆ ਗਈ ਏ ਗਮ ਖਾਨ ਦੀ, ਹੌਲੇ ਹੌਲੇ ਰੋ ਕੇ ਦਿਲ ਪਰ ਜਾਣ ਦੀ। ਬਿਜਲੀ
ਤਾਂ ਠੀਕ ਸੀ, ਹੁਣ ਹੁਣ ਉਹ ਸਟਾਰ ਹੈ ਤੇ ਉਹਦੇ ਅੱਗੇ ਪਿੱਛੇ ਕੁੜੀਆਂ ਦੀ ਡਰ ਹੈ। ਪਰ ਉਹ ਤਾਂ ਚੱਲ ਛੱਡ, ਤੇਰੀ ਗੱਲ ਹੋਈ ਉਹਦੇ ਨਾਲ। ਜਦ ਮੈਂ ਉਹਨੂੰ ਕਿਸੇ ਹੋਰ ਦੀ ਬਾਹਾਂ 'ਚ ਵੇਖਿਆ ਨਾ, ਮੇਰਾ ਤਾਂ ਗੱਲ ਕਰਨ ਦਾ ਹੌਸਲਾ ਹੀ ਨਹੀਂ ਪਿਆ। ਬਿਜਲੀ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ ਬੇਟਾ, ਬਹੁਤ ਵਧੀਆ। ਬੁੱਧਵਾਰ? ਇੱਕ ਮਿੰਟ ਜੀ, ਹਾਈ ਕਮਾਂਡ ਨੂੰ ਪੁੱਛ ਲਾ ਜੀ, ਬੁੱਧਵਾਰ ਕਹਿ ਰਹੇ ਨੇ। ਬੁੱਧ ਕੰਮ ਸੁੱਧ ਜੀ, ਹਾਂ ਕਰੋ ਤੁਸੀਂ। ਹਾਂਜੀ ਠੀਕ ਹੈ ਜੀ, ਫਿਰ ਬੁੱਧਵਾਰ ਫਾਈਨਲ ਹੈ, ਬਾਕੀ ਮਿਲ ਕੇ ਗੱਲ ਕਰਦੇ ਹਾਂ। ਓਕੇ ਜੀ। ਲਓ ਆਈ ਗਿਆ। ਉਹ ਆਵੇ ਆਸ਼ੂ, ਉਹ ਆਜਾ ਆਜਾ, ਆਵੇ ਜੱਫੀ ਪਾ, ਉਹ ਮੰਗਣੀ ਫਿਕਸ ਕਰਤੀ ਹੈ ਤੇਰੀ ਬੁੱਧਵਾਰ ਨੂੰ। ਮਾਂ ਨੂੰ ਨੀ ਹੱਕ ਕਰੇਗਾ। ਵਾਹ ਬਾਈ ਵਾਹ ਬਾਈ ਵਾਹ, ਵੱਡਾ ਜਸ਼ਨ ਹੋਵੇਗਾ, ਇਲਾਕੇ ਦਾ ਟੌਪ ਦਾ ਸਿੰਗਰ ਬੁਲਾਵਾਂਗੇ ਤੇ ਰੱਜ ਕੇ ਭੰਗੜੇ ਪਾਵਾਂਗੇ। ਜਜਮਾਨ ਆਹੀ ਤੇ ਇੱਕ ਛੋਟੇ ਜਿਹੇ ਕੰਮ ਆਏ ਸੀ। ਇਹ ਹੈ ਬੀਬੀ ਫਕੀਰ ਕੌਰ, ਇਹਨਾਂ ਦਾ ਘਰ ਵਾਲਾ ਸਰਦਾਰ ਸੁਰਜੀਤ ਸਿੰਘ ਸ਼ਹੀਦ ਥਾਲੀਆਂ ਵਾਲਾ। ਇਹ ਕਿਹੜੀ ਦਿਨ ਚ ਸ਼ਹੀਦ ਹੋਏ ਸੀ? ਆ ਵਜ਼ੀਰ ਸਾਹਿਬ ਆਪਣੇ ਬਿਜਲੀ ਮਹਿਕਮੇ ਨਾਲ ਕਨੈਕਸ਼ਨ ਦੀ ਜੰਗ ਲੜਦਾ ਲੜਦਾ ਸ਼ਹੀਦ ਹੋਇਆ ਸੀ। ਪਰ ਉਹਨਾਂ ਨੂੰ ਤੇ ਦਿਲ ਦਾ ਦੌਰਾ ਪਿਆ ਸੀ ਨਾ, ਕਿਉਂ ਹੋ ਰਿਹਾ? ਬਿਲਕੁਲ ਠੀਕ ਕਹਿ ਰਹੇ ਹੋ ਸਰ, ਇਹ ਤਾਂ ਟੀਵੀ ਤੇ ਵੀ ਆਇਆ ਸੀ, ਅਖਬਾਰ ਚ ਵੀ ਛਪਿਆ ਸੀ। ਉਹ ਦਿਲ ਦਾ ਦੌਰਾ ਕਿਹੜਾ, ਉਹਨੂੰ ਭੂਤਾਂ ਦੀ ਫਿਲਮ ਦੇਖ ਕੇ ਪਿਆ ਸੀਗਾ, ਉਹ ਤੇਰੇ ਮਹਿਕਮੇ ਦੇ ਬੰਦੇ ਤੱਕ ਤੱਕ ਕੇ ਪਿਆ ਸੀ। ਉਹ ਕਿਹੜਾ ਭੂਤਾਂ ਤੋਂ ਘੱਟ ਨੇ, ਜਗ੍ਹਾ ਜੁਗਾ ਦੇਖ ਲਿਆ ਕਰ। ਅੱਛਾ ਚਲੋ, ਮੈਂ ਕੀ ਸੇਵਾ ਕਰ ਸਕਦਾ? ਉਹ ਵਜ਼ੀਰਾ, ਜਦੋਂ ਇਹਨਾਂ ਦੀ ਸੇਵਾ ਦਾ ਮੌਕਾ ਸੀ ਉਦੋਂ ਤਾਂ ਤੂੰ ਹਕੀਤੀ ਨੀ, ਆ ਘੱਟੋ ਘੱਟ ਗਰੀਬੜੀ ਨੂੰ 5-7 ਲੱਖ ਰੁਪਈਆ ਮੁਆਵਜ਼ਾ ਦੇ ਕੇ ਪੁੰਨ ਖੱਟ ਛੱਡ। ਨਹੀਂ ਤਾਂ ਸ਼ਹੀਦ ਦੀ ਆਤਮਾ ਸਾਰੀ ਜ਼ਿੰਦਗੀ ਤੇਰੇ ਕੰਨਾਂ ਦੇ ਕੋਲ ਥਾਲੀਆਂ ਖੜਕਾਈ ਜਾਊ। ਉੱਤੋਂ ਗਲਾਸਾਂ ਦਾ ਖੜਕਣ ਲੱਗ, ਨਿਤ ਨਵਾਂ ਡੀਜੇ ਵਜਿਆ ਕਰ। ਠੱਕ ਟਕ ਟਕ ਠੱਕ ਟਕ ਟਕ ਛੀ। ਦੇਖੋ ਭਾਈ, ਜੇ ਤੇ ਮਹਿਕਮੇ ਦੀ ਗਲਤੀ ਨਾਲ ਹੀ ਆ ਬਿਜਲੀ ਦੇ ਕਰਨ ਨਾਲ ਮਰਿਆ ਹੁੰਦਾ ਤਾਂ ਮੈਂ ਮੁਆਵਜ਼ਾ ਦਵਾ ਦਿੰਦਾ। ਪਰ ਮੋਤੀਆਂ ਵਾਲੇ, ਜਦੋਂ ਆਖਰੀ ਵਕਤ ਤੇਰੇ ਦਿਲ ਦੀ ਧੜਕਣ ਬੰਦ ਹੋਈ, ਉਹ ਤੇਰੇ ਮਹਿਕਮੇ ਤੇ ਬੰਦ ਮੀਟਰ ਵਾਲੀ ਤਾਂ ਵੇਖਣ ਡਿਆ ਸੀ, ਕਿਉਂ ਵੀ ਬੱਲੇ? ਉਹ ਬੱਲੇ ਜੇ ਕਿਤੇ ਚੱਲਦੇ ਮੀਟਰ ਦੀ ਤਾਰਾਂ ਨੂੰ ਹੱਥ ਲਾ ਕੇ ਮਰਿਆ ਹੁੰਦਾ ਨਾ, ਇਹਦੇ ਮਹਿਕਮੇ ਦੀ ਤਾਂ ਬੱਲੇ ਬੱਲੇ ਹੋ ਜਾਣੀ ਸੀ। ਵਾਹ ਜੀ ਵਾਹ, ਕਿਆ ਸੀਨ ਹੋਣਾ ਸੀ? ਮੈਂ ਸਮਝਿਆ ਨਹੀਂ। ਉਹ ਸਭ ਨੇ ਇਹੀ ਕਿਹਾ ਕਰਨਾ ਕਿ ਪੰਜਾਬ ਦੇ ਵਿੱਚ ਐਡੀ ਫਾਲਤੂ ਬਿਜਲੀ ਹੈ ਕਿ ਲੋਕੀ ਤਾਰਾਂ ਨਾਲ ਚੰਬੜ ਚੰਬੜ ਕੇ ਮਰਨ ਡਏ ਨੇ। ਮੈਂ ਕਿਹਾ ਸਰਦਾਰ, ਇੱਥੇ ਤੱਕ ਜੇ ਤੇਰੇ ਹਲਕੇ ਦੇ ਵਿੱਚ ਕੋਈ ਹਲਕੇ ਮਰਦਾ ਹੈ, ਜੇ ਨਾਲ ਮਰਦਾ ਦਵੇ ਨਾਲ ਮਰਦਾ, ਉਲਟਾ ਤੁਹਾਨੂੰ ਰੌਲਾ ਪਾਉਣਾ ਚਾਹੀਦਾ। ਨਹੀਂ ਜੀ ਨਹੀਂ, ਇਹ ਤਾਂ ਬਿਜਲੀ ਦੇ ਕਰੰਟ ਨਾਲ ਮਰਿਆ, ਬਿਜਲੀ ਨਾਲ ਮਰਿਆ। ਉਹ ਮੈਂ ਕਿਹਾ ਸਰਦਾਰਾ, ਇੱਕ ਵਾਰ ਮੁਆਵਜ਼ਾ ਦੇ ਕੇ ਤਾਂ ਵੇਖ, ਜਨਾਨੀਆਂ ਨੇ ਆਪ ਅਰਦਾਸਾਂ ਕਰਿਆ ਕਰਨੀਆਂ ਕਿ ਜੇ ਸਾਡਾ ਘਰ ਵਾਲਾ ਮਰੇ, ਉਹ ਰੱਬਾ ਉਹ ਬਿਜਲੀ ਨਾਲ ਹੀ ਮਰੇ। ਬਸ ਕਰ, ਲੱਗਦਾ ਗੱਲ ਪੱਲੇ ਪੈ ਗਈ। ਬਈ ਠੀਕ ਹੈ, ਪੀਏ ਸਾਹਿਬ ਚੇਅਰਮੈਨ ਨੂੰ ਕਹਿ ਕੇ ਨਾ ਇੱਕ ਵੱਡਾ ਸਾਰਾ ਪਬਲਿਕ ਫੰਕਸ਼ਨ ਲਿਖਵਾਓ, ਉਸ ਫੰਕਸ਼ਨ 'ਚ ਮੇਰੇ ਹੱਥੋਂ ਬੀਬੀ ਨੂੰ 5 ਲੱਖ ਰੁਪਏ ਦਿਓ। ਕਿਆ ਬਾਤ ਹੈ ਕਿਆਮਪੁਰੀ ਜੀ, ਕਿਆ ਬਾਤ ਹੈ ਪੰਮੀ ਜੀ, ਕਿਆ ਸ਼ਾਟ ਦਿੱਤਾ ਹੈ ਤੁਸੀਂ, ਬਹਿ ਜਾ ਕਰਾਤੀ, ਸਿੱਟ ਡਾਊਨ ਹੋ ਗਈ।
ਪਤਾ ਵਿਆਹਾਂ ਦਾ ਸੀਜ਼ਨ ਆ ਗਿਆ ਔਰ ਸ਼ੋਅ ਇੰਨੇ ਜ਼ਿਆਦਾ ਬੁੱਕ ਹੋ ਚੁੱਕੇ ਨੇ, ਮੈਨੂੰ ਲੱਗਦਾ ਹੁਣ ਸਾਨੂੰ ਕੁਝ ਨਵੇਂ ਬੀਟ ਸੌਂਗ ਤਿਆਰ ਕਰਨੇ ਚਾਹੀਦੇ ਸ਼ੋਅ ਲਈ। ਕੀ ਹੋਇਆ? ਮੰਮੀ ਤੂੰ ਆਪਣੇ ਨਾਲ ਗਾਉਣ ਲਈ ਹੁਣ ਕੋਈ ਹੋਰ ਲੱਭ ਲੈ। ਇਹ ਕਿੱਦਾਂ ਦਾ ਮਜ਼ਾਕ ਹੈ? ਇੱਕ ਮਿੰਟ, ਤੁਸੀਂ ਮੇਰੀ ਆਵਾਜ਼ ਤੋਂ ਖੁਸ਼ ਨਹੀਂ ਹੋ? ਗੱਲ ਇਹ ਨਹੀਂ ਹੈ ਪੰਮੀ, ਅਸਲ 'ਚ ਮੇਰੀ ਆਵਾਜ਼ ਖੁਸ਼ੀਆਂ ਭਰੇ ਗੀਤ ਗਾਉਣ ਲਈ ਤਾਂ ਬਣੀ ਨਹੀਂ, ਅਤੇ ਜਦੋਂ ਮੈਂ ਸੋਗ ਭਰੇ ਗੀਤ ਗਾਉਂਦਾ ਮੈਨੂੰ ਐਵੇਂ ਲੱਗਦਾ ਜਿੱਦਾਂ ਮੈਂ ਆਪਣੇ ਗਮਾਂ ਨੂੰ ਵੇਚ ਰਿਹਾ। ਪਰ ਕਿਆਮਪੁਰੀ ਜੀ, ਸੋਰੀ ਪੰਮੀ, ਮੈਂ ਹੁਣ ਹੋਰ ਨਹੀਂ ਗਾ ਸਕਦਾ। ਬਿਜਲੀ, ਤੇਰੇ ਵਿਆਹ ਦਾ ਘਰ ਤਾਂ ਬਹੁਤ ਸੋਹਣਾ ਛਪਿਆ। ਓਏ ਇਹ ਕੀ, ਜਿੰਨੀ ਚਮਕ ਇਸ ਕਾਰਡ ਤੇ ਹੈ ਤੇਰੇ ਚਿਹਰੇ ਤੇ ਕਿਉਂ ਨਹੀਂ? ਜਿਸ ਬਿਜਲੀ ਤੋਂ ਕਰੰਟ ਨਿਕਲ ਜਾਵੇ ਉਹਦੀ ਚਮਕ ਕਿਵੇਂ ਰਹਿ ਸਕਦੀ ਹੈ? ਦੇਖ ਬਿਜਲੀ, ਹੁਣ ਤੇਰਾ ਧਰਮ ਇਹ ਬਣਦਾ ਕਿ ਤੂੰ ਜਿਸ ਘਰ ਜਾਵੇ ਉੱਥੇ ਰੋਸ਼ਨੀ ਦੇਵੇ। ਮੈਂ ਕੋਸ਼ਿਸ਼ ਕਰਾਂਗੀ ਕਿ ਆਪਣੇ ਦਿਲ ਤੇ ਪਸਰੇ ਹੋਏ ਹਨੇਰਿਆਂ ਦਾ ਅਹਿਸਾਸ ਮੈਂ ਕਿਸੇ ਹੋਰ ਨੂੰ ਨਾ ਹੋਣ ਦਵਾਂ। ਓਹੋ ਯਾਰ ਜਲਦੀ ਕਰੋ, 8 ਵਜੇ ਤਾਂ ਬਰਾਤ ਆ ਜਾਣੀ ਹੈ। ਵਿਆਹ ਤੇ ਇੰਨਾ ਦਾ ਕਾਲੀ ਤੁਹਾਨੂੰ ਪਈ ਹੋਈ ਹੈ। ਮੈਡਮ ਪਲੀਜ਼ ਜ਼ਰਾ ਛੇਤੀ ਰੈਡੀ ਕਰ ਦਿਓ, 8 ਵਜੇ ਸ਼ੋਅ ਹੈ ਮੇਰਾ। ਬਿਜਲੀ ਪੰਮੀ ਪੁਰਜਾ, ਤੁਹਾਡਾ ਕਰੰਟ ਕੈਮਪੁਰੀ ਨਾਲ ਸ਼ੋਅ ਹੈ ਨਾ, ਆਈ ਮੀਨ ਕਿ ਜੋੜੀ ਹੈ ਨਾ ਤੁਹਾਡੇ ਉਹਨਾਂ ਨਾਲ? ਜੋੜੀ ਹੁੰਦੀ ਸੀ ਕਦੀ, ਹੁਣ ਨਹੀਂ ਹੈ। ਪਰ ਕਿਉਂ? ਗਾਉਣਾ ਛੱਡ ਦਿੱਤਾ ਉਹਨਾਂ ਨੇ। ਗਾਉਣਾ ਛੱਡ ਦਿੱਤਾ, ਪਰ ਕਿਉਂ? ਨਾ ਪਤਾ ਤੇ ਉਹਦਾ ਮੈਂ ਨਹੀਂ ਜਾਣਦੀ, ਬਟ ਇੰਨਾ ਜ਼ਰੂਰ ਜਾਣਦੀ ਹਾਂ ਕਿਸੇ ਨੇ ਪਿਆਰ 'ਚ ਉਹਨਾਂ ਨੂੰ ਇੰਨੀ ਡੂੰਘੀ ਸੱਟ ਮਾਰੀ ਹੈ ਕਿ ਗਾਉਣਾ ਤਾਂ ਦੂਰ, ਉਹ ਹੁਣ ਜੀਣਾ ਵੀ ਨਹੀਂ ਚਾਹੁੰਦੇ। ਉਹ ਬਦਨਸੀਬ ਕੁੜੀ ਮੈਂ ਹੀ ਹਾਂ। ਪਰ ਤੂੰ ਆਪਣੇ ਆਪ ਨੂੰ ਬਦਨਸੀਬ ਕਿਉਂ ਕਹਿੰਦੀ ਪਈ ਹੈ? ਤੂੰ ਤਾਂ ਬਹੁਤ ਲੱਕੀ ਹੈ, ਤੈਨੂੰ ਨਹੀਂ ਪਤਾ ਉਹ ਤੈਨੂੰ ਕਿੰਨਾ ਪਿਆਰ ਕਰਦੇ ਨੇ, ਅਤੇ ਹੁਣ ਜਿੱਦਾਂ ਦੀ ਉਹਨਾਂ ਦੀ ਹਾਲਤ ਹੈ ਨਾ, ਉਹਨਾਂ ਨੂੰ ਸਿਰਫ ਤੂੰ ਹੀ ਬਚਾ ਸਕਦੀ ਹੈ। ਪਰ ਮੈਂ ਕੀ ਕਰ ਸਕਦੀ ਹਾਂ? ਮੇਰਾ ਤਾਂ ਅੱਜ ਵਿਆਹ ਹੋ ਜਾਣਾ। ਹੋਇਆ ਤਾਂ ਨਹੀਂ ਨਾ, ਤੂੰ ਕੁਛ ਵੀ ਕਰ, ਕਿਵੇਂ ਵੀ ਕਰ, ਪਲੀਜ਼ ਉਹਨਾਂ ਨੂੰ ਬਚਾ ਲੈ, ਪਲੀਜ਼। ਹਾਂ ਬਿਜਲੀ, ਜੇ ਤੂੰ ਹੁਣ ਕੁਛ ਨਾ ਕੀਤਾ ਨਾ ਤਾਂ ਅਨਰਥ ਹੋ ਜਾਣਾ। ਪਰ ਮੈਂ ਕੀ ਕਰਾਂ ਕਾਟੋ? ਕਰਨਾ ਕੀ ਹੈ, ਤੂੰ ਆਸ਼ੂ ਨੂੰ ਫੋਨ ਕਰ, ਉਹ ਪੜ੍ਹਿਆ ਲਿਖਿਆ ਮੁੰਡਾ ਸਭ ਸਮਝ ਜਾਏਗਾ। ਭਾਣਜਾ ਜੀ, ਤੁਹਾਡੀ ਹਰ ਇੱਕ ਲਾਂ ਤੇ ਮੈਂ ਗੋਲੀ ਚਲਾਉਣੀ। ਉਹ ਮਾਮਾ ਜੀ ਕਿਤੇ ਮੇਰੇ ਕੋੜੀ ਨਾ ਭਜਾ ਦੇਣਾ। ਓਏ ਨੋ ਪ੍ਰੋਬਲਮ ਭਾਂਜੇ, ਓਏ ਯੈਸ ਵੀ ਲੋਡਡ। ਹਾਂਜੀ ਸਵੀਟਹਾਰਟ। ਆਸ਼ੂ ਇੱਕ ਪ੍ਰੋਬਲਮ ਹੈਗੀ ਹੈ। ਡੀਅਰ ਹੁਣ ਤਾਂ ਤੇਰੀਆਂ ਸਾਰੀਆਂ ਪ੍ਰੋਬਲਮਸ ਮੇਰੀਆਂ ਨੇ, ਬੋਲ। ਆਪਣਾ ਵਿਆਹ 2 ਦਿਨ ਲਈ ਪੋਸਟਪੋਨ ਹੋ ਸਕਦਾ ਹੈ? ਪੋਸਟਪੋਨ? ਉਹ ਹੈ ਕੋਈ ਸਰਕਾਰੀ ਮੀਟਿੰਗ ਹੈ ਜਿਹੜੀ ਅਸੀਂ 2 ਦਿਨ ਲਈ ਪੋਸਟਪੋਨ ਕਰ ਦਿਆਂਗੇ। ਪਹਿਲਾਂ
ਨਹੀਂ ਸੀ ਕਿਸੇ ਡੂੰਘੇ ਇਸ਼ਕ ਚ ਡੁੱਬਿਆ ਫਿਰਦਾ ਹੈ ਤੇ ਹੁਣ ਆਪਣੇ ਕੋਲ ਟਾਈਮ ਬਹੁਤ ਘੱਟ ਹੈ ਆਪਾਂ ਨੂੰ ਜਲਦੀ ਜਲਦੀ ਬਿਜਲੀ ਤੇ ਆਸ਼ੂ ਦਾ ਵਿਆਹ ਰੋਕਣਾ ਪੈਣਾ ਪਰ ਆਂਟੀ ਜੀ ਕਰੰਟ ਹੈ ਕਿੱਥੇ ਲੈ ਉਹਨੂੰ ਤਾਂ ਮੈਂ ਵੀ ਨਹੀਂ ਦੇਖਿਆ ਪਿਛਲੇ ਦੋ ਦਿਨਾਂ ਤੋਂ ਚਲੋ ਫਿਰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਨੂੰ ਲੱਭੀਏ ਜਲਦੀ ਕਰੋ ਚਲੋ ਬਾਲੇ ਬਾਲੇ ਨੂੰ ਵੀ ਲੱਭਦੇ ਚਲੋ ਉਹ ਲੈ ਦੱਸ ਉਹ ਬਈ ਸੇਰਾ ਬੰਨ ਕੀ ਸਾਰ ਦੋਗੇ ਜਾਂ ਕੋਈ ਸੇਰਾ ਗਾਊਗਾ ਵੀ ਉਹ ਨਹੀਂ ਫਿਰ ਹੁਣ ਮਾਮਾ ਹੇਕ ਲਾਵੇ ਵੇ ਮਾਮਾ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਆ ਲਾ ਦਿੰਨੇ ਆ ਹੇਕ ਲਾਓ ਫਿਰ ਵੇਲਾ ਹੋਰੋ ਪ੍ਰਧਾਨ ਮੰਤਰੀ ਵਾਂਗੂ ਟੈਲੀਵਿਜ਼ਨ ਤੇ ਦੇਖਦਾ ਹੈ ਉਹ ਵੀ ਗਾਣਾ ਗਾਉਂਦਾ ਹੀ ਛੱਡਿਆ ਨਾ ਕੋਈ ਸਰੀਰ ਤਾਂ ਨੀ ਛੱਡਿਆ ਬਸ ਕਰ ਦਿਲ ਕਿਸੇ ਕੁੜੀ ਤੇ ਆ ਗਿਆ ਤੂੰ ਕੁੜੀ ਦਾ ਅੱਜ ਵਿਆਹ ਕਿਤੇ ਹੋਰ ਹੋਣ ਡਿਆ ਤੇ ਸਾਡਾ ਵੱਡਾ ਵਿਚਾਰਾ ਦਿਲ ਛੱਡੀ ਬੈਠਾ ਤੇ ਕੁੜੀ ਕੁੜੀ ਤਾਂ ਅੰਕਲ ਜੀ ਕਰੰਟ ਨੂੰ ਪਿਆਰ ਕਰਦੀ ਹੈ ਪਿਆਰ ਯਾਨੀ ਕਿ ਆਸ਼ਕੀ ਉਹ ਸ਼ੁਕਰ ਹੈ ਰੱਬਾ ਪਹਿਲੀ ਵਾਰ ਸਾਡੇ ਖਾਨਦਾਨ ਦੇ ਵਿੱਚ ਕੋਈ ਕੁੱਤੇ ਕੰਮ ਪਿਆ ਐ ਬਸ ਕਰ ਓਏ ਹੁਣ ਤੱਕ ਤਾਂ ਸਾਡੇ ਖਾਨਦਾਨ ਚ ਮਸਖਰੇ ਹੀ ਪੈਦਾ ਹੋਏ ਆ ਆ ਪਹਿਲੀ ਯਾਰੀ ਮਜਨੂੰ ਜੰਮਿਆ ਜਿਹਦੇ ਤੇ ਕਿਤੇ ਲੈਲਾ ਦਾ ਦਿਲ ਆਇਆ ਉਹ ਗੱਲਾਂ ਘੱਟ ਮਾਰੋ ਤੇ ਛੇਤੀ ਨਾਲ ਕਰੰਟ ਨੂੰ ਲੱਭੋ ਤੇ ਉਹਨੂੰ ਕਹੋ ਕਿ ਕੁੜੀ ਦਾ ਵਿਆਹ ਕਿਤੇ ਹੋਰ ਨਹੀਂ ਹੋਣਾ ਚਾਹੀਦਾ ਚਾਹੇ ਕੁੜੀ ਚੱਕਣੀ ਹੋਵੇ ਨਾ ਗੱਲ ਠੀਕ ਹੈ ਤੁਸੀਂ ਸ਼ਹਿਰ ਵਾਲ ਲੱਭੋ ਅਸੀਂ ਨਹਿਰ ਵਾਲ ਲੱਭਨੇ ਆਓ ਜੀ ਆ ਚੱਕਣ ਵਾਲੀ ਗੱਲ ਜੱਚਦੀ ਆ ਜੋ ਮੈਂ ਸੁਣਿਆ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਦਾ ਮੁੰਡਾ ਬਿਜਲੀ ਨੂੰ ਚੱਕਣ ਦੀ ਪੂਰੀ ਕੋਸ਼ਿਸ਼ ਕਰੇਗਾ ਤੁਸੀਂ ਇੱਦਾਂ ਕਰੋ ਉਹਨੂੰ ਹੀ ਚੱਕ ਲਿਓ ਜਿਹੜੀ ਕੁੜੀ ਨੂੰ ਤੂੰ ਪਿਆਰ ਕਰਦਾ ਹੈ ਨਾ ਉਹਦਾ ਸੁਨੇਹਾ ਆਈ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਕਰਦੀ ਰਹਾਂਗੀ ਜੇ ਤੂੰ ਮੈਨੂੰ ਆ ਕੇ ਬਚਾ ਸਕਦਾ ਹੈ ਤੇ ਬਚਾ ਛੱਡ ਤੁਸੀਂ ਮਜ਼ਾਕ ਤੇ ਨਹੀਂ ਕਰ ਰਹੇ ਨਾ ਓਏ ਪੁੱਤਰ ਸਾਡੀ ਮਰਾਸੀਆਂ ਦੀ ਜ਼ਿੰਦਗੀ ਮਜ਼ਾਕ ਹੁੰਦੀ ਹੈ ਪਰ ਪਿਆਰ ਮਜ਼ਾਕ ਨਹੀਂ ਹੁੰਦਾ ਜਾ ਆਪਣੇ ਪਿਆਰ ਨੂੰ ਬਚਾ ਲੈ ਜਾ ਮੇਰਾ ਪੁੱਤਰ ਜਾ ਆਪਣੇ ਖਾਨਦਾਨ ਦੀ ਨੱਕ ਰੱਖੀ ਓਏ ਉਹ ਜਿਵੇਂ ਅਸੀਂ ਮਰਾਸੀ ਕਿਸੇ ਵਿਆਹ ਤੋਂ ਲਾਗ ਲਏ ਬਗੈਰ ਨਹੀਂ ਨਾ ਮੁੜਦੇ ਔਰ ਤੂੰ ਵੀ ਕੁੜੀ ਤੋਂ ਬਗੈਰ ਵਾਪਸ ਨਾ ਮੁੜੀ ਓਏ ਦੀ ਅਸੀਂ ਚਾਂਦੀ ਦੀ ਕਲੀਚੜੀਆਂ ਨਹੀਂ ਲੈਣੀਆਂ ਅਸੀਂ ਸੋਨੇ ਦੀਆਂ ਲੈਣੀਆਂ ਨੇ ਹਾਂ ਦੀ ਜੀਜੂ ਜੀ ਨੂੰ ਫੋਨ ਕਰਕੇ ਬੋਲ ਦਿਓ ਅਗਰ ਨਹੀਂ ਖਰੀਦੇ ਤਾਂ ਘੋੜੀ ਰੋਕ ਕੇ ਖਰੀਦ ਲੈ Yeah!
ਸ਼੍ਰੀ ਅਕਾਲ ਜੀ। ਵਾਪਸ ਮੁੜ ਜਾ ਮੱਖਣਾ, ਨਾ ਤੂੰ ਫੁੱਫੜ ਲੱਗਦਾ ਜਿਹੜਾ ਤੇਰੇ ਕਹੇ ਤੇ ਬਰਾਤ ਵਾਪਸ ਲੈ ਜਾਈਏ। ਓਏ ਸਾਡਾ ਫੁੱਫੜ ਨੂੰ ਕੁਝ ਨਾ ਕਿਹੋ। ਫੁੱਫੜ ਨੂੰ ਯਾਰ ਅਸੀਂ ਮਸਾਂ ਮਨਾ ਕੇ ਬਿਠਾਇਆ। ਲਓ ਲਓ ਫੁੱਫੜ ਜੀ ਪੀਓ। ਹੈ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ। ਬਿਜਲੀ ਜਾਏਗੀ ਤਾਂ ਸਿਰਫ ਮੇਰੇ ਨਾਲ, ਕਿਉਂਕਿ ਉਹ ਸਿਰਫ ਮੈਨੂੰ ਪਿਆਰ ਕਰਦੀ ਹੈ। ਓਏ ਰੁਕ ਜਾਓ ਮੁੰਡਿਓ। ਓਏ ਗੋਲੀ ਮਾਮਾ ਕਦੋਂ ਕੰਮ ਆਊਗਾ? ਇਹਦੇ ਗਿੱਟਿਆਂ 'ਚ ਤਾਂ ਮੈਂ ਇੰਨੀਆਂ ਗੋਲੀਆਂ ਮਾਰੂੰਗਾ। ਓਏ ਘੋੜੀ 'ਤੇ ਤਾਂ ਕੀ, ਇਹ ਤਾਂ ਸਾਈਕਲ 'ਤੇ ਚੜ੍ਹਨ ਲੱਗਿਆ ਵੀ ਕੰਬੂਗਾ। ਸੋਹਣੇ ਹੋ ਮਾਮਾ ਜੀ, ਜ਼ਿਆਦਾ ਪਾਕਿਸਤਾਨੀ ਫਿਲਮਾਂ ਦੇ ਡਾਇਲੋਗ ਮਾਰਨ ਦੀ ਲੋੜ ਨਹੀਂ, ਛੱਡ ਦਿਓ ਇਸਨੂੰ। ਇਹ ਗੱਲ ਮੈਨੂੰ ਵੀ ਪਤਾ, ਜੇ ਅਸੀਂ ਚਾਹੀਏ ਅਸੀਂ ਇੱਥੋਂ ਜ਼ਿੰਦਾ ਨਾ ਜਾਣ ਦੀ ਹੈ, ਪਰ ਤੈਨੂੰ ਤਾਂ ਮੈਂ ਇਕੱਲਾ ਹੀ ਨਜਿੱਠਣਾ ਚਾਹੁੰਦਾ। ਤੂੰ ਮੇਰੇ ਨਾਲ ਕਮਰੇ 'ਚ ਚੱਲ, ਜਿਹੜਾ ਸਾਬਤ ਹੱਡੀਆਂ ਨਾਲ ਬਾਹਰ ਆਏਗਾ ਉਹੀ ਬਿਜਲੀ ਨੂੰ ਲੈ ਕੇ ਇੱਥੋਂ ਜਾਏਗਾ। ਇਹ ਤੂੰ ਕੀ ਕਹਿ ਰਿਹਾ ਆਸ਼ੂ ਪੁੱਤਰ? ਡੈਡ ਪਲੀਜ਼, ਤੁਸੀਂ ਗੋਲੀ ਖਾ ਕੇ ਆਪਣਾ ਬੀਪੀ ਸੈੱਟ ਕਰੋ, ਮੈਂ ਇਹਨੂੰ ਸੈੱਟ ਕਰਕੇ ਆਇਆ। ਉਹ ਤੂੰ ਆਪਣਾ ਵਿਆਹ ਵਾਲਾ ਜੋੜਾ ਲਿਆ? ਵਿਆਹ ਵਾਲਾ ਜੋੜਾ? ਵਿਆਹ ਵਾਲਾ ਜੋੜਾ ਲਿਆ ਨਹੀਂ ਹੈ ਤੇ ਮੂੰਹ ਚੱਕ ਕੇ ਬਿਜਲੀ ਨੂੰ ਲੈਣ ਆ ਗਿਆ। ਮੈਂ ਸਮਝਿਆ ਨਹੀਂ। ਦੇਖ ਕਰਨ, ਮੈਨੂੰ ਪਤਾ ਤੂੰ ਤੇ ਬਿਜਲੀ ਵਾਕਿਆ ਇੱਕ ਦੂਜੇ ਨੂੰ ਦਿਲੋਂ ਚਾਹੁੰਦੇ ਹੋ, ਬਟ ਮੈਂ ਵੀ ਉਹਨੂੰ ਬੜੇ ਸੱਚੇ ਦਿਲੋਂ ਪਿਆਰ ਕੀਤਾ ਤੇ ਹੁਣ ਉਹਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ। ਬਾਕੀ ਤੇਰੀ ਹਿੰਮਤ ਨੂੰ ਵੀ ਮੈਂ ਪਰਖ ਲਿਆ। ਤੂੰ ਇੱਦਾਂ ਕਰ, ਤੂੰ ਮੇਰਾ ਵਿਆਹ ਵਾਲਾ ਸੂਟ ਪਾ ਲੈ ਤੇ ਸਿਹਰਾ ਬੰਨ ਲੈ। ਕੀ ਕਹਿ ਰਿਹਾ? ਮੈਂ ਸਮਝਿਆ ਨਹੀਂ ਕੁਝ। ਉਹ ਸਮਝਣ ਨੂੰ ਕੀ ਅਲਜਬਰਾ ਦਾ ਸਵਾਲ ਹੈ? ਸਿੰਪਲ ਜੀ ਗੱਲ ਹੈ ਯਾਰ, ਤੂੰ ਮੇਰਾ ਸਿਹਰਾ ਬਣ ਕੇ ਜੈਮਾਲਾ 'ਚ ਬੈਠ, ਆਪਾਂ ਦੋਵੇਂ ਬਿਜਲੀ ਨੂੰ ਸਰਪ੍ਰਾਈਜ਼ ਦੇਵਾਂਗੇ। ਥੈਂਕਸ ਆਸ਼ੂ। ਹਾਂ ਆਸ਼ੂ ਨੇ ਕੀ ਪੰਗਾ ਜਿਹਾ ਪਾਇਆ, ਪੁਲਿਸ ਨੂੰ ਬੁਲਾ ਕੇ ਲਫੰਗੇ ਨੂੰ ਅੰਦਰ ਕਰਾਉਂਦਾ। ਓਏ ਆਸ਼ੂ ਦੀ ਮਾਮੀ, ਓਏ ਆਪਣੇ ਆਸ਼ੂ ਨੇ ਉਹਨੂੰ ਐਸਾ ਸਿੱਧਾ ਕਰਨਾ, ਉਹ ਮੁੜ ਕੇ ਕਿਸੇ ਬਰਾਤ ਦੇ ਨੇੜਿਓ ਵੀ ਨਹੀਂ ਲੰਘਣਾ। ਓਏ ਆਫਟਰ ਆਲ ਭਾਣਜਾ ਕਿਹਦਾ, ਗੋਲੀ ਮਾਮੇ ਦਾ। ਤੁਸੀਂ ਉਹਨੂੰ ਕੱਲੇ ਨੂੰ ਜਾਣ ਹੀ ਕਿਉਂ ਦਿੱਤਾ? ਹਾਲੇ ਤਾਂ ਨਹੀਂ ਆਇਆ ਹੈਗਾ। ਚਾਚੂ ਆ ਗਿਆ। ਓ ਉਹਦੇ ਇਹ ਕੰਮ, ਸ਼ੁਕਰ ਹੈ। ਆਸ਼ੂ ਉਹ ਲਫੰਗਾ ਕਿੱਥੇ ਆ? ਓਏ ਕਰਤਾ ਫਿਨਿਸ਼। ਉਹ ਆਖਰ ਭਾਣਜਾ ਕਿਹਦਾ, ਗੋਲੀ ਮਾਮੇ ਦਾ। ਬਿਜਲੀ ਮੈਨੂੰ ਪਤਾ ਲੱਗਿਆ ਕਰੰਟ ਇੱਥੇ ਆਇਆ ਸੀ। ਕੀ ਕਰੰਟ ਇੱਥੇ ਆਇਆ ਸੀ? ਉਹ ਆਇਆ ਸੀ ਕਲਫੰਗਾ,
ਆਸ਼ੂ ਨੇ ਕੁੱਟ ਕੇ ਭਜਾਤਾ ਜਾਂ ਕਿਸੇ ਕਮਰੇ 'ਚ ਬੰਦ ਕਰਤਾ। ਹੁਣ ਕੁਛ ਨਹੀਂ ਹੋ ਸਕਦਾ, ਹੁਣ ਆਸ਼ੂ ਮੇਰੇ ਨਸੀਬ 'ਚ। ਤੂੰ ਮੇਰੇ ਨਾਲ ਇੱਕ ਮਿੰਟ ਰੂਮ 'ਚ ਚੱਲ। ਤੁਸੀਂ ਦੋਵੇਂ ਕਿੱਥੇ ਚੱਲੀ ਆਓ? ਜੈ ਮਾਲਾ ਦਾ ਟਾਈਮ ਹੋ ਗਿਆ, ਆਸ਼ੂ ਵੇਟ ਕਰ ਰਿਹਾ ਹੋਏਗਾ। ਆਂਟੀ ਨੇ ਵਾਸ਼ਰੂਮ ਜਾਣਾ, ਬਸ ਅਸੀਂ ਹੁਣੇ ਆਏ। ਕਰੰਟ ਜ਼ਰੂਰ ਇੱਥੇ ਕਿਤੇ ਹੈ, ਤੂੰ ਛੇਤੀ ਹੁਣ ਲੱਭ ਤੇ ਭੱਜ ਦੇ ਨਾਲ। ਪਰ ਕਾਟੋ, ਮੈਂ ਕਿੱਥੇ ਲੱਭਾਂ? ਹੁਣ ਤਾਂ ਜੈਮਲਾ ਦਾ ਵੀ ਟਾਈਮ ਹੋ ਗਿਆ। ਓਹੋ, ਸਭ ਮੈਂ ਸੰਭਾਲ ਲੈਂਦੀ ਹਾਂ, ਤੂੰ ਛੇਤੀ ਛੇਤੀ ਆਪਣੇ ਕੱਪੜੇ ਮੈਨੂੰ ਦੇ ਅਤੇ ਕੋਈ ਹੋਰ ਪਾ, ਛੇਤੀ ਕਰ। ਉਹ ਤੁਸੀਂ ਮੇਰੇ ਭਾਣਜੇ ਦੀ ਕੁਰਸੀ ਨਾਲ ਮੱਖੀਆਂ ਵਾਂਗ ਚਿੰਬੜੀਆਂ ਪਈਓ। ਓਏ ਜਾ ਕੇ ਇਹਦੀ ਵੋਟੀ ਨੂੰ ਤਾਂ ਲੈ ਆਓ। ਲੈ ਆਨੇ ਆ ਹੁਣੇ। ਨਾਲੇ ਗੱਲ ਸੁਣ ਭਾਗਵਾਨੇ, ਉਹ ਮੇਰੇ ਭਾਣਜੇ ਦੇ ਸੋਹਣੇ ਮੁੱਖ ਨੂੰ ਗਰਮੀ ਲੱਗਦੀ ਹੋਣੀ, ਇਹਦਾ ਸਿਹਰਾ ਜ਼ਰਾ ਉੱਪਰ ਨੂੰ ਚੱਕ ਦੇ। ਸਾਫ ਸਾਫ ਕਹੋ ਨਾ ਕਿ ਤੁਹਾਡੇ ਭਾਣਜੇ ਦੇ ਚੰਨ ਵਰਗੇ ਚਿਹਰੇ ਨੂੰ ਸਾਰੀ ਦੁਨੀਆ ਵੇਖੇ। ਮੈਂ ਹੁਣੇ ਚੱਕ ਦਿੰਨੀ ਆ। ਆਸ਼ੂ ਲਿਆ, ਆਸ਼ੂ ਸੰਗੀਤ ਨਹੀਂ ਹੁੰਦਾ, ਬੈਠ ਆਸ਼ੂ, ਗੱਲ ਤਾਂ ਸੁਣ ਆਸ਼ੂ। ਓਹੋ ਆਸ਼ੂ, ਆਸ਼ੂ ਰੁਕ, ਆ ਮੁੰਡੇ ਨੇ ਪੰਗਦਾ ਨਹੀਂ ਪਹਿਲੀ ਕਿਤੇ। ਓ ਆਸ਼ੂ, ਬਸ ਮਿਸਾਦੀ ਹੋ ਗਈ ਮੈਂ ਚਿਰ ਵੇ। ਓ ਨਿਰਮਲ ਜੀ ਸਾਰੀ ਜ਼ਿੰਦਗੀ ਮੇਰੇ ਵਾਂਗੂ ਰੋਣਾ ਹੀ ਆ। ਚੱਲਣ ਦਿਓ, ਮੁੰਡਾ ਕਿਵੇਂ ਬਦਲ ਗਿਆ? ਸਾਡਾ ਆਸ਼ੂ ਕਿੱਥੇ? ਮੈਨੂੰ ਤਾਂ ਲੱਗਦਾ ਇਹਨੇ ਆਪਣੇ ਆਸ਼ੂ ਨੂੰ ਕੁੱਟ ਕੇ ਵਾਪਸ ਘੋੜੀ ਤੇ ਚੜਾਤਾ। ਪਰ ਆਸ਼ੂ ਦੀ ਸ਼ਰਤ ਦੇ ਮੁਤਾਬਿਕ ਬਿਜਲੀ ਨੂੰ ਜੈਮਾਲਾ ਪਾਉਣ ਦਾ ਹੱਕ ਹੁਣ ਸਿਰਫ ਮੇਰਾ ਹੈ। ਠਹਿਰੋ, ਮੈਂ ਬਿਜਲੀ ਨਹੀਂ ਕਾਟੂਆ। ਓ ਮਾਈ ਗੋਡ, ਇਹ ਹੋ ਕੀ ਰਿਹਾ? ਮਰ ਜਾ ਕੁੜੀ ਦੀ ਬਦਲਤੀ। ਲੱਗਦਾ ਆਪਾਂ ਗਲਤ ਵਿਆਹ 'ਚ ਆ ਗਏ ਹਾਂ, ਮੁੰਡਾ ਹੋਰ ਲੱਗਦਾ ਕੋਈ। ਇਸ ਦਾ ਮਤਲਬ ਆਸ਼ੂ ਨੇ ਮੇਰੇ ਨਾਲ ਧੋਖਾ ਕੀਤਾ? ਮੈਂ ਉਸ ਕਮੀਨੇ ਨੂੰ ਛੱਡਾਂਗਾ ਨਹੀਂ। ਆਸ਼ੂ ਨੇ ਤਾਂ ਤੇਰੇ ਲਈ ਕੁਰਬਾਨੀ ਦਿੱਤੀ ਹੈ, ਪਰ ਫਿਰ ਤੂੰ ਆਪਣੀ ਜਗ੍ਹਾ ਦੂਜੀ ਕੁੜੀ ਨੂੰ ਕਿਉਂ ਭੇਜਿਆ? ਕਿਉਂਕਿ ਇਸਨੂੰ ਪਤਾ ਨਹੀਂ ਸੀ ਕਿ ਮੇਰੀ ਜਗ੍ਹਾ ਲਾੜੀ ਦੀ ਡਰੈਸ ਵਿੱਚ ਤੂੰ ਹੈ। ਇਹ ਤਾਂ ਸਿਰਫ ਤੇਰੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ। ਪਰ ਹੁਣ ਇਹ ਤਾਂ ਦੱਸੋ ਕਿ ਕੌਣ ਕਿਹਦੀ ਗੱਲ 'ਚ ਵਰਮਲਾ ਪਾਊਗਾ। ਹਾਂ, ਤੁਸੀਂ ਦੋ ਮਿੰਟ ਰੁਕੋ, ਬਿਜਲੀ ਹੁਣੇ ਦੁਲਹਨ ਦੀ ਡਰੈਸ ਪਾ ਕੇ ਆਈ। ਚੱਲ ਬਿਜਲੀ। ਪਰ ਆਸ਼ੂ, ਵਿਆਹ 'ਤੇ ਤਾਂ ਖਰਚਾ ਸਾਡਾ ਹੋ ਗਿਆ। ਕੋਈ ਗੱਲ ਨਹੀਂ ਡੈਡ, ਆਪਾਂ ਸਾਰੇ ਬਿੱਲ ਕਰੰਟ ਦੇ ਡੈਡ ਨੂੰ ਦੇ ਦਾਂਗੇ। ਆਸ਼ੂ, ਤੂੰ ਜਮੀ ਨਹੀਂ ਸਮਝਦਾ, ਤੇਰੇ ਵਿਆਹ ਲਈ ਮੈਂ ਨਵੇਂ ਕੱਪੜੇ ਬਣਾਏ ਸੀ, ਗਹਿਣੇ ਗੱਟੇ ਵੀ ਬਣਾਏ ਸੀ, ਮੇਰਾ ਤਾਂ ਖਰਚਾ ਐਵੇਂ ਹੋ ਗਿਆ ਨਾ ਸਾਰਾ। ਕੋਈ ਗੱਲ ਨਹੀਂ ਮਾਮੀ, ਤੁਸੀਂ ਇਹਦੀ ਮਾਮੀ ਬਣ ਜਾਓ। ਓਹੋ ਆਸ਼ੂ, ਉਹ ਬਈ ਮਾਮਾ ਮਾਮੀ ਤਾਂ ਅਸੀਂ ਬਣ ਜਾਂਗੇ, ਪਰ ਮਾਂ ਬਾਪ ਤਾਂ ਅਸਲ ਬੁਲਾ ਲਾ।
ਵਾਹ ਜੀ ਵਾਹ, ਬੜੀਆਂ ਰੌਣਕਾਂ ਸ਼ੌਣਕਾਂ ਲੱਗੀਆਂ ਇੱਥੇ ਤਾਂ। ਮੁੰਡੇ ਨੂੰ ਪਾਲਾ ਤੇ ਮੱਲਮ ਲਾਉਣ ਨੂੰ ਪਾਲਾ, ਰੱਬ ਝੂਠ ਹੀ ਬੁਲਾਵੇ, ਮੁੰਡੇ ਦਾ ਸਾਕਾ ਪਿਓ ਤੇ ਆ ਗਿਆ। ਹੁਣ ਜੇ ਮਾਂ ਚਾਹੀਦੀ ਹੈ ਤਾਂ ਇੱਥੋਂ ਕੋਈ ਪੱਲਿਓਂ ਪਾ ਛੱਡੋ। ਉਹ ਸ਼ਰਮ ਕਰ ਓਏ, ਉਹ ਫੇਰ ਤੂੰ ਕਹਿੰਦਾ ਇੱਥੋਂ ਬਣੇ ਬਣਾਏ ਨਿਆਣੇ ਵੀ ਲੈ ਚੱਲੀਏ। ਇੰਨੀ ਕੁ ਖੇਚਲ ਤੇ ਮੈਂ ਕਰ ਲਾਂਗਾ ਨਾ। ਉਹ ਬਸ ਓਏ ਉਹ ਚੁੱਪ ਕਰੋ, ਉਹ ਕਰੰਟ ਤੂੰ ਕਿਉਂ ਲਾਣੇ ਦੇ ਕੱਪੜੇ ਪਾ ਕੇ ਖਲੋਤਾ ਇੱਥੇ? ਤਾਈ ਮੈਂ ਤੇ ਆਸ਼ੂ ਤੋਂ ਲਏ ਨੇ। ਮੈਂ ਤਾਂ ਹੋ ਗਈ ਕਰੰਟ ਦੀ ਤਾਈ ਤੇ ਆਸ਼ੂ ਤੇਰੀ ਤਾਈ, ਕਿੱਥੇ ਜੇ? ਮੈਂ ਆਸ਼ੂ ਦੀ ਤਾਈ? ਲੈ ਬੀਬੀ ਫਿਰ ਆਪਣੇ ਕੱਪੜੇ ਤੇ ਗਹਿਣੇ ਇੱਧਰ ਫੜਾ। ਆਹੋ ਮੰਗਵੀਆਂ ਚੀਜ਼ਾਂ ਦਾ ਤਾਂ ਸਵਾਦ ਹੀ ਆਪਣਾ ਹੁੰਦਾ। ਓਏ ਇੱਕ ਘਰ ਤੇ ਡੈਣ ਵੀ ਛੱਡ ਦਿੰਦੀ ਏ। ਹੈ ਤਾਂ ਹੈ, ਹੈ ਤਾਂ ਹੈ। ਐ ਲੈ ਕਰੰਟ ਆ ਗਈ ਤੇਰੀ ਆਪਣੀ ਲਾੜੀ। ਆ ਗਿਆ ਆ ਗਿਆ। ਖੁਸ਼ ਹੋ ਕੇ ਪਾਲੇ ਨੂੰ ਬਿਜਲੀ ਮਹਿਕਮੇ ਦਾ ਚੇਅਰਮੈਨ ਲਾ ਦਿੱਤਾ।